ਸਸਿਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਜੇ ਸਾਰੇ ਤੇ ਅੱਜ ਦਾ ਆਪਣਾ ਚਾਹੇ ਵਲੋਗ ਲਾ ਲਓ ਚਾਹੇ ਰਿਪਲਾਈ ਲਾ ਲਓ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਮੇਰੇ ਤੇ ਇੱਕ ਬੇਕਾਰ ਤੇ ਝੂਠੇ ਐਲੀਗੇਸ਼ਨਸ ਲਾਦੇ ਪਏ ਆ ਠੀਕ ਆ ਮੀਨਸ ਕਿ ਮੇਰੇ ਸਿਰ ਦੇ ਵਿੱਚ ਸਵਾਹ ਪੈਂਦੀ ਪਈ ਆ ਠੀਕ ਆ ਕੋਈ ਚੱਕਰ ਨਹੀਂ ਠੀਕ ਆ ਆਪਾਂ ਉਸ ਰਿਗਾਰਡਿੰਗ ਅੱਜ ਗੱਲ ਕਰਨ ਆਏ ਆ ਜੋ ਵੀ ਮੇਰੇ ਤੇ ਐਲੀਗੇਸ਼ਨ ਲਾਦੇ ਪਏ ਆ ਉਹਦੇ ਬਾਰੇ ਮੈਂ ਗੱਲ ਕਰਾਂਗਾ ਅੱਜ ਅਬਲ ਤੇ ਯਾਰ ਮੈਂ ਇਸ ਟੌਪਿਕ ਬਾਰੇ ਨਾ ਗੱਲ ਛੇੜਨੀ ਨਹੀਂ ਚਾਹੁੰਦਾ ਕਿਉਂਕਿ ਮੇਰਾ ਸੋਸ ਹੋਰ ਕਿਹਨਾ ਹੋਰ ਧਮਾਕਾ ਖਰਾਬ ਹੁੰਦਾ ਵਾ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਵਾ ਮੈਂ ਆ ਆਪਣਾ ਲਾਸਟ ਜਿਹੜਾ ਮੇਰਾ ਵੀ ਵੇਖਿਆ ਸੀ ਰਿਪਲਾਈ ਜਿਹੜਾ ਮੈਂ ਪਾਇਆ ਤਾਂ ਸੀਗਾ ਉਹਦੇ ਚ ਮੇਰੀ ਕੰਡੀਸ਼ਨ ਬਹੁਤ ਖਰਾਬ ਸੀਗੀ ਬਟ ਕਈਆਂ ਨੇ ਉਹਨਾਂ ਦਾ ਉਸ ਚੀਜ਼ ਦਾ ਮਜ਼ਾਕ ਬਣਾਤਾ ਕਈਆਂ ਨੇ ਅੰਡਰਸਟੈਂਡ ਵੀ ਕੀਤੀ ਆ ਕਈ ਕਹਿੰਦੇ ਐਕਟਿੰਗ ਆ ਬਾਕੀ ਕੋਈ ਚੱਕਰ ਨਹੀਂ ਯਾਰ ਸਭ ਨੂੰ ਆਪਣਾ ਆਪਣਾ ਲੱਗਦਾ ਵਾ ਬਾਕੀ ਰੱਬ ਸਭ ਜਾਣਦਾ ਵਾ ਠੀਕ ਆ ਕੀ ਐਕਟਿੰਗ ਆ ਕੀ ਐਕਟਿੰਗ ਨਹੀਂ ਹੈਗੀ ਨਾਲੇ ਆਪਾਂ ਉਹਨਾਂ ਫੁੱਦੂ ਬੰਦਿਆਂ ਜਿਹੜੀ ਹੈਗੇ ਜਿਹੜੇ ਰੱਬ ਦੀ ਪੂਜਾ ਵੀ ਕਰੀ ਜਾਓ ਪਾਠ ਵੀ ਕਰੀ ਜਾਓ ਹਨਾ ਹੁੰਦੇ ਕਈ ਲੋਕੀ ਪਾਠ ਵਗੈਰਾ ਵੀ ਕਰਦੇ ਆ ਇੰਨਾ ਬੜਾ ਪਾਠ ਕਰਦੇ ਆ ਫੇਰ ਸਾਲੇ ਸੱਚ ਵੀ ਨਹੀਂ ਬੋਲਦੇ ਝੂਠ ਹੀ ਮਾਰੀ ਜਾਣਗੇ ਚਲਾਕੀਆਂ ਕਰੀ ਜਾਣਗੇ ਆਪਾਂ ਉਹਨਾਂ ਬੰਦਿਆਂ ਚੁਣੀਏ ਹੋਵੇ ਉਹਨਾਂ ਇਨਸਾਨਾਂ ਚੁਣੀਏ ਆਪਾਂ ਹੈਗੇ ਕਿ ਪਾਰਟ ਵੀ ਕਰੀ ਜਾਈਏ ਜੀ ਤੇ ਰੱਬ ਦੀਆਂ ਵੀ ਸੋਆਂ ਝੂਠੀਆਂ ਖਾਈ ਜਾਈਏ ਤੇ ਲੋਕਾਂ ਨੂੰ ਭੈਣ ਫੁੱਦੂ ਵੀ ਕਹੀ ਜਾਈਏ ਮਤਲਬ ਲੋਕਾਂ ਦੀ ਐਦਾਂ ਹੀ 네ਗੇਟਿਵ ਗੱਲਾਂ ਕਹੀ ਜਾਈਏ ਲੋਕਾਂ ਬਾਰੇ ਪੋਜ਼ਿਟਿਵ ਗੱਲਾਂ ਤਾਂ ਵਹਿਣ ਚਾਤਾ ਰੱਖਦਾ ਕੋਈ ਹਨਾ ਤੇ ਆਪਣਾ ਉਹ ਸਾਹਮਣੇ ਹੀਗਾ ਪਰ ਮੈਂ ਫੇਰ ਤੁਹਾਨੂੰ ਕਹਿੰਦਾ ਪਿਆ ਜੇ ਮੇਰਾ ਬਿਲਕੁਲ ਨਹੀਂ ਮੰਨੇਗਾ ਇਸ ਚੀਜ਼ ਬਾਰੇ ਬੋਲਣ ਨੂੰ ਬਟ ਮੈਨੂੰ ਲੱਗਦਾ ਵਾ ਅਗਲੇ ਬੰਦੇ ਦਾ ਨਾ ਇਸ ਟੌਪਿਕ ਦੇ ਰਿਲੇਟਿਡ ਗੱ ਹਾਂ ਮੈਨੂੰ ਆਹੀ ਲੱਗਦਾ ਵਾ ਠੀਕ ਹੈ ਬਿਕੋਜ਼ ਜੋ ਸਿੱਧੀ ਗੱਲ ਆ ਜੋ ਉਹਦੇ ਜੋ ਵਿਊ ਆ ਰਿਪਲਾਈ ਵਰਗੀਆਂ ਚੀਜ਼ਾਂ ਦੇ ਆ ਜਾਂਦੇ ਹਨ ਉਹ ਵਿਊ ਫਿਰ ਬਲੌਗਿੰਗ ਤੇ ਨਹੀਂ ਨਾ ਆਣੇਗੇ ਹੁਣ ਕਈ ਲੋਕੀ ਕਹਿਣਗੇ ਤੂੰ ਵੀ ਤੇ ਰੀਚ ਭਾਲਦਾ ਵਿਊ ਭਾਲਦਾ ਓਏ ਯਾਰ ਇਹ ਗੱਲ ਨਹੀਂ ਹੁੰਦੀ ਮੈਂ ਪਹਿਲ ਨਹੀਂ ਕੀਤੀ ਪਹਿਲ ਉਹਨੇ ਪਹਿਲ ਕੀਤੀ ਜਿਨੇ ਵੀ ਕੀਤੀ ਪਹਿਲ ਹਨਾ ਪਹਿਲ ਉਸ ਇਨਸਾਨ ਨੇ ਕੀਤੀ ਆ ਮੈਂ ਦੂਹ ਨਹੀਂ ਛੱਡਨੀ ਹੁਣ ਠੀਕ ਹੈ ਪਰ ਫਿਰ ਵੀ ਮੈਂ ਜੋ ਤੱਕ ਮੈਨੂੰ ਪਤਾ ਹੈ ਇਹ ਮੇਰਾ ਲਾਸਟ ਰਿਪਲਾਈ ਹੈ ਗਾਇਸ ਇਸ ਤੋਂ ਬਾਅਦ ਮੈਂ ਆਪਣੇ ਵਲੋਗਿੰਗ 'ਤੇ ਧਿਆਨ ਦੇਣਾ ਨਾਰਮਲ ਹੀ ਮੈਂ ਜਿੱਦਾਂ ਯਾਰਾਂ ਬੇਲੀਆਂ ਨੂੰ ਘੁੰਮਣਾ ਫਿਰਨਾ ਆਪਣੇ ਫੈਮਿਲੀ ਵਲੋਗ ਬਣਾਵਾਂਗਾ ਮੈਂ ਠੀਕ ਹੈ ਤੇ ਆਪਾਂ ਆਪਣੇ ਰੀਲਸ ਵਗੈਰਾ ਕੰਟੀਨਿਊ ਕਰਾਂਗੇ ਥੋੜਾ ਚਿਰ ਤੱਕ ਬਾਕੀ ਉਸ ਇਨਸਾਨ ਨੂੰ ਵੀ ਇੱਕੋ ਗੱਲ ਹੀ ਕਵਾਂਗਾ ਜੋ ਹੋ ਗਿਆ ਸੋ ਹੋ ਗਿਆ ਠੀਕ ਹੈ ਆ ਰਿਪਲਾਈ ਵਾਲੇ ਫੋਟੂ ਕੰਮ ਬੰਦ ਕਰਕੇ ਆਪਣੇ ਘਰ ਵੱਲ ਧਿਆਨ ਦੇਵੋ ਰੀਲਸ ਬਣਾਓ ਵਲੋਗਿੰਗ ਕਰੋ ਆਪਣਾ ਘਰ ਸੰਭੋ ਤੇ ਪੈਸਾ ਤੇ ਲਾ ਦਿਓ ਆਪਣੇ ਘਰ ਦੇਆਂ ਨੂੰ ਠੀਕ ਹੈ ਪੈਸਾ ਨਾਲ ਬੜਾ ਪਿਆਰ ਹੈ ਕਿਤੇ ਲੋਕਾਂ ਨੂੰ ਯਾਰ ਠ ਤੇ ਮੇਰਾ ਹੀ ਗੱਲ ਤੇ ਆਪਾਂ ਹੁਣ ਬਾਕੀ ਮੈਨੂੰ ਨਾ ਯਾਰ ਇਹ ਗੱਲਾਂ ਜਿਹੜੀਆਂ ਕਈਆਂ ਨੇ ਇੱਕ ਇਨਸਾਨ ਨੇ ਉਹ ਗੱਲਾਂ ਹੁਣ ਮੈਂ ਦਿਮਾਗ 'ਚ ਨਹੀਂ ਆਪਣੇ ਬਾਹਰ ਰੱਖੀਆਂ ਵੀ ਦਿਮਾਗ ਹੀ ਖਰਾਬ ਹੋਣਾ ਮੈਂ ਨਾ ਆਹ ਵਾਲਾ ਫੋਨ ਮੇਰੇ ਕੋਲ ਐਂਡਰੋਇਡ ਇਹਦੇ 'ਚ ਮੈਂ ਕੱਲੀ-ਕੱਲੀ ਚੀਜ਼ ਲਿਖ ਲਈ ਸੀ ਜੋ-ਜੋ ਚੀਜ਼ ਦਾ ਮੇਰੇ ਪਲਾਏ ਦੇਣਾ ਵਾ ਠੀਕ ਆ ਜੋ-ਜੋ ਚੀਜ਼ ਦਾ ਐਲੀਗੇਸ਼ਨ ਮੇਰੇ ਤੇ ਲੱਗਾ ਇਹ 'ਚ ਮੈਂ ਕੱਲੀ-ਕੱਲੀ ਚੀਜ਼ ਫੋਨ ਦੇ ਵਿੱਚ ਲਿਖ ਰੱਖੀ ਕਿਉਂਕਿ ਮੈਂ ਹੋਰੀਆਂ ਫੁੱਦੂ ਗੱਲਾਂ ਨਾ ਦਿਮਾਗ 'ਚ ਨਹੀਂ ਆਪਣੇ ਸਟੋਰ ਕਰਨੀਆਂ ਚਾਹੁੰਦਾ ਤੇ ਆਪਾਂ ਫੋਨ ਦੇ ਵਿੱਚ ਆਪਾਂ ਸਟੋਰ ਕਰਕੇ ਚੱਕ ਕੇ ਡਿਲੀਟ ਮਾ ਦੇਣੀ ਆ ਤੇ ਵਲੌਗ ਨੂੰ ਲਾਸਟ ਤੱਕ ਸੌਰੀ ਵਲੌਗ ਨਹੀਂ ਆ ਵਲੌਗ ਘੈਂਟ ਜਾਊਗਾ ਆ ਟੈਟੂ ਵਾਲਾ ਵਲੌਗ ਆਣਾ ਸੀ ਪਹਿਲੇ ਪਰ ਆ ਮੈਨੂੰ ਵਲੌਗ ਬਣਾ ਪਿਆ ਧਿਆਨ ਕੋਈ ਚੱਕਰ ਨਹੀਂ ਤੇ ਹੁਣ ਧਿਆਨ ਸਾਰੇ ਜਣ ਸੁਣਿਓ ਤੇ ਗੱਲ ਨੂੰ ਅੰਡਰਸਟੈਂਡ ਵੀ ਕਰਿਓ ਠੀਕ ਹੈ ਬਾਕੀ ਮੈਂ ਤਾਂ ਯਾਰ ਵੇਖੋ ਸੈਡ ਰੀਲਾਂ ਹੀ ਪਾਉਂਦਿਆ ਸੀ ਮੈਂ ਚੁੱਪਾਂ ਬਿਲਕੁਲ ਠੀਕ ਹੈ ਮੈਂ ਕੋਈ ਬਕਵਾਸ ਨਹੀਂ ਕੀਤੀ ਕੋਈ ਫालतू ਗੱਲ ਨਹੀਂ ਖਾਸ ਕੀਤੀ ਕੋਈ ਹਨ ਬਟ ਮੈਨੂੰ ਲੱਗਦਾ ਵਾ ਉਸ ਇਨਸਾਨ ਦਾ ਸ਼ਾਇਦ ਇਸ ਗੱਲ ਨੂੰ ਛੇੜੇ ਬਿਨਾਂ ਵਾੱਕੇ ਵਿਊ ਦਾ ਚੱਕਰ ਭੈਣਦਿਆ ਵਾ ਹਨ ਕਿਉਂਕਿ ਉਸ ਉਹਨੇ ਪਹਿਲੇ ਸਟਾਰਟਿੰਗ ਤੇ ਜਿਹੜਾ ਰਿਪਲਾਈ ਕੀਤਾ ਸੀ ਸਿਆ ਕੁਛ ਸਿਆ ਕੁਛ ਵਗੈਰਾ ਹਨ ਤੇ ਉਹਦੇ ਚ ਵੈਸੇ ਵੀ ਵਿਊ ਜ਼ਿਆਦੇ ਆਏ ਦੇ ਸੀਗੇ ਉਸ ਤੋਂ ਬਾਅਦ ਫਿਰ ਵਲੋਗ ਬਣਾਇਆ ਸੀਗਾ ਉਸ ਇਨਸਾਨ ਨੇ ਕੋਈ ਮੈਂ ਵੇਖਦਾ ਨਹੀਂਗਾ ਮੈਂ ਜਸਟ ਮੜਾ ਮੜਾ ਮੋਟਾ ਜਿੱਦਾਂ ਥੰਬਨੇਲ ਸ਼ੋ ਹੋ ਗਿਆ ਇਦਾਂ ਮੜਾ ਮੋਟਾ ਕਿਤੇ ਮੰਨ ਲਓ 10 ਮਿੰਟ ਦਾ ਵਲੋਗ ਆ ਇੱਕ ਮਿੰਟ ਦਾ 2 ਮਿੰਟ ਦਾ ਵੇਖ ਲੀਦਾ ਫਿਰ ਦਿਮਾਗ ਖਰਾਬ ਹੋ ਲ ਜਾਂਦਾ ਤੇ ਮੈਂ ਵੇਖਦਾ ਨਹੀਂ ਹੈਗਾ ਠੀਕ ਹੈ ਤੇ ਉਹਲੇ ਵਲੋਗ ਚ ਵਿਊ ਨਹੀਂ ਨਾ ਆਏ ਸੀਗੇ ਨੇ ਜੋ ਵੀ ਵਿਊ ਰਿਪਲਾਈ ਜਾਣੇ ਸੀਗੇ ਉਹ ਚ ਨਹੀਂ ਨਾ ਆਣੇ ਸੀਗੇ ਮੈਂ ਰਿਪਲਾਈ ਕਿਉਂ ਕਰਦਾ ਮੈਂ ਬਿਕੋਜ਼ ਮੈਨੂੰ 네ਗੈਟਿਵਿਟੀ ਲੋਕਾਂ ਨੂੰ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਨਿੰਜਾ ਟੈਕਨੀਕ ਯੂਜ਼ ਕੀਤੀ ਜਾ ਰਹੀ ਕਹੇਦੀ ਕਿ ਇਹਦੀ ਆਡੀਅנס ਵੀ ਹੈ ਤੇ ਜਿਹੜੇ ਫੋਲੋਅਰਸ ਨੇ ਇਹਦੇ ਜਿਹੜੇ ਸਪੋਰਟਰ ਨੇ ਉਹ ਵੀ ਮੈਂ ਚੁੱਕ ਕੇ ਆਪਣੇ ਕੋ ਭਾੜਾ ਠੀਕ ਹੈ ਬਟ ਹੁਣ ਦੋ ਤਾਂ ਦੁੱਧ ਪਾਣੀ ਦਾ ਪਾਣੀ ਹੋਊਗਾ ਬਾਕੀ ਯਾਰ ਵੇਖੋ ਮੈਂ ਜੋ ਬੋਲਣਾ ਠੀਕ ਆ ਹੁਣ ਤੁਸੀਂ ਮੰਨਾਂ ਨਹੀਂ ਮੰਨਾਂ ਇਹ ਤੇ ਹੁਣ ਤੁਹਾਡੀ ਪ੍ਰੋਬਲਮ ਸਾਰਿਆਂ ਦੀ ਠੀਕ ਹੈ ਬਾਕੀ ਇੱਕ ਦੀ ਸੁਣ ਕੇ ਪਲੀਜ਼ ਦੂਜਿਆਂ ਨੂੰ ਜੱਜ ਨਾ ਕਰਿਆ ਕਰੋ ਮੈਂ ਤੇ ਭਰਾ ਬਾਰ ਬਾਰ ਆਹੀ ਕਹਿੰਦਾ ਮੈਂ ਠੀਕ ਹੈ ਬਸ ਮੈਂ ਆਹੀ ਗੱਲ ਕਹੂੰਗਾ ਤੇ ਹੁਣ ਆਪਾਂ ਤਾਂ ਨਾ ਸਾਰੀ ਗੱਲਾਂ ਕਰਦੇ ਹਾਂ ਖੁੱਲ ਕੇ ਜੋ ਜੋ ਆਪਣੇ ਮਨ ਚ ਗੱਲਾਂ ਨੇ ਬਾਕੀ ਹਾਂ ਇੱਕ ਹੋਰ ਗੱਲ ਇਹ ਮੇਰਾ ਕੀਲਾ ਰਿਪਲਾਈ ਆ ਤੇ ਜੇ ਇਸ ਤੋਂ ਬਾਅਦ ਮੈਨੂੰ ਕਿਸੇ ਇਨਸਾਨ ਦਾ ਕੋਈ ਫਾਲਤੂ ਰਿਪਲਾਈ ਆਇਆ ਤੇ ਮੈਂ ਪ੍ਰੂਫ ਦੇ ਨਾਲ ਗਾਲੀ ਕਰਾਂਗਾ ਬਿਕੋਜ਼ ਵੇਖੋ ਪ੍ਰੂਫ ਹੈਗੇ ਆਪਣੇ ਕੋ ਠੀਕ ਆ ਜਿੱਦਾਂ ਜਿੱਦਾਂ ਜੋ ਜੋ ਐਲੀਗੇਸ਼ਨਸ ਲੱਗੇ ਆ ਉਹਨਾਂ ਚੀਜ਼ਾਂ ਦੇ ਪ੍ਰੂਫ ਹੈਗੇ ਆਪਣੇ ਕੋ ਠੀਕ ਆ ਬਟ ਆਪਾਂ ਕਹਿੰਨੇ ਆ ਕਿ ਚਲੋ ਛੱਡੋ ਪਰੇ ਆਪਾਂ ਪਬਲੀਕਲੀ ਜ਼ਿਆਦਾ ਸ਼ੋ ਨਹੀਂ ਕਰਨਾ ਹੁਣ ਆਪਾਂ ਮੰਨਦੇ ਆ ਆਪਾਂ ਇਹ ਚੀਜ਼ ਸ਼ੋ ਹੁੰਦੀ ਪਈ ਆ ਬਟ ਪਹਿਲੇ ਸ਼ੋ ਕਿੰਨੇ ਕੀਤੀ ਆ ਉਹਦਾ ਤੁਹਾਨੂੰ ਪਤਾ ਹੀ ਆ ਦੂਜੀ ਵਾਰੀ ਮੈਂ ਸ਼ੋਅ ਕੀਤੀ ਆ ਠੀਕ ਹੈ ਹੁਣ ਫੇਰ ਉਹ ਬੰਦਾ 네ਗੇਟਿਵ ਚੱਲ ਗਿਆ ਮੇਰੇ ਵਾਸਤੇ ਆਲਤੂ ਫਾਲਤੂ ਗੱਲਾਂ ਬੋਲਿਆ ਝੂਠੇ ਅਲੀਗੇਸ਼ਨਸ ਲਗਾਉਂਦਿਆਂ ਵਾ ਤੇ ਫੇਰ ਯਾਰ ਓਬਵੀਅਸਲੀ ਗੱਲ ਆ ਮੈਨੂੰ ਵੀ ਤਾਂ ਬੋਲਣਾ ਪਊਗਾ ਨਾ ਕਿਉਂਕਿ ਮੈਂ ਬੇਫਜ਼ੂਲ ਦੀ 네ਗੇਟਿਵਿਟੀ ਥੋੜੀ ਨਾ ਇਕੱਠੀ ਕਰਨੀ ਆ ਜਿਹੜਾ ਮੈਨੂੰ ਸਪੋਰਟ ਕਰਦੇ ਆ ਕੱਲ ਨੂੰ ਮੈਨੂੰ ਕਹਿਣਗੇ ਇਹ ਨਹੀਂ ਤਾਂ ਸਪੋਰਟ ਕਰਨ ਤੋਂ ਬੰਦਾ ਗਲਤ ਆ ਤੇ ਫੇਰ ਮੈਂ ਫੇਰ ਕੀ ਕਰੂੰਗਾ ਠੀਕ ਹੈ ਇਸ ਕਰਕੇ ਮੈਂ ਇਹ ਗੱਲ ਰਿਪਲਾਈ ਦੇ ਦਿੰਦਾ ਤੇ ਕਮੈਂਟ ਚ ਇਹ ਨਾ ਮੈਨੂੰ ਕੋਈ ਵੀ ਜਾਣਾ ਕਿ ਉਹ ਕਿ ਤੂੰ ਵੀ ਫੇਮ ਭਾਲਦਾ ਇਹ ਭਾਲਦਾ ਲੋਬੀ ਪਹਿਲਾ ਐਲੀਗੇਸ਼ਨ ਸੁਣੋ ਜੀ ਭੁੱਖੀ ਰੱਖਦਾ ਸੀਗਾ ਰੋਟੀ ਨਹੀਂ ਦਿੰਦਾ ਦੋ ਤੋਂ ਬਾਅਦ ਰੋਟੀ ਨਹੀਂ ਖਾਣ ਦਿੰਦਾ ਤਿੰਨ ਤਿੰਨ ਚਾਰ ਚਾਰ ਰੋਟੀਆਂ ਖਾ ਕੇ ਬੰਦਾ ਵੇਹ ਲੋ ਸੱਚ ਸੁਹਾ ਕਿੱਦਾਂ ਪੰਦਾ ਜੀ ਠੀਕ ਆ ਇੰਨਾ ਪਨੀਰ ਖਵਾ ਛੱਡਿਆ ਹੈ ਇੰਨਾ ਮੈਂ ਚਿਕਨ ਖਵਾ ਛੱਡਿਆ ਕ੍ਰਿਸਪੀ ਚਿਕਨ ਚੇਤਾ ਗਏ ਉਹ ਭੁੱਲ ਗਿਆ ਇਨਸਾਨ ਜੀ ਠੀਕ ਆ ਇੰਨਾ ਚਿਕਨ ਖਵਾ ਛੱਡਿਆ ਅੱਧਾ ਕਿਲੋ ਚਿਕਨ ਆਪ ਖਾਦਾ ਸੀ ਅੱਧਾ ਕਿਲੋ ਮੈਂ ਖਾਦਾ ਸੀ ਚੇਤਾ ਭੁੱਲ ਗਿਆ ਹੈ ਇੰਨਾ ਕੁਝ ਖਵਾ ਛੱਡਿਆ ਪਨੀਰ ਖਾਦਾ ਕਦੀ ਹਾਂ ਮਹੀਨੇ ਚ 4 ਦਿਨ ਪਨੀਰ ਖਾਦਾ ਹਾਂ ਨਾ ਤਾਂ ਗੱਲਾਂ ਵੱਡੀਆਂ ਵੱਡੀਆਂ ਹੁਣ ਵੇਖੋ ਯਾਰ ਸਿੱਧੀ ਸਾਫ਼ ਗੱਲ ਆ ਮੈਨੂੰ ਮੈਨੂੰ ਇਹ ਚੀਜ਼ ਕੋਈ ਵੀ ਜਣਾ ਬਿਲਕੁਲ ਨਾ ਕਿਓ ਕਿ ਤੂੰ ਇਹ ਗੱਲਾਂ ਸੁਣਾਉਂਦਿਆਂ ਵਾ ਤੂੰ ਮੀਨਸ ਕੇ ਇਦਾਂ ਸ਼ੋਅ ਕਰਾਉਂਦਿਆਂ ਵਾ ਕਿ ਮਤਲਬ ਜਿੱਦਾਂ ਜਿੱਦਾਂ ਸ਼ੋਅ ਨਹੀਂ ਕਰਾਉਂਦੇ ਹੁੰਦੇ ਕਿ ਮੈਂ ਅਮੀਰ ਹੂੰ ਤੂੰ ਗਰੀਬ ਹੋ ਇਦਾਂ ਨਹੀਂ ਮੈਂ ਸ਼ੋਅ ਕਰਾਉਂਦਾ ਯਾਰ ਚਲੋ ਜੇ ਮੈਂ ਜੇ ਮੈਂ ਉਹਨੂੰ ਜੇ ਮੈਂ ਕਿਸੇ ਇਨਸਾਨ ਦੀ ਬੇਇੱਜ਼ਤੀ ਕਰਨ ਵੀ ਦਿਆਂ ਨਾ ਤੇ ਜਾਇਜ਼ ਵਾ ਜਦ ਅਗਲੇ ਇਨਸਾਨ ਨੇ ਨਹੀਂ ਸੋਚਿਆ ਕਿ ਕਿਹੜੀ ਗੱਲ ਸੋਸ਼ਲ ਮੀਡੀਆ ਤੇ ਕਰਨੀ ਕਿਹੜੀ ਗੱਲ ਸੋਸ਼ਲ ਮੀਡੀਆ ਤੇ ਨਹੀਂ ਕਰਨੀ ਤਾਂ ਫਿਰ ਮੈਂ ਕਿਹਾ ਸੋਚਿਆ ਮੇਰੀ ਨਹੀਂ ਸੈਲਫ ਰਿਸਪੈਕਟ ਕੋਈ ਹੈਗੀ ਮੇਰੀ ਵੀ ਸੈਲਫ ਰਿਸਪੈਕਟ ਹੈ ਮੈਂ ਆਪਣੀ ਬੇਇੱਜ਼ਤੀ ਕਰਾਉਂ ਬੈਠਾ ਹਾਂ ਇੱਥੇ ਹਾਂ ਉਹ ਵੀ ਚਲੋ ਛੱਡੋ ਠੀਕ ਹੈ ਮੈਂ ਗੱਲਾਂ ਸੁਣਾਉਂਦਿਆਂ ਨਾ ਤੇ ਮੈਂ ਸੁਣਾਉਂਗਾ ਵੀ ਗੱਲਾਂ ਕਿਉਂਕਿ ਸੁਣਾਣੀਆਂ ਬਣਦੀਆਂ ਕਿਉਂਕਿ ਦੇਖੋ ਮੈਂ ਇੰਨੇ ਚੰਗੀ ਤਰ੍ਹਾਂ ਕੇਅਰ ਕੀਤੀ ਇੰਨੇ ਲੋਇਲਟੀ ਦੇ ਨਾਲ ਇਹਨੂੰ ਮਤਲਬ ਪਿਆਰ ਨਾਲ ਰੱਖਿਆ ਸਭ ਕੁਝ ਠੀਕ ਸੀਗਾ ਲੜਾਈਆਂ ਝਗੜੀਆਂ ਸਭ ਚੁੰਦੇ ਆ ਸ਼ੱਕ ਵਗੈਰਾ ਵੇਖ ਜਿਹੜਾ ਮੁੰਡਾ ਪਿਆਰ ਕਰਦਾ ਉਹ ਮੁੰਡਾ ਸ਼ੱਕ ਤੇ ਕਰਦਾ ਹੀ ਆ ਠੀਕ ਆ ਮੇਰੇ ਚ ਮੈਂ ਪਹਿਲੇ ਵੀ ਦੱਸਿਆ ਸੀਗਾ ਮੈਂ ਮੈਨੂੰ ਲੱਗਦਾ ਮੈਂ ਸੋਸ਼ਲ ਮੀਡੀਆ ਤੇ ਪਹਿਲਾ ਮੁੰਡਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਦੱਸਦਾ ਪਿਆ ਵਾ ਜਿਹੜਾ ਮੈਂ ਆਪਣੀ ਗਲਤੀ ਰਿਅਲਾਈਜ਼ ਵੀ ਕਰਦਾ ਮੈਂ ਜਿਹੜੀ ਜਿਹੜੀ ਗਲਤੀ ਮੈਂ ਕੀਤੀ ਆ ਉਹ ਮੈਂ ਸਿੱਧੀ ਸਿੱਧੀ ਮੂੰਹ ਤੇ ਦੱਸਦੀ ਠੀਕ ਆ ਪਰ ਜਿਹੜੇ ਝੂਠੇ ਅਲੀਗੇਸ਼ਨ ਆ ਉਹ ਝੂਠੇ ਹੀ ਰਹਿਣਗੇ ਮੈਂ ਫੇਰ ਕਹਿੰਦਾ ਰੱਬ ਸਭ ਜਾਣਦਾ ਠੀਕ ਆ ਮੈਂ ਉਹਨਾਂ ਫੁੱਦੂ ਬੰਦਿਆਂ ਵਾਂਗੂ ਨਹੀਂ ਆ ਮੈਂ ਉਹਨਾਂ ਫੁੱਦੂ ਇਨਸਾਨ ਜਿਹੜੇ ਆਪਣੇ ਤੇ ਅਲੀਗੇਸ਼ਨ ਲਾਉਂਦੇ ਨਾਲ ਵਰਗਾ ਫੁੱਦੂ ਮੈਂ ਨਹੀਂ ਆ ਠ ਰੱਬ ਦੀ ਪੂਜਾ ਵੀ ਕਰਦੇ ਰਹੋ ਘਰੇ ਜੋਤ ਵੀ ਜਗਾਓ ਤੂਫ ਧਗਾਓ ਸਭ ਕੁਝ ਕਰੋ ਹਨਾ ਗੁਰਦੁਆਰੇ ਜਾਓ ਸਭ ਕੁਝ ਕਰੋ ਬਟ ਫਿਰ ਫਿਰ ਲੋਕ ਫਿਰ ਚਲਾਕੀਆਂ ਵੀ ਕਰੋ ਗੁਰਦੁਆਰੇ ਜਾਓ ਉਹਦੀ ਉੱਥੇ ਜਾ ਕੇ ਝੂਠੀਆਂ ਸੋਵਾਂ ਖਾ ਲੋ ਮੰਦਰ ਚ ਜਾ ਕੇ ਝੂਠੀਆਂ ਸੋਵਾਂ ਖਾ ਲੋ ਇਹ ਬਹੁਤ ਕਿਤੇ ਕਰਤੂਸ ਸੋਹਣੀ ਆਪਾਂ ਨੇ ਨਾ ਫੁੱਦੂ ਬੰਦਿਆਂ ਵਰਗੇ ਗਿਆ ਹੀ ਗੁਰਦੁਆਰੇ ਵੀ ਜਾਈਦਾ ਆਪਾਂ ਮੰਦਰ ਵੀ ਜਾਈਦਾ ਸੱਚੇ ਮਾਨਾ ਸੱਚੇ ਦਿਲ ਨਾਲ ਚਾਹੀਦਾ ਠੀਕ ਹੈ ਨਾਲੇ ਲੋਕਾਂ ਨੂੰ ਦਿਲੋਂ ਲਾਈ ਦੀ ਐ ਇੱਥੋਂ ਨਹੀਂ ਲਾਈ ਦੀ ਆਪਾਂ ਲੋਕੀ ਦਿਮਾਗ ਤੋਂ ਲਾਂਦੇ ਮੇਰੇ ਨਾਲ ਸ਼ੈਦ ਹੁਸੈਨ ਸਾਨੇ ਦਿਮਾਗੋਂ ਲਾਈ ਸੀਗੀ ਤਾਂ ਮੈਨੂੰ ਪਾਗਲ ਬਣਾਉਂਦਾ ਗਿਆ ਠ ਇਹ ਕੁਛ ਵਧੀਆ ਤਰ੍ਹਾਂ ਖਾਂਦੇ ਨੇ ਰੋਟੀ ਪਾਣੀ ਵਲੋਗ ਵਿੱਚ ਹੈਗਾ ਜੇ ਤੁਹਾਨੂੰ ਜੇ ਵਲੋਗ ਦੇਖਣੇ ਆ ਤੇ ਜਿਹੜੇ ਆਪਣੇ ਤੋਂ ਰੋਸਟ ਹੋਏ ਆ ਉਹਦੇ ਜਾ ਕੇ ਵਲੋਗ ਵੇਖ ਲਓ ਮਾਰੇ ਮੋਟੇ ਠੀਕ ਹੈ ਉਹ ਵਲੋਗ ਵੇਖ ਤੁਹਾਨੂੰ ਆਪੇ ਪਤਾ ਲੱਜੂਗਾ ਆਪਾਂ ਕਿੰਨਾ ਕੁ ਦੁਖੀ ਕਰਦਾ ਸੀ ਮੈਂ ਕਿਸੇ ਨੂੰ ਕਿੰਨਾ ਕੁ ਮੈਂ ਰਵਾੰਦਾ ਕਲਪਾਂਦਾ ਹਾਂ ਕਿਸੇ ਨੂੰ ਠੀਕ ਹੈ ਲੱਜੂਗਾ ਪਤਾ ਬਾਕੀ ਅਮਨ ਜਸੋਣਾ ਦੇ ਵਲੋਗ ਦੇਖ ਲਓ ਜਾ ਕੇ ਉਹਨਾਂ ਦੇ ਵਲੋਗ ਚ ਵੀ ਸਭ ਕੁਝ ਹੈਗਾ ਵਾ ਠੀਕ ਹੈ ਦੂਸਰਾ ਅਲੀਗੇਸ਼ਨ ਸੁਣੋ ਫਰੂਟ ਵਾਲਾ ਫਰੂਟ ਨਹੀਂ ਸੀ ਲੈ ਗਤੰਦਾ ਮੈਂ ਜਿਮ ਤੋਂ ਆਂਦਾ ਸੀਗਾ ਠੀਕ ਹੈ ਐਡੀ ਚਲੋ ਠੀਕ ਆ ਵੀਰ ਮੈਂ ਪ੍ਰੂਫਾਂ ਦੀ ਗੱਲ ਕਰੂੰਗਾ ਮੇਰੇ ਕੋਲ ਭਾਈ ਦਾ ਨੰਬਰ ਵੀ ਪਿਆ ਹੈ ਉਹ ਉਧਰ ਜਿਹੜੇ ਜਿਹੜੇ ਕੋ ਫਰੂਟ ਲਿੱਤੇ ਆ ਉਹਨਾਂ ਨਾਲ ਗੱਲ ਕਰਾ ਦੂੰਗਾ ਕੈਮਰੇ ਦੀ ਸੀਸੀਟੀਵੀ ਕਢਾ ਦੂੰਗਾ ਠੀਕ ਹੈ ਕੈਮਰਾ ਪਤਾ ਨਹੀਂ ਲੱਗਾ ਕਿੰਨਾ ਲੱਗਾ ਗੱਲ ਕਰਾ ਦਾਂਗਾ ਚਲੋ ਹੋਰ ਦੱਸੋ ਗੱਲ ਪ੍ਰੂਫਾਂ ਤੇ ਕਰਾਂਗੇ ਪਰ ਹੱਲੇ ਨਹੀਂ ਪ੍ਰੂਫ ਸ਼ੋਅ ਕਰਾਂਗੇ ਆਪਾਂ ਕਰਾਂਗੇ ਪ੍ਰੂਫ ਹਾਂ ਤੇ ਕਰਾਂਗੇ ਪ੍ਰੂਫ ਵੀ ਹਨਾ ਬਾਕੀ ਆਹੀ ਕਹਿੰਦਾ ਰਿਪਲੇਅਰ ਪਲੇ ਵਾਲਾ ਕੰਮ ਬੰਦ ਕਰਕੇ ਆਪਣੇ ਕੰਮ ਵੱਲ ਧਿਆਨ ਦਿਓ ਫਰੂਟ ਦੀ ਗੱਲ ਸੀ ਨਾ ਰੋਜ਼ ਜਿਮ ਤੋਂ ਵਾਪਸ ਆਈਦਾ ਸੀ ਦੋਨੋਂ ਜਾਣੇ ਜਿਮ ਤੋਂ ਆਪਾਂ ਵਾਪਸ ਆਉਂਦੇ ਹੀਗੇ ਰੋਜ਼ ਜਾਈਦਾ ਸੀਗਾ ਵਲੌਗ ਵਿੱਚ ਵੀ ਇਹ ਚੀਜ਼ ਗਵਾਹ ਵਾ ਵਲੌਗ ਦੇ ਵਿੱਚ ਵੀ ਫਰੂਟ ਸ਼ੋਅ ਕੀਤੇ ਆ ਮੈਂ ਆਪਣੇ ਫੋਨ ਹੱਥ ਚ ਫੜ ਕੇ ਮੈਂ ਆਪ ਕੀਤੇ ਆ ਵਲੌਗਿੰਗ ਕਰਦੇ ਕਰਦੇ ਠੀਕ ਹੈ ਹੁਣ ਮੈਂ ਵੇਖ ਲੋ ਮੈਂ ਕੇਲੇ ਵਗੈਰਾ ਜ਼ਿਆਦਾ ਖਾਣੇ ਹੁੰਦੇ ਕਿਉਂਕਿ ਮੈਂ ਜਿਮ ਜਿਮ ਜਾਂਦਾ ਸੀਗਾ ਕੇਲੇ ਗੋਲੇ ਖਾਣੇ ਇੰਨਾ ਮਲ ਫਰੂਟ ਲੈ ਕੇ ਆਂਦੇ ਸੀਗੇ ਇਸ ਇਨਸਾਨ ਨੇ ਮੈਨੂੰ ਇੱਕ ਵਾਰ ਗਹਿਣਾ ਅਨਾਰ ਅਨਾਰ ਖਾਣ ਨੂੰ ਦਿਲ ਕਰਦਾ ਮੈਂ ਚੁੱਕੋ ਮੈਂ ਕਿਹਾ ਮੈਂ ਤਾਂ ਖਾਣਾ ਨਹੀਂ ਤੂੰ ਤੁਸੀਂ ਖਾਓ ਨਾਰ ਮੈਂ ਤਾਂ ਖਾਂਦਾ ਨਹੀਂ ਕਿਉਂਕਿ ਅਨਾਰ ਮੈਂ ਖਾਣਾ ਮੈਨੂੰ ਪੱਥਰੀ ਹੈਗੀ ਆ ਅਨਾਰ ਲੈ ਆ ਦਿੱਤਾ ਜੀ ਉਸ ਤੋਂ ਬਾਅਦ ਹੋਰ ਵੀ ਯਾਰ ਮਨ ਨੂੰ ਨਾ ਚੇਤਾ ਨਹੀਂ ਗਿਆ ਮੈਨੂੰ ਇੰਨਾ ਪਤਾ ਫਰੂਟ ਲਿਆ ਕੇ ਦਿੱਤੇ ਸੀਗੇ ਇੰਨਾ ਇਸ ਇਨਸਾਨ ਨੇ ਮਤਲਬ ਦੇ ਵੀ ਰਹੀ ਗੱਲ ਵੈਜੀਟੇਬਲਸ ਦੀ ਮਸ਼ਰੂਮ ਬਹੁਤ ਲਿਆਉਂਦਾ ਮੈਂ ਆਪਣੇ ਘਰ 'ਚ ਮਸ਼ਰੂਮ ਚੇਤਾ ਭੁੱਲ ਗਿਆ ਉਸ ਇਨਸਾਨ ਨੂੰ ਚਲੋ ਕੋਈ ਚੱਕਰ ਨਹੀਂ ਹੈ ਕਿਸੇ ਨੇ ਦਿਮਾਗ ਫਰੈਸ਼ ਕਰਤਾ ਉਹਦਾ ਰੱਬ ਮਿਹਰ ਕਰੇ ਜਿਸ ਬੰਦੇ ਨੇ ਵੀ ੜਕਾਤਾ ਇੱਕ ਇਨਸਾਨ ਨੂੰ ਮੇਰੇ ਖਿਲਾਫ ੜਕਾਤਾ ਜਾਂ ਜੋ ਵੀ ਜਾਦੂ ਟੂਣਾ ਕੀਤਾ ਆਣ ਗਈਆਂ ਆਪਣੇ ਟੱਬਰ ਤੇ ਹੀ ਆਣ ਗਈਆਂ ਆਪਣੇ ਨਾਲ ਦੇ ਤਾਂ ਹੀ ਆਣ ਗਈਆਂ ਜਲਦੀ ਆਣ ਗਈਆਂ ਠੀਕ ਹੈ ਮੈਂ ਦੱਸਦਾ ਮੇਰੀ ਮਾਂ ਬਾਰੇ ਬੜੀ ਬਕਵਾਸ ਕੀਤੀ ਸੀ ਕਿਸੇ ਕੁੱਤੇ ਵੀ ਲੈਣੇ ਇਸ ਇਨਸਾਨ ਦੇ ਵਿੱਚੋਂ ਲਾਗੋਤਾ ਕੋਈ ਚੱਕਰ ਨਹੀਂ ਹੈ ਅਗਲਾ ਜੀ ਸਟੱਡੀ ਨਹੀਂ ਸੀ ਕਰਨ ਦਿੰਦੇ ਸਟੱਡੀ ਦੀ ਗੱਲ ਵਧਾ ਕੀ ਸੀ ਦੇਖੋ ਪਲੱਸ 2 ਆਪਣੀ ਮੇਰੀ ਤੇ ਪਲੱਸ 2 ਕੰਪਲੀਟ ਆ ਬਿਕੋਜ਼ ਦੇਖੋ ਮੈਂ ਪਲੱਸ 2 ਤੋਂ ਬਾਅਦ ਸਟੱਡੀ ਕਰ ਸਕਦਾ ਮੈਂ ਹੁਣ ਵੀ ਕਰ ਸਕਦਾ ਸਟੱਡੀ ਬਟ ਗੱਲ ਕੀ ਆ ਜਾਂਦੀ ਆ ਦੇਖੋ ਮੇਰੀ ਸੋਚ ਆ ਦੇਖੋ ਮੇਰੀ ਸੋਚ ਹੈ ਸਭ ਦੀ ਆਪਣੀ ਆਪਣੀ ਸੋਚ ਹੈਗੀ ਆ ਸਟੱਡੀ ਕਰਦੇ ਆਪਾਂ ਹਨਾ ਸਟੱਡੀ ਕਰਕੇ ਆਪਾਂ ਕੰਮ ਕਾਰ ਹੀ ਕਰਨਾ ਜੋ ਵਗੈਰਾ ਹੀ ਕਰਨੀ ਹੁੰਦੀ ਕੋਈ ਹਨਾ ਬਾਕੀ ਪਲੱਸ 2 ਦੇ ਬੇਸ ਤੇ ਬਹੁਤ ਜੋਬਸ ਮਿਲ ਜਾਂਦੀਆਂ ਵਾ ਤੇ ਮੇਰਾ ਮੈਨ ਸੀ ਵੇਖੋ ਮੇਰੇ ਘਰ ਦਾ ਥੋੜਾ ਸਿਸਟਮ ਢਲਾਈ ਸੀ ਹੈਗਾ ਢੱਲਾ ਹੱਲੇ ਵੀ ਢਲਾਈ ਆ ਅ ਜਦੋਂ ਦਾ ਇਹ ਚੱਕਰ ਪਿਆ ਨਾ ਮੇਰਾ ਇਹ ਹੁਣ ਇਹ ਪਰਸਨਲ ਹੀ ਗੱਲ ਇਹ ਢੱਲਾ ਪਿਆ ਹੋਇਆ ਵਾ ਇਹ ਜਿਹੜਾ ਚੱਕਰ ਪਿਆ ਨਾ ਆ ਇਨਸਾਨ ਜਿਹੜਾ ਮੇਰਾ ਜੋ ਵੀ ਤੁਹਾਨੂੰ ਪਤਾ ਹੀ ਆ ਜਿਹੜੀ ਮੈਂ ਗੱਲ ਕਰਦਾ ਮੈਂ ਜਿਸ ਰਿਗਾਰਡਿੰਗ ਮੈਂ ਵੀਡੀਓ ਬਣਾਉਂਦਾ ਉਹ ਜਿਹੜਾ ਮੈਂ ਚੱਕਰ ਪਿਆ ਨਾ ਉਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਓਨਲੀ ਮੇਰਾ ਠੀਕ ਹੈ ਸਿਰਫ ਮੇਰਾ ਨੁਕਸਾਨ ਹੋਇਆ ਬਾਕੀ ਆਪੋਜੀਸ਼ਨ ਵਾਲਿਆਂ ਦੇ ਵਲੋਗ ਤੁਸੀਂ ਦੇਖ ਹੀ ਲਏ ਆ ਸ਼ੋਪਿੰਗਾਂ ਤੇ ਸ਼ੋਪਿੰਗਾਂ ਚੱਲਦੀਆਂ ਪਈਆਂ ਬਟ ਆਈ ਡੋਨਟ ਕੇਅਰ ਠੀਕ ਹੈ ਕਿਉਂਕਿ ਕਿਉਂਕਿ ਕਈ ਲੋਕ ਹੁਣ ਸ਼ੋਪਿੰਗਾਂ ਕਰਦੇ ਪਏ ਨੇ ਇਹੀ ਕਰ ਕਰ ਛੱਡ ਦਿੱਤੀਆਂ ਨੇ ਠੀਕ ਹੈ ਚਲੋ ਤੇ ਇਹ ਗੱਲ ਹੈਗੀ ਆ ਸਟੱਡੀ ਦੀ ਗੱਲ ਇਹ ਸੀਗੀ ਯਾਰ ਦੇਖੋ ਸਟੱਡੀ ਵੱਲੋਂ ਮੈਂ ਤੁਹਾਨੂੰ ਜਿੱਦਾਂ ਕਿਹਾ ਨਾ ਆਪਣੀ ਸੋਚ ਆ ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਸਟੱਡੀ ਕਰਕੇ ਪੈਸੇ ਆ ਨਹੀਂ ਵੇਸਟ ਕਰਨੇ ਆ ਆਪਾਂ ਆਪਾਂ ਨਾ ਕੋਈ ਕੰਮ ਕਰ ਲੈਨੇ ਆ ਜਿੱਦਾਂ ਕਿ ਇਸ ਇਨਸਾਨ ਨੂੰ ਨੇਲਸ ਦਾ ਕੰਮ ਉਹ ਪਸੰਦ ਸੀਗਾ ਮਹਿੰਦੀ ਵੀ ਬਹੁਤ ਅੱਛੀ ਲਗਾਉਂਦਾ ਸੀ ਇਨਸਾਨ ਤੇ ਮੈਂ ਇਹੀ ਸਲਾਹ ਦਿੱਤੀ ਸੀਗੀ ਮੈਂ ਕਿਹਾ ਆਪਾਂ ਨਾ ਨੇਲਸ ਦਾ ਸਮਾਨ ਲਿਆ ਦਾਂਗਾ ਤੈਨੂੰ ਮੈਂ ਤੇ ਮਹਿੰਦੀ ਵੀ ਵਿੱਚ ਕਰੀ ਜਾਈ ਤੇ ਆਪਣੇ ਘਰ ਵੀ ਪੈਸੇ ਭੇਜੋ ਤੇ ਇੱਧਰ ਵੀ ਥੋੜੇ ਆਪਣੇ ਮਤਲਬ ਆਪਣੀ ਦੋਵਾਂ ਦੀ ਪਰਸਨਲ ਲਾਈਫ ਦੇ ਵਿੱਚ ਵੀ ਪੈਸੇ ਹੋਣ ਠੀਕ ਹੈ ਫਿਰ ਮੈਂ ਇਸ ਇਨਸਾਨ ਨੂੰ ਕਿਹਾ ਤੇਰਾ ਵਲੋਗਿੰਗ ਚੈਨਲ ਬਣਾਵਾਗੇ ਕਿਚਨ ਦਾ ਫਿਰ ਆਪਣੇ ਘਰੇ ਵੀ ਅੱਧ ਭੇਜੋ ਆਪਣੇ ਘਰਦਿਆਂ ਨੂੰ ਸੰਭੋ ਬਿਕੋਜ਼ ਦੇਖੋ ਸਾੜਾ ਐਸੇ ਗੱਲ ਦਾ ਸੀਗਾ ਕਿ ਇਹ ਆਪਣੇ ਘਰ ਪੈਸੇ ਭੇਜਦਾ ਵਾ ਸਾੜਾ ਐਸੇ ਗੱਲ ਦਾ ਇਹ ਵੀ ਗੱਲ ਤੁਹਾਡਾ ਨਾ ਕਲੀਅਰ ਕਰਦਾ ਬਾਅਦ ਚੋ ਤੇ ਸਟੱਡੀ ਵਾਸਤੇ ਮੈਂ ਤਾਂ ਕਹਿੰਦਾ ਕਿ ਸਟੱਡੀ ਸ਼ੈਡੋ ਪਰੇ ਕੀ ਕਰਨੀ ਹੈ ਹਨਾ ਤੇ ਮੇਨ ਮੈਨੂੰ ਆਹੀ ਸੀਗਾ ਕਿ ਸਟੱਡੀ ਕੀ ਕਰਨੀ ਆਪਾਂ ਕਰਕੇ ਆਪਣਾ ਮਤਲਬ ਕਿ ਉਹ ਦੇਖੋ ਤੁਸੀਂ ਕੰਮ ਕਰ ਲੈ ਧਿਆਨ ਦਿਓ ਜਾਂ ਸਟੱਡੀ ਕਰਦੇ ਤੇ ਪੈਸੇ ਜਾਣੇ ਸੀਗੇ ਉਹੀ ਜੇ ਆਪਾਂ ਨੇਲਸ ਦਾ ਕੰਮ ਕਰਦੇ ਕਿਉਂਕਿ ਪ੍ਰੋਮੋਸ਼ਨਾਂ ਤੇ ਇਦਾਂ ਹੀ ਹੋਏਣੀਆਂ ਸੀਗੀਆਂ ਨੇਲਸ ਦਾ ਕੰਮ ਕਰਦੇ ਜਾਂ ਮਹਿੰਦੀ ਦਾ ਕੰਮ ਕਰਦੇ ਤੇ ਉਹ ਕੰਮ ਵਿੱਚ ਪੈਸਾ ਆਣਾ ਸੀਗਾ ਸਟੱਡੀ ਕਰਨੀ ਸੀ ਤੇ ਜਾਣਾ ਸੀਗਾ ਹਨਾ ਇਹ ਮੇਰੀ ਆਪਣੀ ਸੋਚ ਸੀ ਕਿ ਇਸ ਕਰਕੇ ਮੈਂ ਸਟੱਡੀ ਤੋਂ ਰੋਕਦਾ ਸੀਗਾ ਬਿਕੋਜ਼ ਫਾਈਨੈਂਸ਼ੀਅਲ ਇਸ਼ੂ ਸੀਗੇ ਇਹਦੇ ਘਰ ਵੀ ਸੀਗੇ ਮੈਂ ਨਹੀਂ ਸੀ ਚਾਹੁੰਦਾ ਹੈਗਾ ਕਿ ਫਾਈਨੈਂਸ਼ੀਅਲ ਇਸ਼ੂ ਹੈਗੇ ਆ ਤੇ ਪੈਸਾ ਹਨਾ ਪੜ੍ਹਾਈ ਤੇ ਲਾਓ ਇਸ ਤੋਂ ਵਧੀਆ ਪੈਸਾ ਲਾ ਕੇ ਬੰਦਾ ਸਮਾਨ ਲਿਆ ਦੇ ਮੈਂ ਇਹ ਨਹੀਂ ਗੱਲ ਵੇਸ ਇਨਸਾਨ ਨੂੰ ਕਹੀ ਸੀ ਕਿ ਮੈਂ ਕਿਹਾ ਆਪਾਂ ਨਾ ਜਨਵਰੀ ਚ ਲੋਹੜੀ ਤੇ ਜਾਣਾ ਆਪਣੇ ਘਰ ਤੇ ਫੈਮਿਲੀ ਵਲੌਗ ਵਧੀਆ-ਵਧੀਆ ਬਣਾਵਾਂਗੇ ਤੇ ਆਪਾਂ ਨੂੰ ਵਧੀਆ ਪੇਮੈਂਟ ਆਊਗੀ ਤੁਹਾਨੂੰ ਵਧੀਆ ਜਿਹਾ ਮੈਂ ਨੇਲਸ ਦਾ ਸਮਾਨ ਲਿਆ ਦਾਂਗਾ ਕੱਟ ਲਿਆ ਦਾਂਗਾ ਸਾਰੀ ਜੋ ਵੀ ਹੁੰਦੀ ਮਸ਼ੀਨਾਂ ਵਿੱਚ ਨੇਲਸ ਦੀਆਂ ਐਕਸਟੈਂਸ਼ਨ ਵਾਲੀਆਂ ਤੇ ਬਟ ਇਹ ਕਦਰ ਨਹੀਂ ਪਈ ਇਸ ਚੀਜ਼ ਦੀ ਚਲੋ ਕੋਈ ਚੱਕਰ ਨਹੀਂ ਇਹ ਤੇ ਉਸ ਹਾਬ ਸੀਗਾ ਖਡੋਣਾ ਹੁਣੇ ਚਾਹੀਦਾ ਹੁਣੇ ਚਾਹੀਦਾ ਹੁਣੇ ਚਾਹੀਦਾ ਗੱਲ ਚ ਅੰਗੂਠਾ ਦੇ ਕੇ ਮੈਂ ਲੈਣਾ ਹੀ ਲੈਣਾ ਖਡੋਣਾ ਪਰ ਚਲੋ ਕੋਈ ਚੱਕਰ ਨਹੀਂ ਵਾਹੇ ਗੱਲ ਵਾ ਕੁੱਤਿਆਂ ਨੂੰ ਕਿਉਂ ਹਜਮ ਹੁੰਦਾ ਨਹੀਂਗਾ ਇਹ ਗੱਲ ਸੱਚੀ ਕਹੀ ਕਹਿਣਾ ਦੂਜੀ ਗੱਲ ਜਿਹੜਾ ਮੈਂ ਪਿੱਛੇ ਜੇ ਵਲੋਗ ਪਾਇਆ ਸੀ ਨਾ ਰੋ ਪਟ ਕੇ ਉਹਦੇ ਚ ਮੈਂ ਇੰਨੀ ਤਾਰੀਫ ਵੀ ਕੀਤੀ ਸੀ ਤਾਰੀਫ ਵੀ ਕੀਤੀ ਸੀ ਪਰ ਉਹੀ ਗੱਲ ਨਾ ਕੁੱਤਿਆਂ ਨੂੰ ਕਿਉਂ ਪਚ ਜਾਣੀ ਠੀਕ ਹੈ ਤਾਰੀਫ ਮੈਂ ਕੀਤੀ ਸੀ ਕਿ ਬਹੁਤ ਪਰ ਚਲੋ ਕੋਈ ਚੱਕਰ ਨਹੀਂ ਇੱਕ ਆ ਰੀਜ਼ਨ ਹੈ ਵਿੱਚ ਅਲੀਗੇਸ਼ਨ ਆਪਣੇ ਘਰ ਪੈਸੇ ਭੇਜਦਾ ਸੀ ਤਾਂ ਘਰ ਦਿਆਂ ਮੇਰੇ ਮੇਰੇ ਘਰ ਦਿਆਂ ਦਾ ਕਦੀ ਸੁਣੀ ਸੋਚਿਆ ਮੈਨੂੰ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਆਪਣੀ ਮਾਂ ਨੂੰ ਮੈਂ ਦੇਖੋ ਜੀ ਤੁਸੀਂ ਮੇਰੀ ਫੈਮਲੀ ਵੇਖ ਲਈਏ ਕੌਣ-ਕੌਣ ਮੇਰੀ ਫੈਮਲੀ ਚ ਠੀਕ ਆ ਮੈਂ ਵਾਂ ਮੰਮੀ ਆ ਮੇਰੇ ਦਾਦਾ ਜੀ ਨੇ ਠੀਕ ਆ ਤੇ ਐਂਜਲ ਚਲੋ ਆਪਣੇ ਘਰ ਆਓ ਹਨਾ ਉਹ ਹੁਣ ਹੁਣ ਫਿਲਹਾਲ ਦੀ ਜਿਹੜੀ ਆਪਾਂ ਤਿੰਨ ਫੈਮਲੀ ਮੈਂਬਰ ਹਨਾ ਉਹਦਾ ਤਾਂ ਚਲੋ ਵਿਆਹ ਹੋ ਗਿਆ ਉਹ ਆਪਣੀ ਜਗ੍ਹਾ ਵਾ ਠੀਕ ਆ ਹੁਣ ਬਾਕੀ ਤੁਸੀਂ ਆਪ ਸੋਚੋ ਯਾਰ ਮੇਰੇ ਘਰੇ ਆਮਦਨ ਕੋਈ ਨਹੀਂ ਹੈਗੀ ਮੇਰੇ ਘਰੇ ਸਿਰਫ ਇੱਕ ਕਿਰਾਇਆ ਆਂਦਾ ਵਾ ਆਪਾਂ ਕਿਰਾਏ ਦਾ ਰੱਖੇਦੇ ਆ ਠੀਕ ਹੈ ਮੇਰੇ ਘਰੇ ਸਿਰਫ ਇੱਕ ਕਿਰਾਇਆ ਆਂਦਾ ਜੋ ਵਗੈਰਾ ਮੰਮੀ ਮੇਰੇ ਨਹੀਂ ਕਰਦੇ ਹੈਗੇ ਠੀਕ ਹੈ ਹਾਊਸ ਵਾਈਫ ਹੈਗੇ ਆ ਤੇ ਜੇ ਮੈਂ ਆਪਣੀ ਮੰਮੀ ਨੂੰ ਜੇ ਪੈਸੇ ਭੇਜ ਦਿੱਤੇ ਖਰਚਾ ਭੇਜਦਾ ਇਹਦੇ ਚ ਸਾੜਾ ਕਾਦਾ ਯਾਰ ਮੈਂ ਨਹੀਂ ਭੇਜਨੇ ਹੋਰ ਗਵਾਂਡੀਆਂ ਨੂੰ ਥੋੜੀ ਦੇਣੇ ਆਣ ਕੇ ਜਾ ਕੇ ਹੋਰ ਨੂੰ ਥੋੜੀ ਦੇਣੇ ਆ ਐਂਜਲ ਵੀ ਹੈਲਪ ਕਰਦੀ ਆ ਮੈਂ ਵੀ ਹੈਲਪ ਕਰਦਾ ਵਾਂ ਤਾਂ ਕੀ ਹੋ ਗਿਆ ਯਾਰ ਹਨਾ ਮੰਮੀ ਤੇ ਚਲੋ ਮੰਗਦੇ ਹੀ ਨਹੀਂ ਵਿਚਾਰੇ ਪੈਸੇ ਉਹਨਾਂ ਨੇ ਕੀ ਹਨਾ ਉਹਨਾਂ ਨੇ ਵੀ ਮਤਲਬ ਉਹ ਵੀ ਪੈਸੇ ਇਦਾਂ ਹੁੰਦਾ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਉਹਨਾਂ ਨੇ ਕਿਹਾ ਹੱਡੀਆਂ ਗਰੀਲਾ ਬਣਾਣੀਆਂ ਜਾਂ ਵਲੋਗ ਬਣਾਣੇ ਆ ਉਹਨਾਂ ਨੂੰ ਲੋੜ ਹੀ ਨਹੀਂ ਆਪਾਂ ਤਾਂ ਚਲੋ ਪੈਸੇ ਤਾਂ ਖਚੇ ਤੁਹਾਨੂੰ ਕੱਪੜੇ-ਕੁੱਪੜੇ ਲੋੜ ਹੁੰਦੀ ਸਾਨੂੰ ਸੋਚ ਜਾਂਦੀ ਸ਼ੌਂਕ ਪੂਨੇ ਪੂਰਨੇ ਹੁੰਦੇ ਆ ਇਹੀ ਤੇ ਸਾਲੀ ਉਮਰ ਆ ਸ਼ੌਂਕ ਪੂਜਣ ਦੀ ਹਣਾ ਤੇ ਮੈਂ ਆਪਣੇ ਘਰੇ ਪੈਸੇ ਭੇਜਦਾ ਹੀ ਉਹਦਾ ਗੱਲ ਦਾ ਵੀ ਸਾੜਾ ਪੈ ਗਿਆ ਪਰ ਇਹ ਗੱਲ ਮੈਂ ਦੱਸਦਾ ਇਸ ਇਨਸਾਨ ਦੇ ਘਰੇ ਮਾੜਾ ਟਾਈਮ ਆਇਆ ਤਾਂ ਸੀਗਾ ਪੈਸਿਆਂ ਦਾ ਠੀਕ ਆ ਤੇ ਮੈਂ ਉਦੋਂ ਵੀ ਪੈਸੇ ਟਰਾਂਸਫਰ ਕੀਤੇ ਸੀ ਇਹਨਾਂ ਨੂੰ ਤੇ ਮੈਂ ਇਹ ਨਹੀਂ ਗੱਲ ਵੀ ਕਹੀ ਮੈਨੂੰ ਨਹੀਂ ਚਾ ਮੈਨੂੰ ਪੈਸੇ ਨਹੀਂ ਚਾਹੀਦੇਗੇ ਕੋਈ ਚੱਕਰ ਨਹੀਂ ਤੇਰੇ ਘਰ ਦੇ ਮੇਰੇ ਘਰ ਦੇ ਕੋਈ ਚੱਕਰ ਨਹੀਂ ਪਿਆਰ ਮੇਰਾ ਪੂਰਾ ਸੀਗਾ ਨਾਲੇ ਇੱਕ ਹੋਰ ਗੱਲ ਦਾ ਜਵਾਬ ਦਵੋ ਬੰਦਾ ਗੁੱਸੇ 'ਚ ਮਾਪਣ ਦੀ ਗੱਲ ਕੱਢ ਦਿੰਦਾ ਵਾ ਸਭ ਦੇ ਯਾਰ ਵੇਖੋ ਸਭ ਕੱਢਦੇ ਆ ਸਾਰੇ ਕੱਢਦੇ ਆ ਆਪਣੀ ਘਰ ਵਾਲੀ ਨੂੰ ਆਪਣੀ ਨਾਲ ਦੀ ਨੂੰ ਸਭ ਗੁੱਸੇ-ਗੁੱਸੇ 'ਚ ਕੱਢ ਦਿੰਦੇ ਆ ਪਿਆਰ ਤਾਂ ਦਿਲ 'ਚ ਹੁੰਦਾ ਨਾ ਹੁਣ ਮੈਂ ਟਾਈਜ਼ਨ ਨੂੰ ਕਿੰਨੀ ਗੱਲ ਫੇਰਦਾ ਜਦੋਂ ਭੋਂਗਦਾ ਵਾ ਕਿੰਨੀ ਟਾਈਜ਼ਨ ਨੂੰ ਗੱਲ ਫੇਰਦਾ ਇਹ ਤਾਂ ਮੈਨੂੰ ਪਿਆਰ ਨਹੀਂ ਕਰਦਾ ਮੈਂ ਚੰਗੀ ਜੰਗੀ ਵੱਡੀਆਂ-ਵੱਡੇ ਗਾਲਾਂ ਫੇਰਦਾ ਨਾ ਟਾਈਜ਼ਨ ਨੂੰ ਪਰ ਮੈਂ ਉਹਨੂੰ ਪਿਆਰ ਨਹੀਂ ਕਰ ਇਹ ਤਾਂ ਮੈ ਫਾਰਮੈਟਾਈਜ਼ਨ ਕਰਦਾ ਮਤਲਬ ਮਾਰ ਦੇਣਾ ਜੇ ਬੋਦਾ ਭੋਂਕਿਆ ਮੈਂ ਮਾਰ ਦੂੰਗਾ ਉਹਨੂੰ ਐਦਾਂ ਥੋੜੀ ਯਾਰ ਅੱਖਾਂ ਨਾਲ ਹੀ ਬੰਦਾ ਪੈਰ ਉਂਗਲੀਆਂ ਨਾਲ ਹੀ ਗੋਲੀਆਂ ਮਾਰ ਕੇ ਮਰ ਜਾਂਦਾ ਕੋਈ ਬੰਦਾ ਐਵੇਂ ਹੀ ਬੰਦੇ ਲੋਕੀ ਫਿਰ ਸਾਲੀ ਗੱਲ ਚੱਕ ਲੈਂਦੇ ਆ ਫਿਰ ਇਹ ਅਲਿਗੇਸ਼ਨ ਮੇਰੇ ਤੇ ਲੱਗਾ ਜੀ ਜਦੋਂ ਇਸ ਇਨਸਾਨ ਦੇ ਫੈਮਿਲੀ ਮੈਂਬਰਸ ਚੰਡੀਗੜ੍ਹ ਆਪਣਾ ਸਾਮਾਨ ਚੁੱਕਣ ਆਏ ਅਲਿਗੇਸ਼ਨ ਲਾਤਾ ਜੀ ਮੇਰਾ ਮੇਕਅਪ ਦਾ ਸਾਮਾਨ ਐਂਡ ਮੇਰੀ ਬੈਲਟ ਪਤਾ ਨਹੀਂ ਕਿੰਨੇ ਚੁੱਕ ਲਈ ਹੁਣ ਕਾਮਨ ਸੈਂਸ ਵਾਲੀ ਗੱਲ ਆ ਮੇਕਅਪ ਦਾ ਆ ਵੇਖੋ ਆ ਮੈਂ ਮੇਕਅਪ ਲਾਇਆ ਹੋਇਆ ਮੈਂ ਲੈਣਾ ਸੀ ਮੇਕਅਪ ਹੈ ਮੇਰੀ ਮੰਮੀ ਦਾ ਨਾ ਡੱਬੇ ਭਰੇ ਹੋਏ ਮੇਕਅਪ ਦੇ ਸਮਾਨ ਦੇ ਵਧੀਆ ਹੀ ਆ ਇਹੋ ਜਿਹੇ ਕੰਮ ਨਹੀਂ ਕਰਦੇ ਅਸੀਂ ਨਵਾਂ ਲੈ ਆਵਾਂਗੇ ਠੀਕ ਆ ਮੇਕਅਪ ਦੀ ਇੰਨੀ ਕਰਤੂਤ ਹੈਗੀ ਆ ਮੇਕਅਪ ਵਧੀਆ ਵਾਲਾ ਲੈ ਆਵਾਂਗੇ ਆਪਾਂ ਅਸੀਂ ਨੇ 2.5 3 16 ਮੇਕਅਪ ਲਾਣਾ ਵਧੀਆ ਮੰਮੀ ਲੈ ਆ ਕੇ ਦਿੰਦਾ ਮੈਂ ਆ ਗੱਲਾਂ ਨਹੀਂ ਬੋਧੀਆਂ ਕਰਦੀਆਂ ਰੋਈ ਬੈਲਟ ਦੀ ਗੱਲ ਬੈਲਟ ਕਿੰਨੇ ਲੈਣੀ ਹੈ ਹੈ ਮਮੀ ਜੱਡਾ ਕੇ ਚੱਡਾ ਕੇ ਚਲੋ ਲੱਕ ਸੀਗਾ ਚਲੋ ਉਹ ਵੀ ਗੱਲਾਂ ਛੱਡੋ ਯਾਰ ਹਨਾ ਮੈਨੂੰ ਨਾ ਯਾਰ ਆ ਗੱਲਾਂ ਕਰਦੇ ਕਰਦੇ ਨਾ ਫੀਲ ਵੀ ਬਹੁਤ ਹੁੰਦਾ ਕਿਉਂਕਿ ਮੈਂ ਇੱਥੋਂ ਲਈ ਸੀਗੀ ਪਰ ਇਹ ਗੱਲਾਂ ਪਤਾ ਮੈਂ ਕਿਉਂ ਕਰਦਾ ਮੈਂ ਕਿਉਂ ਮੈਂ ਕਿਉਂ ਭੌਂਕੰਦਿਆ ਬਾਰ ਬਾਰ ਮੈਂ ਕਿਉਂ ਬਕਵਾਸ ਕਰਨਿਆ ਪਈਓ ਕਰਨਿਆ ਕਿਉਂਕਿ ਆਪੋਜੀਸ਼ਨ ਵਾਲੇ ਬੰਦੇ ਨੇ ਨਹੀਂ ਸੋਚਿਆ ਕਿ ਆਪੋਜੀਸ਼ਨ ਵਾਲੇ ਬੰਦੇ ਨੇ ਇਹ ਨਹੀਂ ਸੋਚਿਆ ਕਿ ਯਾਰ ਦਿਲੋਂ ਤੇ ਮੈਂ ਵੀ ਲਈ ਸੀ ਪਰ ਮੈਂ ਇੰਨਾ ਰੂੜ ਕੇ ਹੁੰਦਾ ਪਿਆ ਵਾ ਇੰਨੀ ਰੂੜ ਕਿਉਂ ਹੁੰਦੀ ਪਈਆਂ ਇਹ ਗੱਲ ਸੋਚੀ ਆਪੋਜੀਸ਼ਨ ਵਾਲੇ ਨੇ ਇਸ ਕਰਕੇ ਮੈਂ ਵੀ ਕਿਉਂ ਸੋਚਾਂ ਬੈਲਟ ਦੀ ਗੱਲ ਆ ਬੈਲਟ ਮੰਮੀਆਂ ਲਾਣੀ ਸੀ ਮੰਮੀ ਨੂੰ ਤੇ ਆਣੀ ਵੀ ਨਹੀਂ ਸੀ ਬੈਲਟ ਤੇ ਮੈਂ ਕੀ ਕਰਨੀ ਸੀ ਲਾ ਕੇ ਮੈਂ ਕੁੜੀਆਂ ਲਈ ਬੈਲਟ ਲਾਉਂਗਾ ਹੈ ਜਾਂ ਮੈਂ ਨਾਲ ਦੀ ਬਣਾਈ ਹੋਈ ਹੈ ਹੋਰ ਜਿਹਨੂੰ ਮੈਂ ਦੇ ਦੇਣੀ ਸੀ ਬੈਲਟ ਆਪਾਂ ਨੂੰ ਕੀ ਪਤਾ ਬੈਲਟ ਕਿੱਥੇ ಠੜੀ ਆਪਾਂ ਨੂੰ ਕੀ ਹੈਣਾ ਆਪਾਂ ਆਪਣੀ ਬੈਲਟ ਸ਼ੋਰੂਮ ਤੋਂ ਲੈ ਕੇ ਆਂਦੀ ਸੀ ਯਾਦ ਆਇਆ ਯਾਦ ਆ ਕਿ ਭੁੱਲ ਗਿਆ ਬੰਬੇ ਪਿਕਨਿਕ ਸਪੋਰਟ ਜਾਣੇ ਲਈ ਤੇ ਸੀ ਨਾ ਉਹ ਬ੍ਰਾਂਡ ਦੀ ਬੈਲਟ ਵਧੀਆ ਵਾਲੀ ਚਲੋ ਵੀ ਅਗਲਾ ਐਲੀਗੇਸ਼ਨ ਮੈਨੂੰ ਮੇਰੇ ਤੇ ਪੈਸੇ ਖਰਚਣ ਦੀ ਪਰਮਿਸ਼ਨ ਨਹੀਂ ਸੀ ਇੱਕ ਤੇ ਸਾਲੀ ਸੋਟੀ ਨਹੀਂ ਬਈ ਮੈਂ ਸਿਰ ਤੇ ਮਾਰ ਕੇ ਨਾ ਮੇਰਾ ਸਿਰ ਖੋਲਾ ਪਹਿਲੇ ਸੋਟੀ ਨਾਲ ਨਹੀਂ ਖੁੱਲਣਾ ਸੋਰੀ ਚਲੋ ਯਾਰ ਵੇਖੋ ਇਹਦਾ ਜਵਾਬ ਮੈਂ ਹੁਣ ਕੀ ਦਵਾ ਵਲੋਗ ਗਵਾਹ ਨੇ ਯਾਰ ਵਲੋਗ ਵਣੇ ਇਹ ਕੰਮ ਕਰੋ ਅਮ ਜਾ ਸੁਣਾ ਚੈਨਲ ਖੋਲ ਕੇ ਨਾ ਵਲੋਗ ਵੇਖ ਕੇ ਆ ਤੇ ਆਪੇ ਤੁਹਾਨੂੰ ਪਤਾ ਲੱਜੂਗਾ ਮੈਨੂੰ ਮੇਰੇ ਤੇ ਪੈਸੇ ਖਰਚਣ ਦੀ ਪਰਮਿਸ਼ਨ ਨਹੀਂ ਸੀ ਮੇਰੀ ਗੱਲ ਸੁਣੋ ਜਿਆ ਧਿਆਨ ਦੇ ਨਾਲ ਸਦੀ ਗੱਲ ਆ ਯਾਰ ਮੈਂ ਥੱਕ ਗਿਆ ਬੋਲ-ਬੋਲ ਕੇ ਪੈਸੇ ਖਰਚਾਂ ਦੀ ਪਰਮਿਸ਼ਨ ਦੀ ਗੱਲ ਪਤਾ ਕੀ ਆ ਵੇਖੋ ਹਰ ਚੀਜ਼ ਦਿੱਤੀ ਲਿਆ ਕੇ ਠੀਕ ਹੈ ਮੈਂ ਫਿਰ ਕਿੰਨਾ ਪਿਆ ਪ੍ਰੂਫ ਤੇ ਗੱਲ ਹੈਗੀ ਆ ਕੋਈ ਚੱਕਰ ਨਹੀਂ ਆ ਸਭ ਨੂੰ ਪਤਾ ਕੀ ਨਹੀਂ ਲਿਆ ਦਿੱਤਾ ਇੱਕ ਵਾਰੀ ਇਨਸਾਨ ਨੇ ਮੈਨੂੰ ਕਹਿਣਾ ਬਲੈਂਕਟ ਤੋਂ ਇਹ ਮੰਗਾ ਦੋ ਛੱਟ ਦੇ ਨਹੀਂ ਮੰਗਾ ਲੈਣਾ ਆਪਾਂ ਠੀਕ ਹੈ ਚਲੋ ਉਹ ਤੇ ਕਚਰ ਪਚਾ ਚਿਪਸ ਚੁਪਸ ਜੇ ਹੋ ਗਏ ਪਰ ਫਿਰ ਵੀ ਯਾਰ ਫਰਮਾਇਸ਼ ਤੇ ਫਰਮਾਇਸ਼ ਹੀ ਹੋਈ ਨਾ ਮੈਂ ਨਹੀਂ ਕਹਿੰਦਾ ਇਹ ਬੰਦਾ ਮੇਰੇ ਕੋਲ ਮੰਗਦਾ ਹੀ ਰਹਿੰਦਾ ਹੀ ਮੰਗਦਾ ਹਾਂ ਇਸ ਗੱਲੋਂ ਮੈਂ ਇਸ ਬੰਦੇ ਦੀ ਸਿਫਤ ਕਰਦਾ ਇਹ ਬਾਕੀ ਕੁਣੀਆ ਵਰਗਾ ਸਿਸਟਮ ਨਹੀਂ ਸੀਗਾ ਕਿ ਕੀ ਮਤਲਬ ਇਦਾਂ ਦਾ ਸਿਸਟਮ ਨਹੀਂ ਸੀ ਗਾਇਸ ਇਨਸਾਨ ਦਾ ਕਿ ਜਿੱਦਾਂ ਕਈ ਕੁੜੀਆਂ ਕਰਦੀਆਂ ਲੈ ਆ ਕੇ ਦੋ ਮੈਨੂੰ ਲੈ ਆ ਕੇ ਦੋ ਮੈਨੂੰ ਲੈ ਆ ਦੋ ਨਹੀਂ ਲੈਣ ਦੇਣਾ ਪੈਣੀਆਂ ਬ੍ਰੇਕਅਪ ਹੋਇਆ ਇਦਾਂ ਦਾ ਫੁੱਦੂ ਕੰਮ ਨਹੀਂ ਕਰਦੀ ਚੰਗਾ ਵਧੀਆ ਸੀਗਾ ਇਹ ਸਾਲਾ ਮਾਈਂਡ ਫਰੈਸ਼ ਕਰਤਾ ਕਿ ਇਹ ਛੱਡੋ ਪਰੇ ਠੀਕ ਆ ਹਰ ਚੀਜ਼ ਲੈ ਆ ਕੇ ਦਿੱਤੀ ਠੀਕ ਆ ਵਲੋਗਸ ਗਵਾਹ ਨੇ ਵਲੋਗਸ ਇਹਦੇ A to Z ਗਵਾਹ ਨੇ ਠੀਕ ਆ ਬਾਕੀ ਇਹ ਇਹ ਜਵਾਬ ਹੁਣ ਮੈਂ ਨਹੀਂ ਦੇਣਾ ਬਹੁਤ ਲੰਬੀ ਕਹਾਣੀ ਬਣ ਜਾਣੀ ਆ ਠੀਕ ਆ ਵਲੋਗਸ ਹੁਣ ਮੇਰੇ ਉੱਡ ਗਏ ਆ ਠੀਕ ਆ ਕਿਤੋਂ ਨਾ ਕਿਤੋਂ ਹੁਣ ਮੇਰੇ ਵਲੋਗਸ ਜਿਹੜੇ ਡੀਲੀਟ ਹੋ ਗਏデア ਉਹ ਛੱਡੋ ਹੁਣ ਤੁਸੀਂ ਇਹ ਕੰਮ ਕਰਿਓ ਅਮਨ ਜਸਨਾ ਸਾਡੇ ਵਲੋਗਸ ਸੀਗਾ ਸੇਮ ਟੂ ਸੇਮ ਵਲੋਗਸ ਹੁੰਦੇ ਸੀ ਠੀਕ ਹੈ ਜਾ ਕੇ ਵੇਖ ਲਿਓ ਮਾੜਾ ਮੋਟਾ ਠੀਕ ਹੈ ਤੇ ਹੋਰ ਕੀ ਕਹਿੰਦੇ ਆ ਤੇ ਬਾਕੀ ਰੋਸਟਿੰਗ ਵਿੱਚ ਵੀ ਹਾਂ ਰੋਸਟਾਂ ਕੋ ਰੋਸਟ ਵਿੱਚ ਮੇਰੇ ਵਲੋਗ ਟੋਟਲੀ ਹੈਗੇ ਆ ਤੇ ਰੋਸਟ ਵਿੱਚ ਜਾ ਕੇ ਵਲੋਗ ਚੈੱਕ ਕਰ ਲਿਓ ਹੁੰਦਾ ਤੇ ਰੋਮਾਂਚ ਕੀ ਆ ਰੋਸਟ ਹੀ ਆ ਤੇ ਉਹਦੇ ਚ ਪਤਾ ਵ ਸਭ ਨੂੰ ਤੇ ਉਹ ਵੇਖ ਲਿਓ ਮੈਂ ਉਸ ਤੋਂ ਬਾਅਦ ਐਲੀਗੇਸ਼ਨ ਲਗਾ ਮੈਨੂੰ ਡਿਪਰੈਸ਼ਨ ਸੀ ਸੁਸਾਇਡ ਦੀ ਕੀਤੀ ਕੋਸ਼ਿਸ਼ ਇਹ ਪਤਾ ਗੱਲ ਕਿਉਂ ਹੁੰਦੀ ਆ ਡਿਪਰੈਸ਼ਨ ਦੀ ਗੱਲ ਕਰਦੇ ਜਣਾ ਡਿਪਰੈਸ਼ਨ ਮੈਨੂੰ ਆ ਅਸਲੀ ਡਿਪਰੈਸ਼ਨ ਮੈਨੂੰ ਆ ਠੀਕ ਆ ਲੋਕਾਂ ਦੇ ਰਿਸ਼ਤੇ ਟੁੱਟਦੇ ਨਾ ਲੋਕਾਂ ਦੇ ਘਰੇ ਨਾ ਦੰਦਲਾ ਪੈਣੇ ਸ਼ੁਰੂ ਹੋ ਜਾਂਦੀਆਂ ਲੋਕਾਂ ਨੂੰ ਟੈਨਸ਼ਨਾਂ ਹੋਣ ਲੱਗ ਜਾਂਦੀਆਂ ਮੇਰੇ ਘਰ ਦਾ ਨਾ ਸਾਰਾ ਸਟਰਕਚਰ ਮੁੱਦਾ ਪੈ ਗਿਆ ਠੀਕ ਆ ਐ ਹੁੰਦਾ ਨਾ ਐਦਾਂ ਹੋ ਗਿਆ ਠੀਕ ਆ ਬਟ ਤੁਸੀਂ ਆਪਸਾ ਬਲੋ ਸੱਚੀ ਗੱਲ ਦੱਸਿਓ ਆ ਮੇਰਾ ਬੂਥਾ ਵੇਖੋ ਮੇਰਾ ਮੂੰਹ ਵੇਖੋ ਠੀਕ ਆ ਮੇਰੀਆਂ ਰੀਲਾਂ ਵੇਖਿਓ ਪੁਰਾਣੀਆਂ ਆ ਚੰਡੀਗੜ੍ਹ ਵਾਲੀਆਂ ਉਦੋਂ ਜੇ ਮੇਰਾ ਫੇਸ ਵੇਖਿਓ ਤੇ ਹੁਣ ਮੇਰਾ ਫੇਸ ਦੇਖੋ ਤੁਹਾਨੂੰ ਆਪੇ ਪਤਾ ਲੱਜੂਗਾ ਡਿਪਰੈਸ਼ਨ ਕਿਨੂੰ ਆ ਕਿਨੂੰ ਨਹੀਂ ਤੇ ਜਾ ਕੇ ਉਸ ਇਨਸਾਨ ਦੀ ਰੀਲਸ ਵੇਖਿਓ ਠੀਕ ਹੈ ਉਸ ਇਨਸਾਨ ਦੀ ਪੁਰਾਣੀ ਕੋਈ ਵੀਡੀਓ ਦੇਖਿਓ ਠੀਕ ਹੈ ਨਹੀਂ ਸੋਰੀ ਉਦੋਂ ਵੀ ਸਾਰਜੋ ਇਨਸਾਨ ਤਗੜਾ ਸੀਗਾ ਅਸੀਂ ਕਮਜ਼ੋਰ ਹੋਏ ਸੀਗੇ ਨਹੀਂ ਮੀਨਸ ਕੇ ਥੋੜਾ ਬੋਤਾ ਫਰਕ ਪਊਗਾ ਤੁਹਾਨੂੰ ਲੱਗਣ ਚ ਥੋੜਾ ਬੋਤਾ ਵੇਖਿਓ ਦੋ ਦੋਵਾਂ ਨੇ ਨਾ ਕੰਪੇਅਰ ਟੀ ਕਰਕੇ ਦੇਖਿਓ ਠੀਕ ਹੈ ਤੁਹਾਨੂੰ ਆਪੇ ਪਤਾ ਲੱਜੂਗਾ ਡਿਪਰੈਸ਼ਨ ਅਸਲੀ ਕਿਨੂੰ ਸੀਗਾ ਠੀਕ ਹੈ ਚਲੋ ਹੋਊਗਾ ਡਿਪਰੈਸ਼ਨ ਸੁਸਾਇਡ ਦੀ ਕੋਸ਼ਿਸ਼ ਇਦਾਂ ਹੀ ਆ ਕਿ ਓਏ ਯਾਰ ਇਹ ਗੱਲਾਂ ਭੁੱਲ ਜਾਂਦੇ ਆ ਇਨਸਾਨ ਇੱਕ ਵਾਰੀ ਮੈਂ ਵੀ ਸੀ ਚੰਡੀਗੜ੍ਹ ਠੀਕ ਆ ਮੈਨੂੰ ਪੈਨਿਕ ਅਟੈਕ ਆਣ ਲੱਗਾ ਸੀਗਾ ਮੈਂ ਡਿੱਗ ਗਿਆ ਬੈਡ ਤੋਂ ਮੇਰਾ ਸਿਰ ਨਾ ਐਦਾਂ ਸਿਰ ਸੀਗਾ ਮੇਰਾ ਫਰਸਟ੍ਰੇਟ ਬਹੁਤ ਮੈਨੂੰ ਇਨਸਾਨ ਕਰਦਾ ਰਿਹਾ ਬਹੁਤ ਟੌਰਚਰ ਮੈਨੂੰ ਕਰਦਾ ਰਿਹਾ ਇਨਸਾਨ ਠੀਕ ਆ ਸੁਸਾਇਡ ਕਰਨ ਦੀ ਕੋਸ਼ਿਸ਼ ਤਾਂ ਫਿਰ ਮੈਂ ਵੀ ਕੀਤੀ ਸੀਗੀ ਹੈ ਪਰ ਚਲੋ ਵਹੀ ਬਹੁਤ ਕੁਝ ਦੇਖਿਆ ਇਸ ਲਾਈਵ 'ਚ ਕਿ ਨਹੀਂ ਆ ਰਹੇ ਹੁਣ ਫੁੱਦੂ ਕੰਮ ਜ਼ਿੰਦਗੀ 'ਚ ਨਹੀਂ ਆਪਾਂ ਕਰਨਾ ਉਦਾਂ ਮਾਰਾ ਮੋਟਾ ਮਾਰ ਲਾਂ ਕੁਛ ਨਾ ਕੁਛ ਉਹ ਨਾਰਮਲ ਹੈਗਾ ਵਾ ਠੀਕ ਆ ਮੈਂ ਐਦਾਂ ਬੈਠਾ ਸੀਗਾ ਇੰਨਾ ਫਰਸਟ੍ਰੇਟ ਹੋ ਗਿਆ ਸੀਗਾ ਮੈਨੂੰ ਜਖਦਮ ਕੁਛ ਹੋਇਆ ਮੈਂ ਇੱਥੋਂ ਬੈੱਡ ਤੋਂ ਨਾ ਸਿੱਧਾ ਥੱਲੇ ਤੇ ਸਿਰ ਮੇਰਾ ਥੱਲੇ ਵੱਜਾ ਤੇ ਲੱਤਾਂ ਮੇਰੀਆਂ ਬੈੱਡ ਤੇ ਰਹਿ ਗਈਆਂ ਐਦਾਂ ਮੈਨੂੰ ਵੀ ਬੜਾ ਕੁਛ ਹੋਇਆ ਉੱਥੇ ਬਟ ਮੈਂ ਇਹ ਚੀਜ਼ਾਂ ਕੀ ਮੈਂ ਹੁਣ ਗੱਲਾਂ ਕਰਾਂ ਤੁਹਾਡੇ ਨਾਲ ਗੱਲਾਂ ਤੇ ਮੇਰ ਨਾਲ ਬੜੀਆਂ ਹੋਈਆਂ ਸੁਸਾਇਡ ਦੀ ਜੇ ਇਸ ਇਨਸਾਨ ਨੇ ਸੁਸਾਇਡ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇਹਨੂੰ ਇਨਸਾਨ ਨੂੰ ਪੁੱਛੋ ਸਹੀ ਇੱਕ ਵਾਰੀ ਚੰਗੀ ਤਰ੍ਹਾਂ ਇਸ ਇਨਸਾਨ ਨੂੰ ਮੈਂ ਚਲੋ ਜਿੱਦਾਂ ਮਰਜੀ ਐ ਸੁਸਾਇਡ ਦੀ ਕੋਸ਼ਿਸ਼ ਪਤਾ ਨਹੀਂ ਹੁਣ ਮੈਨੂੰ ਨਹੀਂ ਪਤਾ ਵੇਖੋ ਕਈ ਇਨਸਾਨ ਪਤਾ ਕਿਦਾਂ ਦੇ ਹੁੰਦੇ ਜੇ ਉਸ ਇਨਸਾਨ ਦਾ ਆਹੀ ਸੀਗਾ ਮੁੱਦਾ ਇਸ ਇਨਸਾਨ ਨੂੰ ਵੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਫਿਲਹਾਲ ਦੀ ਘੜੀ ਆ ਗੱਲ ਸੁਣੋ ਇਸ ਇਨਸਾਨ ਦਾ ਮੁੱਦਾ ਇਹ ਸੀਗਾ ਕਿ ਮੈਂ ਨਹੀਂ ਛੱਡਣਾ ਇਹਨੂੰ ਛੱਡੂਗਾ ਇਹੀ ਕਈ ਲੋਕ ਪਤਾ ਹੀ ਕਰਦੇ ਆ ਗੱਲਾਂ ਹੀ ਛੱਡਣ ਵਾਲੀਆਂ ਕਰ ਦਿੰਦੇ ਆ ਤਾਂ ਕਿ ਅਗਲਾ ਛੱਡ ਦੇਵੇ ਤੇ ਮੈਂ ਮਹਾਨ ਬਣ ਜਾਵਾਂ ਕਿ ਮੈਨੂੰ ਉਹਨੇ ਛੱਡਤਾ ਇਹ ਸਿਸਟਮ ਇਸ ਇਨਸਾਨ ਦਾ ਸੀਗਾ ਕਿ ਕਿਉਂਕਿ ਇਹ ਇਨਸਾਨ ਗੱਲਾਂ ਹੀ ਛੱਡਣ ਵਾਲੀਆਂ ਕਰਦਾ ਸੀਗਾ ਬਟ ਮੈਂ ਹੀ ਪਾਗਲ ਜਿਹੜਾ ਮaaf ਕਰਦਾ ਰਹਿੰਦਾ ਸੀਗਾ ਹਰ ਗੱਲ ਗੱਲ ਤੇ ਇੰਨੇ ਗੱਲਾਂ ਨੂੰ ਮaaf ਕੀਤੀਆਂ ਠੀਕ ਹੈ ਇਸ ਇਨਸਾਨ ਦਾ ਆਹੀ ਸਿਸਟਮ ਸੀਗਾ ਕਿ ਮੈਂ ਗੱਲਾਂ ਹੀ ਇਦਾਂ ਦੇ ਕਰਾਂਗੀ ਤੇ ਛੱਡ ਦੇਵਾਂ ਤੇ ਬਾਅਦ ਚ ਮੈਂ ਮਹਾਨ ਬਣ ਜਾਵਾਂ ਕਿਉਂਕਿ ਅੱਗੇ ਵੀ ਤਾਂ ਰਿਲੇਸ਼ਨ ਕਰਨਾ ਹੀ ਆ ਖੇਤ ਖਾਣੋ ਬਾ ਜਾਣਾ ਨਹੀਂ ਅੱਗੇ ਫਿਰ ਨਾਲ ਦਿਨ ਜਿੱਦਾਂ ਮੈਂ ਕਹਿੰਦਾ ਯਾਰ ਜਿੱਦਾਂ ਮੈਨੂੰ ਪਾਸਟ ਦੱਸ ਕੇ ਫੁੱਦੂ ਬਣਾਤਾ ਉਦਾਂ ਕਿਸੇ ਹੋਰ ਨੂੰ ਕੱਲ ਨੂੰ ਬਣਾ ਦੋਗੇ ਹਨਾ ਆਪਾਂ ਤੇ ਆਹੀ ਕਹਿੰਦੇ ਹੁਣ ਅੱਗੇ ਵੀ ਤੇ ਰਿਲੇਸ਼ਨ ਕਰਨਾ ਹੀ ਆ ਫਿਰ ਉਹਨੂੰ ਕੀ ਉਹਨੂੰ ਉਹਨੂੰ ਨਹੀਂ ਦੱਸਣਾ ਉਹਨੂੰ ਵੀ ਤੇ ਦੱਸਣਾ ਹੀ ਆ ਕਿ ਮਾੜੀ ਬੜੀ ਕੀਤੀ ਐਸ ਇਨਸਾਨ ਨੇ ਇਹ ਵੋ ਫੇਰ ਹੀ ਅਗਲਾ ਫੁੱਦੂ ਬਣੂਗਾ ਸੋਚ ਕੇ ਕਿ ਹਾਏ ਯਾਰ ਕੁੜੀ ਨਾ ਕੱਡੀ ਮਾੜੀ ਓ ਚੱਲ ਮੈਂ ਤੇ ਨਾ ਲੋਏ ਲੈਣਾ ਬਾਜ ਉਹਦਾ ਫੁੱਦੂ ਖਿੱਚ ਕੇ ਫਿਰ ਅੱਗੇ ਚੱਲ ਜਾਾਂਗੇ ਆਪਾਂ ਹੈ ਠੀਕ ਐ ਸੁਸਾਈਡ ਸੁਸਵੇਡ ਦਾ ਕੋਈ ਮੈਨ ਨਹੀਂ ਸੀਗਾ ਠੀਕ ਐ ਸੁਸਾਈਡ ਵਾਸਤੇ ਗੋਲੀ ਮਾਰੋ ਸੁਸਾਈਡਾਂ ਦਾ ਕੀ ਸੁਸਾਈਡ ਤੇ ਮੈਂ ਵੀ ਬੜੀ ਕੀਤੀ ਸੀ ਕਰਨੀ ਵੀ ਸੀ ਨਾ ਜਿਹੜੀ ਚੀਜ਼ ਨਾ ਸੁਸਾਇਡ ਕਰਦੇ ਪਏ ਸੀ ਉਹ ਫੜ ਕੇ ਕਿਉਂ ਰੱਖੀ ਸੀ ਫਿਰ ਜਲਦੀ ਜਲਦੀ ਨਾ ਬੇੜ ਦੇ ਕੰਮ 5 ਮਿੰਟ ਵੇਟ ਕਰੋ ਕਿਤੇ ਮੇਰੇ ਬਾਹਰ ਆਂਦੇ। ਚਲੋ ਭਈ ਨੈਕਸਟ ਅਲੀਗੇਸ਼ਨ ਇੰਨੇ ਝੂਠੇ ਅਲੀਗੇਸ਼ਨ ਲੱਗੇ ਨੇ ਮੈਨੂੰ ਵੇਖੋ ਇਸ ਇਨਸਾਨ ਦਾ ਵਲੋਗ ਵੇਖਿਓ ਤੇ ਮੇਰਾ ਵਲੋਗ ਵੇਖਿਓ ਜਰਾ ਜਿਹੜਾ ਮੈਂ ਪਾਇਆ ਸੀ ਤੁਹਾਨੂੰ ਲਾਜੂ ਪਤਾ ਅਲੀਗੇਸ਼ਨ ਕਿਹਦੀ ਹੁੰਦੇ ਆ। ਘਰ ਵਿੱਚ ਲੋਕ ਕਰਕੇ ਜਾਇਆ ਜਾਂਦਾ ਸੀ ਪਿੱਛੋਂ ਆਂਦਾ ਹੋ ਕੋਈ। ਘਰ ਵਿੱਚ ਲੋਕ ਲਾ ਕੇ ਤਾਂ ਜਾਇਆ ਜਾਂਦਾ ਸੀ ਕਿਉਂਕਿ ਦੇਖੋ ਮੈਂ 2-3 ਦਿਨ ਜਿਮ ਜਾਂਦਾ ਸੀਗਾ ਠੀਕ ਆ। ਕੱਲਾ ਜਾਂਦਾ ਸੀਗਾ ਬਾਈਕ ਥੱਲੇ ਵਾਲਿਆਂ ਦੀ ਲੈ ਕੇ। ਇਨਵਾਂ ਲੋਕ ਕਰ ਦਿੰਦਾ ਸੀ ਕਿ ਮੈਂ ਚਾਬੀ ਲਾ ਕੇ ਲੋਕ ਕਰ ਦਿੰਦਾ ਬਿਕੋਜ਼ ਮੈਨੂੰ ਸੀਗਾ ਕੋਈ ਹੁਣ ਇਹ ਨਹੀਂ ਕਿ ਕਹਿੰਦੇ ਕਿ ਯਾਰ ਸਾਡਾ ਇਨਸਾਨ ਹੀ ਉਹਨੂੰ ਗੁਗਾ ਜਾ ਆ ਜਾਂ ਅੰਦਰ ਆਇਆ ਗਿਆ ਮੇਰੇ ਨਾਲ ਦਾ ਘਰ ਵਾਲਾ ਇਹ ਚੀਜ਼ ਨਹੀਂ ਹੈ ਸ਼ੱਕ ਮੈਂ ਆਪਣੀ ਜਗ੍ਹਾ ਤੇ ਹੁੰਦਾ ਠੀਕ ਆ ਬਟ ਮੈਨੂੰ ਸੀਗਾ ਯਾਰ ਜਿੱਦਾਂ ਯਾਰ ਸਾਡੇ ਨਾਲ ਹੁਣ ਥੋੜਾ ਇਦਾਂ ਦਾ ਸਿਸਟਮ ਸੀਗਾ ਥੋੜਾ ਜਿਹਾ ਤੇ ਮੈਨੂੰ ਸੀਗਾ ਯਾਰ ਕੋਈ ਕੋਈ ਵੀ ਅੰਦਰ ਇਦਾਂ ਵੜ ਬੋੜ ਨਾ ਜਾਵੇ ਕੋਈ ਇਦਾਂ ਜ਼ਬਰਦਸਤੀ ਨਾਲ ਨਾ ਇਦਾਂ ਕੋਈ ਗਲਤ ਚੀਜ਼ ਹੋ ਜAVE ਯਾਰ ਦੁਨੀਆ 'ਚ ਬਹੁਤ ਕੁਝ ਹੁੰਦਾ ਵਾ ਪਤਾ ਨਹੀਂ ਲੱਗਦਾ ਚੀਜ਼ ਦਾ ਫਿਰ ਹਨਾ ਇਸ ਕਰਕੇ ਮੈਨੂੰ ਹੁੰਦਾ ਜਿਵੇਂ ਲੋਕ ਲੱਗ ਜਾਂਦਾ ਥੋੜਾ ਟੈਨਸ਼ਨ ਫਰੀ ਹੁੰਦਾ ਸੀ ਉਸ ਤੋਂ ਬਾਅਦ ਫਿਰ ਮੈਂ ਨਾਲ ਹੀ ਜਿਮ ਜੁਆਇਨ ਕਰਾ ਲਿਆ ਠੀਕ ਹੈ 2000 ਰੁਪਏ ਫੀਸ ਦੇ ਦਿੱਤੀ ਸੀਗੀ ਚਲੋ ਕੋਈ ਨਹੀਂ ਐਕਸਾਈ ਵੀ ਲਵਾਈ ਸੀ ਇਹ ਅਸੀਂ ਗੱਲ ਹੋ ਕਲਾ ਪੜਨ ਤੋਂ ਰੋਕਿਆ ਜਾਂਦਾ ਸੀ ਉਹ ਮੈਂ ਤੁਹਾਨੂੰ ਦੱਸ ਚੁੱਕਾ ਠੀਕ ਹੈ ਮੈਨੂੰ ਜਾਨਵਰਾਂ ਤੋਂ ਵੀ ਮਾੜਾ ਰੱਖਿਆ ਜਾਂਦਾ ਸੀ ਟਾਈਜ਼ਨ ਓਏ ਤੈਨੂੰ ਮਾੜਾ ਰੱਖਦੇ ਆਪਾਂ ਓਏ ਈ ਯਾਰ ਓਏ ਅਲੀਗੇਸ਼ਨ ਸੋਹਣੇ ਸੋਹਣੇ ਚੰਗੇ ਚੰਗੇ ਲਾਈਦੇ ਐ ਇਹੋ ਜੇ ਫੁੱਦੂਆਂ ਨੇ ਲਾਈਦੇ ਝੂਠੇ ਅੱਛਾ ਜੇ ਮੈਂ ਜਾਨਵਰਾਂ ਤੋਂ ਮਾੜਾ ਰੱਖਦਾ ਸੀ ਤੁਹਾਨੂੰ ਇਨਸਾਨ ਜੀ ਤੇ ਫਿਰ ਰੀਲਾ ਕਿਦਾਂ ਬਣ ਜਾਂਦੇ ਆਂ ਪਿਆਰੋਂ ਪਤਲੀਆਂ ਹੈਂ ਇਹਨੇ ਇਹਨੇ ਸੋਹਣੇ ਬਲੌਗ ਕਿਦਾਂ ਬਣ ਜਾਂਦੇ ਸੀਗੇ ਸਟ੍ਰੀਕਾਂ ਕਿਤਾ ਪੈ ਜਾਂਦੀਆਂ ਹੈਗੀਆਂ ਅੱਛਾ ਜੇ ਮੈਂ ਤੁਹਾਨੂੰ ਮਾਰਦਾ ਕੁੱਟਦਾ ਸੀਗਾ ਤਾਂ ਤੁਹਾਡੇ ਨਿਸ਼ਾਨ ਕਿਉਂ ਨਹੀਂ ਕਿਤੇ ਪਿਆ ਮੂੰਹ ਮਾ ਤੇ ਯਾਰ ਮੈਂ ਤਾਂ ਸਾਲ ਚਪੇੜ ਬਹੁਤੇ ਹੀ ਮਾਰਦਾ ਵਾਂ ਹੈ ਮਨੇ ਕਿਹੋਂ ਦੇ ਮਾਰੀ ਇੱਕ ਵਾਰੀ ਸਕੂਲੇ ਮੁੰਡੇ ਦੇ ਤੋ ਦੇ ਆ ਮੇਰਾ ਕੜਾ ਵੱਜ ਗਿਆ ਹੀ ਇੱਕ ਵਾਰੀ ਚਲੋ ਉਹ ਗੱਲਾਂ ਬਾਹਰ ਦੀਆਂ ਨੇ ਆ ਠੀਕ ਹੈ ਤੇ ਨਹੀਂ ਸੀਰੀਅਸਲੀ ਯਾਰ ਮੈਂ ਜਿਮ ਜਿਮ ਜਾਣਾ ਵਾ ਮੇਰੇ ਤੋਂ ਸੱਟ ਬੜੀ ਤੇ ਹੋਈ ਨਹੀਂ ਚਪੇੜਾ ਤੇ ਜੇ ਮੈਂ ਤੈਨੂੰ ਇਨਸਾਨਾਂ ਜਾਨਵਰਾਂ ਤੋਂ ਮਾੜਾ ਰੱਖਦਾ ਹੀਗਾ ਆਬਵੀਅਸ ਜੀ ਗੱਲ ਆ ਮਾਰਦਾ ਕੋੜਦਾ ਹੀ ਆ ਗਿਆ ਵਿੱਚ ਤੇ ਯਾਰ ਮਾਰਦਾ ਕੋੜਦਾ ਤੇ ਫਿਰ ਤੇਰੇ ਤੁਰਦਾ ਤਾਂ ਇਨਸਾਨ ਤੂੰ ਜੰਗੀ ਤੇ ਨਹੀਂ ਰੱਖ ਸਕੋ ਮੈਂ ਲੰਗੜਾ ਕੇ ਤੁਰਦਾ ਰਿਆਂ ਥੋੜਾ ਥੋੜਾ ਨਹੀਂ ਨਹੀਂ ਠੀਕ ਹੈ ਇਹ ਜਸਟ ਅ ਫੁੱਦੂ ਚਲੋ ਖਾਣ ਪੀਣ ਤੋਂ ਰੋਕ ਟੋਕ ਸੀਗੀ ਮੈਂ ਤੁਹਾਨੂੰ ਬਤਾ ਦਉ ਇਹ ਗੱਲ ਆਪ ਕਰ ਦਿੱਤੀ ਐ ਰਾਸ਼ਨ ਪਾਇਆ ਇੰਨਾ ਵੱਡਾ ਫਿਰ ਕਹਿੰਦੇ ਜੀ ਛੱਡੋ ਹਾਂਜੀ ਇੱਕ ਗੱਲ ਹੋਰ ਕਹੀ ਗਈ ਸੀ 1-2 ਲੱਖ ਸੋਨਾ ਮਿਲਦਾ ਫਿਰ ਦੇਖੋ ਯਾਰ ਇੱਕ ਐਲੀਗੇਸ਼ਨ ਲੱਗਾ ਸੀਗਾ ਵੇਖੋ ਯਾਰ ਮੈਂ ਮੈਂ ਨਹੀਂ ਪਸੰਦ ਕਰਦਾ ਯਾਰ ਕਦੀ ਸੋਸ਼ਲ ਮੀਡੀਆ ਤੇ ਆਪਣੀ ਇਨਕਮ ਸੋਰਸ ਦੱਸਣਾ ਕਿਸੇ ਨੂੰ ਬਿਕੋਜ਼ ਮੇਰੇ ਨਾਲ ਪਤਾ ਗੱਲ ਕੀ ਯਾਰ ਕਦੀ ਦੱਸਣੀ ਨਹੀਂ ਚਾਹੀਦੀ ਐਗਜ਼ਾਮਪਲ ਦੇਣੀ ਚਾਹੀਦੀ ਹਮੇਸ਼ਾ ਮੈਨੂੰ ਕੋਈ ਵੀਰ ਭਰਾ ਪੁੱਛਦਾ ਨਾ ਇਨਕਮ ਸੋਰਸ ਕਿੰਨੀ ਆ ਇਦਾਂ ਕੋਈ ਪੁੱਛਦਾ ਮੈਂ ਐਗਜ਼ਾਮਪਲ ਦਿੰਨਾ ਵਾ ਕਿਸੇ ਚੀਜ਼ ਦੀ ਜਿੱਦਾਂ ਮੈਂ ਫੋਨ ਦੀ ਐਗਜ਼ਾਮਪਲ ਦੇ ਦਿੰਨਾ ਕਿ ਜਿੰਨੇ ਦਾ ਫੋਨ ਆਉਂਦਾ ਉਦਾਂ ਮਤਲਬ ਇਦਾਂ ਕਰੈਕਟ ਕਦੀ ਨਾ ਦੱਸੋ ਕਿਉਂਕਿ ਆਪਾਂ ਕਰੈਕਟ ਦੱਸਾਂਗੇ ਨਾ ਬੰਦੇ ਨੂੰ ਆਪਾਂ ਮੰਨ ਲਓ 2 ਲੱਖ ਦੱਸਤਾ ਉਹ ਬੰਦੇ ਕਹਿੰਦਾ ਹਾਂ 2 ਲੱਖ ਜੇ ਆਪਾਂ ਉਹ ਬੰਦੇ ਨੂੰ ਕਵਾਂਗੇ ਨਾ ਕਿ ਉਹ ਬੰਦੇ ਨੇ ਕੁਲਮ ਲਗ ਲੈਣਾ ਚੱਲ 14 ਹੁਣ ਹੁਣ ਦੇ ਹਿਸਾਬ ਨਾਲ 80 90 ਹਜ਼ਾਰ 40 ਹਜ਼ਾਰ 70 ਹਜ਼ਾਰ ਦਾ ਵਾ ਸੋ ਮੈਂ ਕਦੀ ਚਾਹਦਾ ਨਹੀਂ ਹੁੰਦਾ ਪਰ ਆ ਇਨਸਾਨ ਮੈਨੂੰ ਨਹੀਂ ਸੀ ਪਤਾ ਇਹ ਇਨਸਾਨ ਮੇਰੀ ਬੈਂਕ ਦੀ ਡਿਟੇਲ ਤੇ ਵੀ ਪੂਰੀ ਦੀ ਪੂਰੀ ਅੱਖ ਰੱਖਦਾ ਵਾ ਮੈਨੂੰ ਨਹੀਂ ਸੀ ਪਤਾ ਇਹ ਗੱਲ ਦਾ ਉਹ ਮੈਂ ਹੀ ਫੁੱਦੂ ਜਿਹਨੇ ਭੇਤ ਦੇਤਾ ਆਪਣਾ ਫਿਰ ਚਲੋ ਕੋਈ ਨਹੀਂ ਠੀਕ ਹੈ ਅੱਛਾ ਮੈਨੂੰ ਇੱਕ ਗੱਲ ਦੱਸਿਓ ਮੈਂ ਮੇਰੀ ਗੱਲ ਸੁਣੋ ਮੈਂ ਜਿਹੜੀ ਜਿਹੜੀ ਗੱਲ ਕਰਾਂਗਾ ਨਾ ਉਹ ਗੱਲ ਨੂੰ ਤੁਸੀਂ ਇੱਕ ਵਾਰ ਵੀਡੀਓ ਬਣਦੀ ਪਈਆ ਬਣਦੀ ਪਈਆ ਮੇਰੀ ਗੱਲ ਸੁਣੋ ਮੈਂ ਜਿਹੜੀ ਜਿਹੜੀ ਗੱਲ ਕਰਾਂਗਾ ਨਾ ਉਹ ਗੱਲ ਨੂੰ ਤੁਸੀਂ ਨਾ ਜਿੱਦਾਂ ਕਮੈਂਟ ਦੇ ਉੱਤੇ ਆਪਾਂ ਲਿਖਦੇ ਨਾ ਟਾਈਮ ਲਿਖ ਕੇ ਤੇ ਉਹ ਚੀਜ਼ ਦਾ ਜਿੱਦਾਂ ਰਿਪਲਾਈ ਕਰ ਦਿੰਨੇ ਹੁੰਦੇ ਆ ਕਿ ਇੰਨੇ ਮਿੰਟ ਤੇ ਤੁਸੀਂ ਆਹ ਗੱਲ ਕਹੀ ਸੀ ਉਹਦਾ ਰਿਪਲਾਈ ਐਦਾਂ ਕਰਿਓ ਆਹ ਗੱਲ ਸੁਣਿਓ 1-2 ਲੱਖ ਅਕਾਊਂਟ ਚ ਪਿਆ ਹੁੰਦਾ ਸੀਗਾ ਠੀਕ ਹੈ ਮੈਨੂੰ ਇੱਕ ਪੈਸਾ ਵੀ ਨਹੀਂ ਸੀ ਇਨਸਾਨ ਨੂੰ ਮੈਨੂੰ ਇੱਕ ਪੈਸਾ ਵੀ ਨਹੀਂ ਸੀ ਮਿਲਦਾ ਆਪਣੀ ਫੈਮਿਲੀ ਨੂੰ 10-20 ਹਜ਼ਾਰ ਜਾਂਦਾ ਸੀ ਆਹ ਗੱਲ ਕਿੱਡੀ ਭੈਣ ਚੋਦਾ ਵਾਲੀ ਆ ਆਪ ਸਾਹਿਬ ਲਾਓ ਕਮੈਂਟ ਕਰਕੇ ਦੱਸਿਓ ਆਪਣੀ ਮਾਂ ਨੂੰ ਪੈਸੇ ਦੇਨੇ ਗਲਤ ਗੱਲ ਮੇਰੇ ਘਰੇ ਤੇ ਕਮਾਂਦਾ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਮੈਂ ਕਮਾਨਾ ਬਸ ਤੇ ਤੁਸੀਂ ਮੇਰੀ ਫੈਮਲੀ ਵੇਖੀ ਆ ਤੇ ਇਹਨਾਂ ਦੀ ਫੈਮਲੀ ਦੇਖੀ ਆ ਕਿੰਨੇ ਸਦਸਣ ਨੇ ਕਮਾਨ ਵਾਲੇ ਕਿੰਨੇ ਨੇ ਚਲੋ ਫਿਰ ਵੀ ਫਾਈਨੈਂਸ਼ੀਅਲ ਪ੍ਰੋਬਲਮ ਬੜੀਆਂ ਆ ਜਾਂਦੀਆਂ ਨੇ ਮੈਂ ਜੇ ਆਪਣੇ ਘਰੇ ਖਰਚਾ ਦੇ ਦਿੰਦਾ ਸੀ ਤਾਂ ਮੈਂ ਮਾੜਾ ਸੀ ਸੋ ਕੋਲ ਦੀ ਗੱਲ ਗੱਲਾਂ ਸਾਰੀਆਂ ਗੱਲਾਂ ਦੀ ਗੱਲ ਆਏ ਸਾਰਾ ਕੁਝ ਖਰਾਬ ਤਾ ਕਿਉਂ ਹੋਇਆ ਸਿਰਫ ਤੇ ਸਿਰਫ ਪੈਸੇ ਕਰਕੇ ਏ ਟੂ ਜ਼ੈਡ ਚੀਜ਼ ਖਰਾਬ ਹੋਈ ਪੈਸੇ ਕਰਕੇ ਠੀਕ ਹੈ ਮੈਂ ਕਹਿੰਦਾ ਜੇ ਪੈਸੇ ਕਰਕੇ ਲੋਕਾਂ ਨੇ ਪੈਹਾ ਵੇਖਿਆ ਦਿਲ ਨਹੀਂ ਵੇਖਿਆ ਭੈਣ ਚਲੋ ਛੱਡੋ ਠੀਕ ਹੈ ਤੇ ਇਹ ਗੱਲ ਦੱਸਿਓ ਮੈਨੂੰ ਕਿ ਆਪਣੀ ਮੇਰੀ ਮੰਮੀ ਆ ਠੀਕ ਹੈ ਮੇਰਾ ਪਿਓ ਨਹੀਂ ਸਰਦਾ ਹੈਗਾ ਠੀਕ ਹੈ ਹੁਣ ਮੈਂ ਕੀ ਗੱਲਾਂ ਕਰਾਂ ਤੇ ਜੇ ਮੈਂ ਆਪਣੇ ਘਰ ਖਰਚਾ ਦਿੰਦਾ ਤਾਂ ਮੈਂ ਮਾੜਾ ਸੀਗਾ ਓਕੇ ਜੀ ਥੈਂਕ ਯੂ ਟੌਰਚਰ ਕੀਤਾ ਜਾਂਦਾ ਸੀਗਾ ਹੁਣ ਇਹ ਵੀ ਗੱਲ ਸੁਣੋ ਟੌਰਚਰ ਕੀਤਾ ਜਾਂਦਾ ਸੀਗਾ ਤੇ ਮੈਂ ਦੁਖੀ ਹੁੰਦੀ ਸੀ ਤੇ ਮੈਨੂੰ ਇਹ ਕਿਹਾ ਜਾਂਦਾ ਸੀਗਾ ਕਿ ਵਲੌਗ ਬਣਾ ਇੱਦਾਂ ਪੈਸੇ ਨਹੀਂ ਆਣੇ ਮੇਰੀ ਹੁਣ ਧਿਆਨ ਨਾਲ ਗੱਲ ਸੁਣੋ ਟੋਰਚਰ ਨਹੀਂ ਸੀ ਕੀਤਾ ਜਾਂਦਾ ਮੈਂ ਇਸ ਇਨਸਾਨ ਨੂੰ ਕਹਿੰਦਾ ਸੀਗਾ ਆਪਣੀਆਂ ਚ ਮੰਨ ਲਓ ਜੇ ਕਹੇ ਗੱਲੋਂ ਬਹਿਸ ਹੋ ਗਈ ਲੜਾਈ ਹੋ ਗਈ ਕਹੇ ਗੱਲੋਂ ਵੀ ਹੋ ਗਈ ਠੀਕ ਹੈ ਮੈਂ ਇਸ ਇਨਸਾਨ ਨੂੰ ਵੇਖੋ ਆਪਣੀ ਲੜਾਈ ਵੇਖੋ ਮੇਨ ਪੁਆਇੰਟ ਆਫ 뷰 ਭਾਵੇਂ ਬੰਦੇ ਦੀ ਦੁਕਾਨ ਆ ਠੀਕ ਹੈ ਹੁਣ ਮੇਰੀ ਗੱਲ ਸੁਣੋ ਹੁਣ ਮੰਨ ਲਓ ਮੇਰੀ ਦੁਕਾਨ ਆ ਹੁਣ ਸਾਡੀ ਪਿਛਲੀ ਦੁਕਾਨ ਸੀਗੀ ਮੰਨ ਲਓ ਮੇਰੀ ਬਿਜਲੀ ਦੀ ਦੁਕਾਨ ਆ ਠੀਕ ਹੈ ਮੈਂ ਤੇ ਮੇਰੇ ਮੰਮੀ ਇਕੱਠੇ ਜਾਂਦੇ ਦੁਕਾਨ ਤੇ ਗੱਲੇ ਤੇ ਮੰਮੀ ਬੰਦੇ ਆ ਠੀਕ ਹੈ ਮੈਂ ਤੇ ਮੇਰੀ ਮੰਮੀ ਲੜ ਪਏ ਆ ਠੀਕ ਹੈ ਮੈਂ ਗੋ ਮੰਮੀ ਨੂੰ ਕਵਾਂ ਮੈਂ ਨਹੀਂ ਜਾਂਦਾ ਦੁਕਾਨ ਤੇ ਮੈਂ ਨਹੀਂ ਜਾਂਦਾ ਦੁਕਾਨ ਤੇ ਮੈਂ ਨਹੀਂ ਜਾਂਦਾ ਦੁਕਾਨ ਤੇ ਇਹ ਤਾਂ ਫੁੱਦੂ ਗੱਲ ਹੋਈ ਨਾ ਇਸੇ ਵੇਖੋ ਲੜਾਈ ਆਪਣੀ ਜਗਾ ਕਾਰੋਬਾਰ ਕੰਮਕਾਰ ਆਪਣੀ ਜਗਾ ਰੋਟੀ ਤੇ ਖਾਣੀ ਹੈ ਸਭ ਨੇ ਠੀਕ ਹੈ ਇਹ ਗੱਲ ਜਿਹੜੀ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਜਿਹੜੀ ਆ ਐਨੇ ਮੈਨੂੰ ਇੰਨੀ ਗੱਲ ਕਹੀ ਦੀ ਆ ਕਿ ਮੈਨੂੰ ਇਦਾਂ ਵਲੋਗਸ ਵਲੋਂ ਕਿਹਾ ਜਾਂਦਾ ਸੀ ਸਾਡੀ ਨਾ ਜੇ ਕਿਸੇ ਗੱਲੋਂ ਬਹਿਸ ਹੋ ਜਾਣ ਜਾਂ ਇਸ ਇਨਸਾਨੇ ਰੋਸ ਜਾਣਾ ਜਾਂ ਸੈਡ ਹੋ ਜਾਣਾ ਦੁਖੀ ਹੋ ਜਾਣਾ ਟੋਰਚ ਇਸ ਇਨਸਾਨ ਨੂੰ ਬਸ ਮੈਂ ਇਨਾ ਕਹਿੰਦਾ ਸੀ ਵੇਖੋ ਆਪਾਂ ਕਿਤੇ ਘੁੰਮਣ ਜਾਣਾ ਠੀਕ ਹੈ ਓਬਵੀਅਸ ਜੀ ਗੱਲ ਹੈ ਯਾਰ ਘੁੰਮਣ ਜਾਵਾਂਗੇ ਵਲੌਗ ਤੇ ਬਣੂਗਾ ਹੀ ਨਾ ਹਨ ਤੇ ਵੇਖੋ ਵਲੌਗ ਬਣਾਵਾਂਗੇ ਪੈਸੇ ਆਣਗੇ ਫੇਰ ਹੀ ਕੁਝ ਖਾਵਾਂਗੇ ਰੋਟੀ ਪਾਣੀ ਤੇ ਫੇਰ ਖਾਵਾਂਗੇ ਅਗਲੇ ਰੈਂਟ ਵੀ ਦੇਣਾ ਹੁੰਦਾ ਠੀਕ ਹੈ ਬਰਦਨ ਤੇ ਸਾਰੇ ਮੇਰੇ ਸਿਰ ਤੇ ਹੀ ਪਰ ਮੈਂ ਕਦੀ ਇਹ ਚੀਜ਼ ਨੂੰ ਫੀਲ ਨਹੀਂ ਹੁੰਦੀ ਸੀ ਕਿਸੇ ਨੂੰ ਮੈਂ ਟੋਰਨ ਆਇਆ ਪੂਰੀ ਖੁੱਲ ਕੇ ਖਰਚੇ ਕੀਤੇ ਕੋਈ ਚੱਕਰ ਨਹੀਂ ਠੀਕ ਹੈ ਮੈਂ ਇਸ ਇਨਸਾਨ ਨੂੰ ਬਸ ਆਹ ਕਹਿੰਦਾ ਹੁੰਦਾ ਸੀਗਾ ਕਿ ਚੱਲ ਕੋਈ ਨਹੀਂ ਗੁੱਸਾ ਆਪਣੀ ਥਾਂ ਆਪਾਂ ਬਾਹਰ ਚਲੀਏ ਜਿੱਥੇ ਆਪ ਮੈਨ ਜਾਣਾਂ ਮੈਨ ਜਾਣਾਂ ਬੂਟ ਲਾ ਕੇ ਪਰਾਂ ਮਾਰਨੇ ਮੈਂ ਕੱਪੜੇ ਚੇਂਜ ਕਰਨ ਲੱਗਾ ਮੈਂ ਕੱਪੜੇ ਚੇਂਜ ਕਰਨ ਲੱਗੀ ਐਦਾਂ ਕੁਛ ਠੀਕ ਹੈ ਤੇ ਉਹ ਚੀਜ਼ ਦਾ ਕੀ ਫਾਇਦਾ ਜਿਆਦਾ ਆਪਣੀ ਸਾਲੀ ਆਪਣਾ ਕਾਰੋਬਾਰੀ ਪਰੇ ਕਰ ਦਿੱਤਾ ਇਹ ਗੱਲ ਨੂੰ ਅੰਡਰਸਟੈਂਡ ਧਿਆਨ ਨਾਲ ਤੁਹਾਨੂੰ ਸਮਝ ਲਾ ਦਿਆਂ ਮੈਂ ਕਹਿਣਾ ਕੀ ਚਾਹੁੰਦਾ ਹਾਂ ਠੀਕ ਹੈ ਤੇ ਆ ਗੱਲ ਸੀਗੀ ਤੇ ਇਹਨਾਂ ਮੈਂ ਟੋਰਚ ਨਹੀਂ ਕਰਦਾ ਬਸ ਮੈਂ ਇਹ ਕਹਿੰਦਾ ਹੁੰਦਾ ਸੀਗਾ ਕਿ ਯਾਰ ਪੈਸੇ ਨਹੀਂ ਆਣੇ ਮੈਂ ਕਹਿੰਦਾ ਐਦਾਂ ਲੜਾਈ ਝਗੜਿਆ ਕਰਕੇ ਆਪਾਂ ਵਲੌਗ ਛੱਡ ਦਾਂਗੇ ਫਿਰ ਪੈਸੇ ਨਹੀਂ ਆਣੇ ਇਹ ਗੱਲ ਸਹੀ ਕਹੀ ਮੈਂ ਕੋਈ ਮਾੜੀ ਥੋੜੀ ਕਹੀ ਹੈ ਕਿਉਂਕਿ ਦੇਖੋ ਪਾਲੋ ਗਰੇਸ਼ ਲੜ ਪੋ ਕੋਈ ਚੱਕਰ ਨਹੀਂ ਬਹਿ ਜਾਗੇ ਚੁੱਪ ਕਰਕੇ ਕਿੰਨਾ ਚਿਰ ਬਹਿ ਜਾਗੇ ਅਗਲੇ ਕੱਢ ਕੇ ਘਰੋਂ ਬਾਹਰ ਮਾਰਨਗੇ ਕਿ ਸਾਲੋ ਰੈਂਟ ਨਹੀਂ ਦੇਣਾ ਰੋਟੀ ਕਿੱਥੋਂ ਖਾਣੀ ਆ ਬਾਹਰੋਂ ਦੇਣੀ ਕਹਨੇ ਆਣ ਕੇ ਆਹ ਗੱਲ ਸਗੀ ਪੁਆਇੰਟ ਆਫ 뷰 ਸੱਚੀ ਮਸ ਹਿਸਾਬ ਲੈ ਯਾਰ ਆ ਖੋਪੜੀ ਨਾ ਖੋਪੜੀ ਹੈਗੀ ਨਹੀਂ ਆ ਇਹ ਗੱਲਾਂ ਨਾ ਚੂਚਿਆਂ ਵਾਲਕਾਂ ਵਾਲੀਆਂ ਹੋ ਗਈਆਂ ਇੱਕ ਹਿਸਾਬ ਦੀਆਂ ਇੱਕ ਖੋਪੜੀ ਹੈ ਨਹੀਂ ਆ ਸਾਈਕੋ ਦਿਮਾਗ ਮੈਂਟਲ ਸਮਝ ਨੋਲੇਜ ਨਹੀਂ ਦੁਨੀਆ ਚ ਕਰਨਾ ਕੀ ਆ ਹੋਰ ਸਾਰੀਆਂ ਨੋਲੇਜਾਂ ਨੇ ਹੋਰ ਸਾਰੀਆਂ ਨੋਲੇਜਾਂ ਰਹੀਆਂ ਨੇ ਪਿਛਲੇ ਪੁਰਾਣੇ ਟਾਈਮ ਚ ਸਾਰੀਆਂ ਨੌਲ ਜਾ ਰਹੀਆਂ ਨੇ ਚੰਗੀਆਂ ਨੌਲ ਜਾਣ ਰਹੀਆਂ ਉਸ ਤੋਂ ਬਾਅਦ ਸਾਰਾ ਦਿਮਗ ਕੰਮ ਕਰਕੇ ਸੋਣਾ ਰੈਲੈਕਸ ਲੁਕਸ ਤੋਂ ਬਾਣੀ ਯਾਰ ਮੇਰੀ ਗੱਲ ਸੁਣ ਅੱਛਾ ਮੈਨੂੰ ਇੱਕ ਗੱਲ ਦੱਸੋ ਆਪਾਂ ਲਿਵਿੰਗ ਚ ਰਹਿੰਦੇ ਪਏ ਸੀਗੇ ਮੇਰੇ ਹਿਸਾਬ ਨਾਲ ਸਿਸਟਮ ਸਾਰਾ ਹਸਬੰਡ ਵਾਈਵ ਵਾਲਾ ਹੀ ਸੀਗਾ ਠੀਕ ਹੈ ਚਲੋ ਮੈਂ ਕਹਿਣਾ ਯਾਰ ਜ਼ਿੰਦਗੀ ਦੀ ਸਭ ਤੋਂ ਵੱਡੀ ਮਿਸਟੇਕ ਮੇਰੀ ਰਹੀ ਫਿਰ ਫਿਟੇ ਮੂੰਹ ਜਿਹੜਾ ਮੈਂ ਮਿੱਟੀ ਦੇ ਕੱਖਾਂ ਨੂੰ ਚੁੱਕ ਕੇ ਤੇ ਉੱਥੇ ਜਾ ਕੇ ਲੇ ਗਿਆ ਉਹ ਵਿਚਾਰਾ ਟਾਈਜ਼ਰ ਮੇਰੇ ਮੂੰਹ 'ੜਾ ਵੇਦਦਾ ਸੀਗਾ ਉਹ ਵਿਚਾਰਾ ਮੈਂ ਮਨ 'ਚ ਕਹਿੰਦਾ ਹਾਂ ਨਾ ਭਰਾ ਮੈਨੂੰ ਲੈ ਜਾਂਦਾ ਨਾਲ ਤੂੰ ਤੈਨੂੰ ਮੈਂ ਸੀਸਾ ਦਿੰਦਾ ਉੱਥੇ ਜਾ ਕੇ ਹੈ ਤੈਨੂੰ ਮੈਂ ਚੰਗੀਆਂ-ਚੰਗੀਆਂ ਸੀਸਾ ਦਿੰਦਾ ਕਿ ਤੂੰ ਮੇਰੀ ਇਨੀ ਸੇਵਾ ਕੀਤੀ ਪਰ ਇੱਧਰ ਸੇਵਾ ਕਰਕੇ ਸਿਰ ਦੇ ਵਿੱਚ ਪੁਵਾਲੀ ਸਵਾਹ ਹੈ ਉਹੀ ਕਿ ਤਾ ਟਾਈਜ਼ਰ ਨੂੰ ਖੜਿਆ ਹੁੰਦਾ ਨਾ ਚੰਡੀਗੜ੍ਹ ਮੇਰੇ ਨਾਲ ਰਹਿੰਦਾ ਸਾਲਾ ਐ ਖੁਸ਼ ਰਹਿਣਾ ਸੀ ਉਹਨੇ ਉੱਥੇ ਵਧੀਆ ਰਹਿਣਾ ਸੀ ਉਹਨੇ ਮੈਨੂੰ ਸੀਸਾ ਦੇਣੀਆਂ ਹੈਗੀਆਂ ਕੁੱਤਾ ਕਹਿੰਦੇ ਦਰवेश ਹੁੰਦਾ ਹਨਾ ਦਰवेश ਪਤਾ ਹਣਾ ਸਭ ਨੂੰ ਤੇ ਇਨੇ ਮੈਨੂੰ ਸੀਸਾ ਦੇਣੀ ਆ ਟਾਈਜ਼ਨ ਨੇ ਕਿ ਯਾਰ ਹਾਏ ਮੇਰਾ ਮਾਲਕ ਕਿੱਡਾ ਚੰਗਾ ਚੰਗਾ ਜਿਹਾ ਪਰ ਜਿੰਨਾ ਲੋਕਾਂ ਨੂੰ ਮੈਂ ਇੰਨਾ ਕੁ ਸ਼ੇਅਰ ਵਗੈਰਾ ਕੀਤੀ ਉਹ ਭੁੱਲ ਕੇ ਸ਼ਾਇਦ ਨਾ ਉਹ ਲੋਕੀ ਉਹ ਦਿਨ ਭੁੱਲ ਕੇ ਜਦੋਂ ਉਹਨਾਂ ਲੋਕਾਂ ਨੂੰ ਵਾਇਰਲ ਹੋਇਆ ਸੀਗਾ ਤੇ ਰਾਤੀ 1:30 ਵੇ ਲੱਤਾਂ ਵੀ ਘੁੱਟੀਆਂ ਸੀ ਮੈਂ ਦਵਾਈ ਵੀ ਦਵਾਈ ਸੀ ਪੱਟੀਆਂ ਵੀ ਕੀਤੀਆਂ ਸੀ ਉਹ ਦਿਨ ਕਿਦਾਂ ਭੁੱਲ ਗਏ ਜੇ ਤੁਹਾਨੂੰ ਹੈ ਮੈਨੂੰ ਤੇ ਉਹ ਵੀ ਯਾਦ ਵਾ ਜਦੋਂ ਗਰਮੀ ਬੜੀ ਹੀ ਗਰੂਆਂ ਗਰਮੀ ਬੜੀ ਸੀਗੀ ਰੂਮ ਚ ਤੇ ਪੱਖਾ ਨਹੀਂ ਹਿਲਾਉਂ ਦਿੱਤਾ ਮੈਂ ਉਹ ਚੀਜ਼ ਤੇ ਕੰਪਰੋਮਾਈਜ਼ ਕੀਤਾ ਹੈਗਾ ਚਲੋ ਉਹ ਗੱਲਾਂ ਬਾਤ ਦੀਆਂ ਨੇ ਠੀਕ ਹੈ ਆ ਗੱਲ ਸੁਣਿਓ ਚਰਾ ਓਏ ਹਾਉ ਇਹ ਉੱਕਾ ਤੁੱਕਾ ਮਤਲਬ ਆਹੀ ਨਿਕਲਿਆ ਮੈਨੂੰ ਘਰ ਦੇਣਾ ਗੱਲ ਨਹੀਂ ਚ ਕਰਨ ਦਿੰਦਾ ਤੇ ਪਿੱਛੇ 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 ਤੁਰਦਾ ਸੀਗਾ ਅੱਛਾ ਐਡਾ ਵੇਲਾ ਹੀ ਮੈਂ ਮੈਂ ਤਾਂ ਵੇ ਮੈਨੂੰ ਤਾਂ ਵਲੋਗ ਐਡ ਕਰਨ ਨੂੰ ਵੇਲ ਨਹੀਂ ਹੁੰਦੀ ਮੈਂ ਰੀਲਾਂ ਵੇਖਣਦੇ ਹੁੰਦਾ ਹੀ ਰੀਲਾਂ ਲੱਭਣਦੇ ਹੁੰਦਾ ਹੀ ਕਿਸੇ ਬੰਦਰੀਆਂ ਬਣਾਉਣ ਵਾਸਤੇ ਹੈ ਹੈ ਪਿਛੇ ਪਿਛੇ ਕੀ ਵਜਿਆ ਵਰਡਾਈ ਮੇਰੀ ਗੱਲ ਸੁਣੋ ਯਾਰ ਜਦੋਂ ਇਸ ਇਨਸਾਨ ਦੇ ਘਰੋਂ ਕੋਈ ਵੀ ਫੋਨ ਆਂਦਾ ਸੀਗਾ ਜਿੱਦਾਂ ਮਰਜ਼ੀ ਜੋ ਮਰਜ਼ੀ ਸੀਗਾ ਕੋਲ ਵਗੈਰਾ ਆਉਂਦੀ ਸੀਗੀ ਠੀਕ ਹੈ ਮੈਂ ਆਪਣਾ ਬੈਠਾ ਹੁੰਦਾ ਸੀਗਾ ਇਹ ਇਨਸਾਨ ਆਪਣਾ ਬੈਠਾ ਹੁੰਦਾ ਸੀ ਮੇਰੇ ਸਾਹਮਣੇ ਵੀਡੀਓ ਕਾਲ ਆਉਂਦੀ ਆ ਰਹੀਆਂ ਠੀਕ ਹੈ ਮੈਂ ਵੀ ਗੱਲ ਕਰਦਾ ਰਿਹਾ ਇਹ ਵੀ ਇਨਸਾਨ ਗੱਲ ਕਰਦਾ ਰਿਹਾ ਤੇ ਮੈਂ ਆਪਣਾ ਬੈਠਾ ਹੁੰਦਾ ਸੀਗਾ ਇਹ ਇਨਸਾਨ ਕਦੀ ਉੱਠ ਕੇ ਗਿਆ ਹੀ ਨਹੀਂ ਮੇਰੇ ਲਾਗੋ ਮੈਂ ਹੱਥ ਫੜਿਆ ਤੇਰਾ ਜਾਓ ਪਰ ਜਾ ਕੇ ਕਰਨਾ ਵੀ ਕਿ ਹੰਦਾਵਾਦੀਆਂ ਕੁੜੀਆਂ ਨੇ ਕਈ ਕੁੜੀਆਂ ਇਦਾਂ ਹੀ ਕਰਦੀਆਂ ਨੇ ਘਰ ਦੇ ਨਾਲ ਪਰਸਨਲ ਗੱਲਾਂ ਕੀ ਕਰਨੀਆਂ ਨੇ ਪਰ ਸਨ ਗੱਲਾਂ ਪਤਾ ਹੀ ਕਰਨੀਆਂ ਨੇ ਕਰ ਦੇਣਾ ਇੰਨੇ ਆਪਣੇ ਘਰੇ 10000 ਰੁਪਏ ਜਾਜੇ ਕੁੜੀਆਂ ਆਪਣੇ ਪੇਕੇ ਸੋਰੇ ਦੀ ਚੁਗਲੀਆਂ ਇਹੀ ਕੁਸ਼ ਕਰਦੀਆਂ ਉਹਨੇ ਤਾਈ ਉਹਤੇ ਤਾਈ ਉਹਤੇ ਇਸ ਇਨਸਾਨ ਦੇ ਘਰ ਦੇ ਸ਼ਾਇਦ ਚਾਹਦੇ ਹੁਣ ਕਿ ਗੱਲਾਂ ਪਿੱਛੇ ਪਿੱਛੇ ਭੱਜਿਆ ਫਿਰਦਾ ਪਿੱਛੇ ਪਿੱਛੇ ਭੱਜਦਾ ਐਲੀਗੇਸ਼ਨ ਲਾਇਆ ਸੀ ਨਾ ਮੇਰੇ ਤੇ ਕਿ ਪਿੱਛੇ ਪਿੱਛੇ ਭੱਜਿਆ ਫਿਰਦਾ ਵਾ ਇਹੀ ਤੇ ਸੀਗਾ ਭੇਤ ਪਾਣਾ ਨਾ ਗੱਲਾਂ ਜੋ ਜਿੱਥੇ ਆਪਾਂ ਰਹਿੰਦੇ ਪਏ ਸੀ ਉਹ ਚੀਜ਼ ਦਾ ਸਾਰਾ ਲੈਣੀ ਨਾ ਇਨਫੋਰਮੇਸ਼ਨ ਹੈ ਕੀ ਸਬਜੀ ਕੀ ਬਣਾਈ ਲੂਣ ਕਿੰਨਾ ਪਾਇਆ ਵਿੱਚ ਚਾਹ ਚਖੰਡ ਦੇ ਕਿੰਨੇ ਦਾਣੇ ਪਾਏ ਹਨ ਆਹੀ ਕੁਛ ਤੇ ਪੁੱਛਣਾ ਹੁੰਦਾ ਹੋਣਾ ਠੀਕ ਹੈ ਤੇ ਇਹੀ ਕੁਛ ਕਰਨਾ ਸੀ ਕੁੜੀ ਨੇ ਮੰਮੀ ਮੰਮੀ ਐਨੇ 10 ਆ ਦਿੱਤਾ ਆਪਣੇ ਘਰੇ ਤੁਹਾਨੂੰ ਪਤਾ ਅੱਜ ਇਦਾਂ ਕੀਤਾ ਸੀ ਇਹਨੇ ਮੈਨੂੰ ਨਹੀਂ ਦਿੱਤਾ ਯੋ ਆਹੀ ਕੁਛ ਕਰਨਾ ਹੁੰਦਾ ਹਨਾ ਮੈਂ ਤਾਂ ਭਰਾ ਕਦੀ ਰੋਕਿਆ ਨਹੀਂ ਜਾਓ ਭਾਵੇਂ ਮੇਰੇ ਵੱਲੋਂ ਖੇ ਖਾਓ ਜਿੱਥੇ ਮਰਜੀ ਜਾ ਕੇ ਭਾਵੇਂ ਸੜਕ ਤੇ ਖਲੋਗੇ ਚੁਗਲੀਆਂ ਕਰੋ ਮੈਨੂੰ ਕੀ ਹੈ ਮੈਂ ਕਦੀ ਪਿੱਛੇ ਪਿੱਛੇ ਨਹੀਂ ਭਰਾ ਭੱਜੈ ਨਾ ਵੇਲਾ ਨਹੀਂ ਗਾ ਪਿੱਛੇ ਪਿੱਛੇ ਭੱਜਿਆ ਫੇਰਾ ਪੂਛ ਮਾਰਦਾ ਫੇਰਾ ਠੀਕ ਹੈ ਇਹ ਇਨਸਾਨ ਆ ਪਿਨਿਛੇ ਉਰਦਾ ਮੇਰੇ ਮਨ ਚ ਸਗੋਂ ਦਇਆ ਆਂਦੀ ਸੀ ਖੁਸ਼ੀ ਹੁੰਦੀ ਸੀ ਯਾਰ ਇਹ ਇਨਸਾਨ ਨਾ ਬਾਕੀ ਇਨਸਾਨਾ ਬਾਕੀ ਕੁੜੀਆਂ ਵਰਗਾ ਨਹੀਂ ਹੈਗਾ ਇਹ ਮੇਰੇ ਨਾਲ ਬਹਿ ਮਤਲਬ ਆਪਣੇ ਘਰ ਦੇ ਨਾਲ ਮੇਰੇ ਕੋਲ ਬਹਿ ਗੱਲ ਕਰਦਾ ਪਿਆ ਮੇਰੇ ਮਨ ਚ ਸਗੋਂ ਖੁਸ਼ੀ ਮਿਲਦੀ ਹੁੰਦੀ ਕਿੰਨਾ ਚੰਗਾ ਇਨਸਾਨ ਹੈਗਾ ਵਾ ਕਿ ਇਹਦੇ ਮਨ ਚ ਖੋਟ ਨਹੀਂ ਕੋਈ ਹੈਗੀ ਜਿੱਦਾਂ ਬਾਕੀ ਕੁੜੀਆਂ ਦੇ ਮਨ ਚ ਖੋਟ ਹੁੰਦੀ ਨਾ ਕਿ ਨਾਲ ਤਾਂ ਮੇਰਾ ਦੋਨ ਬਾਥਰੂਮ ਵੜਿਆ ਜਾਂ ਬਾਹਰ ਗਿਆ ਜਾਂ ਘਰੇ ਬੈਠਾ ਮਮਾੜੀ ਜਿੱਧਰ-ਉਧਰ ਹੋ ਕੇ ਘਰੇ ਚੁਗਲੀ ਮਾਰ ਕਰ ਲਾ ਮਾੜੀ ਮੋਟੀ ਇਹਦਾ ਉਸ ਹਾਵ ਨਹੀਂ ਸੀਗਾ ਬਟ ਹੁਣ ਦੇਖ ਲੋ ਮੈਂ ਗੱਲ ਉੱਕਾ ਤੁੱਕਾ ਯਾਰ ਫਿਰ ਵੀ ਮੈਨੂੰ ਕਹਿੰਦਾ ਮੇਰੇ ਹੱਥ ਥੱਕ ਗਿਆ ਉੱਕਾ ਤੁੱਕਾ ਗੱਲ ਇਹੀ ਮਕਾਨਾ ਜੇ ਮੈਂ ਘਟ ਜਾਂਦੀ ਆ ਪੁਰਾਣਿਆਂ ਦੀ ਵੈਲਿਊ ਜਦੋਂ ਮਾਰਕੀਟ ਚ ਨਵੀਂ ਚੀਜ਼ ਆਂਦੀ ਆ ਠੀਕ ਹੈ ਆਰਨੇ ਦਾ ਗਾਣਾ ਆਇਆ ਹੈਗਾ ਠੀਕ ਹੈ ਆਂਡਰੋਇਡ ਫੋਨ ਆ ਮੇਰਾ ਇਹਨੂੰ ਮੈਂ ਪੁੱਛਦਾ ਆ ਪਿਆ ਜੇ ਇੱਥੇ ਇਹ ਫੋਨ ਹੈ ਟਿਕਟੌਕ ਦਾ ਸਟੈਂਡ ਕੀਤਾ ਸੀ ਮਾੜਾ ਮੋਟਾ ਮੈਨੂੰ ਆ ਇੱਥੇ ਪਿਆ ਜੇ ਫੋਨ ਠੀਕ ਆ ਟੁੱਟਾ ਪਿਆ ਰਹੇ ਕੋਈ ਮਤਲਬ ਨਹੀਂ ਆ ਪਿਛੋਂ ਕਵਰ ਹੈਗਾ ਵੈਸੇ ਤੇ ਟੁੱਟਾ ਇਹਦਾ ਠੀਕ ਹੈ ਹੁਣ ਮੈਂ ਆ ਆਈ ਇਨੂੰ ਮੈਂ ਸਾਲੇ ਨੂੰ ਲੱਖ ਲਾਣ ਤਾਂ ਪਾਣਾ ਹੋਊਗਾ ਠੀਕ ਹੈ ਇਹਦੇ ਕੈਮਰੇ ਨੂੰ ਕਿ ਕਿਦਾਂ ਦਾ ਕੈਮਰਾ ਵਾ ਫੋਨ ਨਹੀਂ ਸਮੂਥ ਚੱਲਦਾ ਇਹ ਐ ਵੋ ਹੈ ਤੇ ਜਦੋਂ ਮੈਂ ਲਿੱਤਾ ਸੀ ਨਾ ਇਹ ਫੋਨ ਨੂੰ ਮੈਨੂੰ ਐ ਫੀਲਿੰਗ ਆਵੇ ਭੈਣੇ ਮੈਂ ਕਿਤੇ ਜਾ ਹੀ ਲੈ ਲਿਆ ਵਾ ਐਦਾਂ ਫੀਲਿੰਗ ਆਵੇ ਮੈਨੂੰ ਪੱਪੀਆਂ ਕਰਾਂ ਫੋਨ ਨੂੰ ਕਿੱਡਾ ਸੋਹਣਾ ਫੋਨ ਕਿੱਟਾ ਹੈ ਪਿੱਛੋਂ ਬੜਾ ਇਹਦੀ ਪਨਾ ਆ ਵੇਖੋ ਕੱਢ ਜੋ ਇਹਦੀ ਨਾ ਆ ਬੜੀ ਸੋਹਣੀ ਆ ਪਾਇਆ ਮਾਮਾ ਬਾਹਰ ਆ ਦੇਖੋ ਇਹਦੀ ਬੈਕ ਬੜੀ ਸੋਹਣੀ ਹੈ ਇਹ ਨਵਾਂ ਆਇਆ ਸੀ ਉਦੋਂ ਰੈਡਮੀ ਨੋਟੇਡ ਪ੍ਰੋ ਠੀਕ ਹੈ ਇਹ ਲਿੱਤਾ ਦਾ ਹੀ ਮੈਂ ਇਹਨੂੰ ਮੈਂ ਐ ਪਾ ਰਹੀਆਂ ਕਰਾਂ ਜਿਵੇਂ ਮੈਂ ਹੈ ਕੋਈ ਇਹਦੀ ਇਹਦੀ ਵੈਲਿਊ ਹੈ ਕੋਈ ਰੱਖਿਆ ਹੋਇਆ ਸਾਈਡ ਤੇ ਠੀਕ ਹੈ ਆ ਮਾੜੇ ਮੋੜਾ ਟਾਈਮ ਪਾਸ ਕਰੀਦਾ ਕਈ ਕਈ ਚੀਜ਼ਾਂ ਦੀ ਐਡਿਟਿੰਗ ਇਹਦੇ ਵਿੱਚ ਕਰੀਦੀ ਹੈ ਬਾਕੀ ਫੋਨ ਜਾਣ ਹੈਗਾ ਆਪਣੀਆਂ ਤਾਂ ਗੱਲਾਂ ਨਹੀਂ ਆ ਠੀਕ ਹੈ ਹੁਣ ਆਪਾਂ ਆਈਫੋਨ ਦਾ ਜ਼ਿਆਦਾ ਪਿਆਰ ਕਰਦੇ ਆ ਇਹ ਗੱਲ ਮੈਂ ਕਿੱਥੇ ਲਾਗੂ ਕਰਾਂ ਜਦੋਂ ਆਪਾਂ ਇਕੱਠੇ ਰਹਿੰਦੇ ਸੀਗੇ ਉਦੋਂ ਮੈਨੂੰ ਕੋਈ ਕਿਸੇ ਨੇ ਕੁਝ ਕਿਹਾ ਨਹੀਂ ਉਦੋਂ ਮੈਨੂੰ ਤੇ ਲਾਣ ਤਾਂ ਪਾਈਆਂ ਨਹੀਂ ਉਦੋਂ ਮੈਨੂੰ ਸਹੀ ਵੀ ਗਏ ਹੈ ਪਿਆਰ ਨਾਲ ਰਹੀ ਵੀ ਗਏ ਸਭ ਕੁਝ ਕਰੀ ਵੀ ਗਏ ਹਨਾ ਜਦੋਂ ਮੇਰੇ ਤੋਂ ਵੱਖ ਹੋ ਗਏ ਤੇ ਮੈਨੂੰ ਫਿਰ ਬਾਦੂਆ ਦੇਣੀ ਸ਼ੁਰੂ ਕਰਤੀ ਮੇਰੇ ਬਾਰੇ ਬਕਵਾਸ ਕਰਨੀ ਸ਼ੁਰੂ ਕਰਤੀ ਮੇਰੇ ਤੇ ਐਲੀਗੇਸ਼ਨ ਵਾਲੇ ਸ਼ੁਰੂ ਕਰ ਦਿੱਤੇ ਹੈ ਇਹ ਗੱਲ ਸਹੀ ਹੈ ਹੁਣ ਮੈਂ ਇੱਕ ਗੱਲ ਹੋਰ ਕਵਾਂਗਾ ਐਲੀਗੇਸ਼ਨ ਫਿਲਾ ਲੈਣੇ ਸੀਗੇ ਕੋਈ ਨਹੀਂ ਹੋਰ ਲੱਭਦੇ ਆ ਇੱਕ ਹੋਰ ਐਲੀਗੇਸ਼ਨ ਸੀਗਾ ਲੱਤਾਂ ਘਟਾਣਾ ਮੈਂ ਸਕਿਪ ਕਰ ਗਿਆ ਮੈਂ ਨਾ ਐਕਸਟਰੀ ਐਕਸਪਲੇਨ ਕਰਨ ਲੱਗਾ ਨਾ ਮੈਂ ਅੱਜ ਦਾ ਸੱਚਾ ਹਾਂ ਨਾ ਫਿਰ ਯਾਰ ਮੈਂ ਸੱਚਾ ਨਾਲ ਦਿਲ ਦਾ ਮਟੂ ਦੀ ਪੁਆਇੰਟ ਗੱਲ ਕਰਦਾਗਾ ਤਾਂ ਐਕਸਪਲੇਨ ਵੀ ਕਰਦਾ ਵਾ ਸਾਰੀ ਚੀਜ਼ ਇਹ ਆਪਣਾ ਮਾਈਂਡ ਐਕਸਪਲੇਨ ਕਰਨਾ ਚਾਹੁੰਦਾ ਮੈਨੂੰ ਵੇਖ ਲੋ ਫਿਕਰ ਹੀ ਕੋਈ ਨਹੀਂ ਵਲੋਗ ਵੱਡਾ ਹੋਵੇ ਛੋਟਾ ਹੋਵੇ ਕੋਈ ਚੱਕਰ ਨਹੀਂ ਲੱਤਾਂ ਘੁੱਟਣ ਵਾਲੀ ਗੱਲ ਆ ਮੇਰੇ ਨਾਲ ਐਕਚੁਅਲੀ ਯਾਰ ਵੇਖੋ ਇੱਕ ਵੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਆਪਾਂ ਲਿਵਿੰਗ ਚ ਰਹਿੰਦੇ ਪਈ ਸਿਸਟਮ ਹਸਬੈਂਡ ਵਾਈਫ ਵਾਲਾ ਸੀਗਾ ਠੀਕ ਆ ਰਹਿੰਦੇ ਤੇ ਇਕੱਠੇ ਪਏ ਸੀ ਨਾ ਜੇ ਮੈਂ ਤੇਰੀ ਇਨਸਾਨਾਂ ਇਹ ਨਹੀਂ ਕੇਅਰ ਕੀਤੀ ਇਹਨਾਂ ਤੈਨੂੰ ਪਿਆਰ ਕੀਤਾ ਇਹਨਾਂ ਤੈਨੂੰ ਚੰਗਾ ਭਲਾ ਰਿਹਾ ਇਹਦੇ ਮੈਂ ਖਲਾਸੇ ਕਰੂੰਗਾ ਥੋੜੇ ਬ ਜੇ ਮੈਂ ਇੰਨੀ ਤਰੀਕੇ ਏਅਰ ਕਰਦਾ ਪਿਆ ਤੈਨੂੰ ਮੈਂ ਕਿੱਥੋਂ ਚੋੱਕ ਕੇ ਕਿੱਥੇ ਲੈ ਜਾਂਦਾ ਇੱਕ ਮਿੰਟ ਕੋਲ ਆਂਦੀ ਪਈ ਆ ਤੇ ਮੈਂ ਕਹਿੰਦਾ ਪਿਆ ਸੀਗਾ ਕੀ ਹਨਾ ਸਿਸਟਮ ਸਾਰਾ ਉਹੀ ਸੀਗਾ ਹਨਾ ਵੇਖੋ ਯਾਰ ਹੁਣ ਜੇ ਮੈਂ ਇੰਨੀ ਤਰੀਕੇ ਵੇਖੋ ਮੈਂ ਕਿੱਥੋਂ ਚੋੱਕ ਕੇ ਕਿੱਥੇ ਲੈ ਗਿਆ ਇਹਦੀਆਂ ਆਪਣੀਆਂ ਸਹੇਲੀਆਂ ਨੂੰ ਵੀ ਪਤਾ ਵਾ ਇਹਦੀਆਂ ਜੋ ਇਹਦੀਆਂ ਕਲਾਸਮੇਟ ਰਹਿ ਚੁੱਕੀਆਂ ਹੋਣਗੀਆਂ ਸਭ ਨੂੰ ਪਤਾ ਯਾਰ A to Z ਪਤਾ ਇੱਥੇ ਮਹੱਲੇ 'ਚ ਸਭ ਨੂੰ ਪਤਾ ਵਾ ਹਨਾ ਸਭ ਨੂੰ ਸਾਡੇ ਸਭ ਨੂੰ ਪਤਾ ਯਾਰ ਟੋਟਲੀ ਹਣਾ ਇਸ ਇਨਸਾਨ ਨੂੰ ਇੰਨੀ ਮੈਂ ਕੇਅਰ ਕੀਤੀ ਕਿੱਥੋਂ ਚੁੱਕ ਕੇ ਕਿੱਥੇ ਲੈ ਗਿਆ ਨਾ ਭੈਂ ਜੋ ਕੋਈ ਜਾਣਦਾ ਨਾ ਕੋਈ ਪਛਾਣਦਾ ਫਿਰ ਵੀ ਚਲੋ ਆਪਾਂ ਇਹਨੂੰ ਅੱਗੇ ਕੀਤਾ ਮਤਲਬ ਪ੍ਰਪੋਜ਼ ਵੀ ਅਗਲੇ ਨੇ ਸਾਨੂੰ ਕੀਤਾ ਛੱਡ ਵੀ ਆਪਣੀ ਮਰਜ਼ੀਆ ਦਿੱਤਾ ਇਹ ਤਾਂ ਗਲਤ ਆ ਨਾ ਫਿਰ ਹਣਾ ਲੱਤਾਂ ਦੀ ਗੱਲ ਹੈ ਮੇਰੇ ਨਾਲ ਐਕਚੁਅਲੀ ਯਾਰ ਗੋਡੇ ਹਨ ਜਿਹੜੇ ਮਿੱਥੇ ਨੇ ਮੇਰੇ ਜਕਦਮ ਦਰਦ ਸ਼ੁਰੂ ਹੋ ਗਈ ਸੀਗੀ ਮੇਰੇ ਪਤਾ ਨਹੀਂ ਮੈਂ ਜਿੱਦਾਂ ਮੈਂ ਟੈਸਟ ਵੀ ਕਰਵਾਏ ਸੀਗੇ ਨਾ ਆਪਣੇ ਮੈਂ ਇੱਕ ਵਲੋਗ ਵੀ ਪਾਇਆ ਸੀ ਟੈਸਟ ਦਾ ਮੇਰਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਆਇਆ ਹੈਗਾ ਤੇ ਇੱਕ ਮੇਰੇ ਨਾਲ ਹਾਰਟ 'ਚ ਵੀ ਦਰਦ ਹੁੰਦੀ ਸੀਗੀ ਮੈਂ ਉਹਦੀ ਵੀ ਉਹ ਕਰਵਾਈ ਹੀ ਉਹ ਕੀ ਕ ਉਹ ਜਿਹੜੀ ਐ ਕਰਦੇ ਆ ਈਕੋ ਕਹਿੰਦੇ ਉਹਨੂੰ ਪਤਾ ਨਹੀਂ ਕੀ ਕਹਿੰਦੇ ਆ ਤੇ ਉਹ ਕਰਵਾਈ ਸੀ ਠੀਕ ਆ ਆਈ ਥਿੰਕ ਸੋ ਕੋਲੇਸਟ੍ਰੋਲ ਕਰਕੇ ਨਾ ਮੇਰੇ ਨਾ ਗੋਡਿਆਂ 'ਚ ਪੀੜ ਪੈ ਗਈ ਬਹੁਤ ਜ਼ਿਆਦਾ ਮੈਂ ਤੁਰਦਾ ਹੁੰਦਾ ਨਾ ਇੱਕ ਆਪਾਂ ਚਿੜੀਚਿਕਾ ਵੀ ਖੇਡਦੇ ਹੁੰਦੇ ਸੀ ਨਾ ਉਦੋਂ ਮੈਂ ਤੁਰਦਾ ਹਾਂ ਨਾ ਮੇਰੇ ਦਰਦ ਬਹੁਤ ਨਿਕਲਦੀ ਤੇ ਮੈਂ ਬਸ ਇਹਨੂੰ ਇੰਨਾ ਕਹਿੰਦਾ ਕਿ ਮਲਦੇ ਤੇ ਯਾਰ ਫੇਰ ਕੀ ਆ ਜੇ ਮਲਦੇ ਨੇ ਤਾਂ ਫੇਰ ਇਹਦੇ 'ਚ ਕੋਈ ਉਹ ਥੋੜੀ ਨਾ ਯਾਰ ਜੇ ਮਲਦੇਣੇ ਦੇ ਵਿੱਚ ਤੇ ਹਨਾ ਇਹਦੇ 'ਚ ਕੋਈ ਐੋ ਜੀ ਗੱਲ ਥੋੜੀ ਨਾ ਕਿ ਮਲਦੇ ਗੋਡੇ ਮਲਾਂਦਾ ਗੋਡੇ ਮਲਾਂਦਾ ਜਿੱਦਣ ਯਾਰ ਵੇਖੋ ਟੌਰਚਰ ਕਰਨ ਚ ਤੇ ਫੋਰਸ ਕਰਨ ਵਿੱਚ ਬਹੁਤ ਫਰਕ ਹੁੰਦਾ ਟੌਰਚਰ ਮੀਨਸ ਇਦਾਂ ਹੁੰਦਾ ਕਿ ਮੈਂ ਕਹਿਦਾ ਗੋਟੇ ਮਾਲਦੇ ਨਹੀਂ ਮੰਨੇ ਲਾਚਪੇੜ ਨਹੀਂ ਮੰਨੇ ਲਾਚਪੇੜ ਇਹ ਚੀਜ਼ ਤੈਨਾਂ ਮੈਂ ਕੀਤੀ ਜਦੋਂ ਇਹ ਇਨਸਾਨ ਮੈਨੂੰ ਕਹਿੰਦਾ ਸੀ ਨਾ ਮੈਂ ਥੱਕਿਆ ਹੋਇਆ ਮੈਂ ਮੈਂ ਥੱਕੀ ਹੋਈ ਆ ਹਲੇ ਮੇਰੇ ਕੋ ਨਹੀਂ ਹੋ ਪਣਾ ਨਹੀਂ ਹੋ ਪਣ ਮੈਂ ਮੈਂ ਬਸ ਨਾ ਯਾਰ ਐਜ਼ ਅ ਪਿਆਰ ਦੇ ਹਿਸਾਬ ਨਾਲ ਪਿਆਰ ਨਾ ਜਦੋਂ ਆਪਾਂ ਆਪਣੇ ਮੰਮੀ ਸਾਡੀ ਆ ਆਪ ਮੰਮੀ ਨੂੰ ਕਹਿੰਦੇ ਨਾ ਮੰਮੀ ਪਨੀਰ ਬਣਾ ਦਿਓ ਮੰਮੀ ਕਹਿ ਦੋ ਕਿ ਮੈਂ ਥੱਕੀ ਹੋਈ ਆ ਥੱਕੀ ਨਹੀਂ ਆਈ ਕਿਹਾ ਮੰਮੀ ਬਣਾ ਲਓ ਵੇ ਲਓ ਬਣਾ ਦਿਓ ਵੇ ਲਓ ਦੀਕ ਜੀ ਕਰਨ ਤੇ ਆ ਬਣਾ ਦਿਓ ਬਣਾ ਦਿਓ ਬਣਾ ਦਿਓ ਮੰਮੀ ਬਣਾ ਦ ਇਤੋਂ ਚਮ ਮੈਂ 70 ਫੇਰ ਤੱਕ ਦੱਸ ਕੇ ਇਹਦੇ ਹੈ ਤੇ ਵੇਖੋ ਇਹਦਾ ਸੀਗਾ ਇਸ ਇਨਸਾਨ ਨੇ ਮੈਨੂੰ ਕਹਿਣਾ ਮੈਂ ਲੱਤਾਂ ਘੁੱਟ ਨਹੀਂ ਆਣੀਆਂ ਕਿ ਮੈਂ ਥੋੜੇ ਤੱਕ ਕੀ ਹੋਈਆਂ ਇਹ ਵੋ ਜੀ ਵੋ ਮੈਂ ਬਸ ਐਜ਼ ਅ ਫੋਰਸ ਕਰਦਾ ਸੀ ਪਿਆਰ ਨਾਲ ਮੈਂ ਕਹਾਂ ਯਾਰ ਵੇਲਾ ਘੋੜ ਦੇ ਬਹੁਤ ਦਰਦ ਹੋਉਂਦੀ ਥੋੜੇ 5 ਮਿੰਟ 5 ਮਿੰਟ ਵੇਲਾ ਪਲੀਜ਼ ਪਲੀਜ਼ ਉਸ ਤੋਂ ਬਾਅਦ ਘੋੜ ਦਿੰਦਾ ਸੀ ਇਨਸਾਨ ਹੁਣ ਇਹ ਇਨਸਾਨ ਮੇਰੇ ਤੇ ਚਿੱਕੜ ਛਾਲ ਲੰਦੇ ਆ ਉਦੋਂ ਤੋਂ ਖੁਸ਼ ਉਹ ਇਨਸਾਨਾ ਘੋੜਦਾ ਸੀ ਸ਼ਰਮ ਕਰੋ ਸ਼ਰਮ ਰਮਾਇਣ ਵੇਖਦੇ ਸੀ ਰਮਾਇਣ ਵੇਖਦੇ ਸ਼ਰਮ ਕਰੋ ਫਿਟੇ ਮੂੰ ਤੁਹਾਡੇ ਇਹੋ ਜਿਹੇ ਤੇ ਰਮਾਇਣ ਵੇਖਦੇ ਸੀ ਨਾ ਉਹ ਰਮਾਇ ਫੋਲੋ ਵੀ ਤੇ ਕਰਦੇ ਸੀਤਾ ਮਾਤਾ ਨੂੰ ਫੋਲੋ ਵੀ ਤੇ ਕਰਦੇ ਜੇ ਸੀਤਾ ਮਾਤਾ ਪਸੰਦ ਸੀ ਬਹੁਤ ਜ਼ਿਆਦਾ ਫੋਲੋ ਵੀ ਕਰਦੇ ਨਾ ਉਹਨੂੰ ਸੀਤਾ ਮਾਤਾ ਨੂੰ ਫੋਲੋ ਕਰਨੀ ਤੁਸੀਂ ਕਰਦੇ ਸੀਗੇ ਹੈ ਰਮਾਇਣ ਵੇਖਦੀ ਹੁੰਦੀ ਸੀਗੀ ਤੇ ਇੱਥੇ ਬਹਿਣਾ ਤੇ ਗੋਡੇ ਮੇਰੇ ਕੁੱਟ ਜਾਣੇ ਮਲੀ ਜਾਣੇ ਠੀਕ ਹੈ ਇਹਦੇ ਚ ਕੀ ਟੌਰਚਰ ਹੋਇਆ ਇਹ ਤੇ ਅਲੀਗੇਸ਼ਨ ਲਾਤਾ ਨਾ ਮੈਨੂੰ ਕੁੱਟਿਆ ਮਾਰਿਆ ਜਾਂਦਾ ਸੀ ਮਾਰਨੇ ਯਾਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਫਾਲਤੂ ਦੀ ਠੀਕ ਹੈ ਬਲਕਿ ਜਿੱਦਨ ਮੈਂ ਇਸ ਇਨਸਾਨ ਨੂੰ ਕਿਸੇ ਕਰਕੇ ਜਿੱਦਾਂ ਇਹ ਇਨਸਾਨ ਥੋੜਾ ਗੁੱਸਾ ਹੋ ਜਾਂਦਾ ਇਹਨੂੰ ਫੜਦਾ ਸੀ ਨਾ ਇਸ ਇਨਸਾਨ ਨੇ ਮੇਰੀ ਇਧਰੋਂ ਆ ਵੱਖੀ ਹੈ ਨਾ ਵੱਖੀ ਐ ਇਦਾਂ ਹੀ ਪੁੱਟ ਛੜਿਆ ਮਾਸ ਮੇਰੀ ਵੱਖੀ ਦਾ ਠੀਕ ਹੈ ਇਸ ਇਨਸਾਨ ਨੇ ਮੈਂ ਸੋਫੇ ਤੇ ਬੈਠਾ ਇਸ ਇਨਸਾਨ ਨੇ ਅੰਦਰ ਲਿਆਂਦੇ ਲਿਆਂਦੇ ਮੈਨੂੰ ਜ਼ਬਰਦਸਤੀ ਫੜਿਆ ਤਾਂ ਮੈਂ ਸੋਫੇ ਦੇ ਮੇਰੇ ਪੈਰ ਨਾ ਸਿੱਧਾ ਜ਼ਮੀਨ ਤੇ ਡਿੱਗਾ ਮੇਰ ਨਾਲ ਵੀ ਬਹੁਤ ਕੁਝ ਹੋਇਆਗਾ ਜੇ ਤੁਹਾਡੇ ਨਾਲ ਇਨਸਾਨ ਜੀ ਬਹੁਤ ਕੁਝ ਹੋਇਆ ਮੇਰ ਨਾਲ ਬਹੁਤ ਕੁਝ ਹੋਇਆ ਐਂਡ ਤੇ ਆ ਕੇ ਕੀ ਯਾਰ ਵੇਖੋ ਹੁੰਦੀ ਤੇ ਚਲੋ ਮੈਨੂੰ ਪਤਾ ਕੁੱਤੇ ਖਾਣੀਆਂ ਹੀ ਪਈਆਂ ਹਨ ਇਹਦੀ ਵੀ ਹੁੰਦੀ ਪਈ ਯਾਰ ਮੇਰੀ ਵੀ ਹੁੰਦੀ ਪਈ ਆ ਹੁਣ ਮੈਨੂੰ ਪਤਾ ਲੋਕਾਂ ਨੇ ਕਹਿਣਾ ਹੀ ਆ ਕਿ ਨਹੀਂ ਰਹਿ ਪਾਏ ਅਹੀ ਯਾਰ ਰਹਿੰਦੇ ਸੀਗੇ ਬਹੁਤ ਚੰਗੇ ਰਹਿੰਦੇ ਸੀ ਬਟ ਗੱਲ ਪਤਾ ਕਿੱਥੇ ਆਂਦੀ ਆ ਇਹ ਗੱਲ ਚਲੋ ਮੰਨ ਲਓ ਮੇਰੀ ਉਮਰ ਛੋਟੀ ਆ ਵੱਡੀ ਉਮਰ ਲਿਆ ਚ ਵੀ ਕਲੇਸ਼ ਪੈਂਦੇ ਨੇ ਇਹ ਨਹੀਂ ਕਿ ਛੋਟੀ ਉਮਰ ਚ ਕਲੇਸ਼ ਪੈਂਦਾ ਵੱਡੀ ਚ ਵੀ ਪੈਂਦੇ ਨੇ ਕਲੇਸ਼ ਪਤਾ ਗੱਲ ਕੀ ਹੁੰਦੀ ਯਾਰ ਚੁੱਪ ਰਹਿਣਾ ਸਿੱਖਿਆ ਬੰਦਾ ਵੇਖੋ ਜੇ ਬੰਦਾ ਬੋਲਦਾ ਵਾ ਜਨਾਨੀ ਚੁੱਪ ਕਰ ਜਾਏ ਜਨਾਨੀ ਬੋਲਦੀ ਆ ਬੰਦਾ ਚੁੱਪ ਕਰ ਜਾ ਹੁਣ ਕਈ ਇਹਦੇ ਵਿੱਚ ਆਣ ਗਈਆਂ ਕਈ ਆਣ ਗਈਆਂ ਆਪਣਾ ਲੈਕਚਰ ਝਾੜਨ ਕੁੜੀਆਂ ਆ ਇਸੇ ਥੋੜੀ ਹੁੰਦਾ ਆ ਇਸੇ ਥੋੜੀ ਫੇਰ ਨਹੀਂ ਮੈਡਮ ਜੀ ਘਰ ਵਸਦੇ ਕਦੀ ਵੀ ਫੇਰ ਨਹੀਂ ਕਦੀ ਵਸਦੇ ਘਰ ਠੀਕ ਹੈ ਚੰਗੇ ਘਰ ਦੀਆਂ ਚੋਪ ਪਰਿੰਦੀਆਂ ਨੇ ਠੀਕ ਹੈ ਜਮਾਨਾ ਭਾਵੇਂ ਇੱਧਰ ਦਾ ਭਾਵੇਂ ਜਨਾਮਾ ਜਮਾਨਾ ਉੱਧਰ ਦਾ ਕੋਈ ਚੱਕਰ ਨਹੀਂ ਇਦਾਂ ਦੀ ਨਹੀਂ ਗੱਲ ਹੁੰਦੀ ਪੁਰਾਣੇ ਜਮਾਨੇ ਨਵੇਂ ਜਮਾਨੇ ਦੀ ਠੀਕ ਹੈ ਦੇਖੋ ਹਾਂ ਡਿਸਰੈਸਪੈਕਟ ਨਹੀਂ ਬਰਦਾਸ਼ਤ ਹੁੰਦੀ ਕੁੜੀਆਂ ਦਾ ਡਿਸਰੈਸਪੈਕਟ ਕਰੋ ਜਾਂ ਉਹਨਾਂ ਨੂੰ ਬਕਵਾਸ ਕਰੋ ਮਾਰੋ ਕੁੱਟੋ ਫੇਰ ਮੈਂ ਮੰਨਦਾ ਕੁੜੀ ਆ ਉਹ ਉਹ ਲੈ ਸਕਦੀ ਆ ਕੀ ਕਹਿੰਦੇ ਉਹਨੂੰ ਫੈਸਲਾ ਲੈ ਸਕਦੀ ਆ ਬਟ ਵੇਖੋ ਜੇ ਤੁਹਾਡੇ ਨਾਲ ਦੇ ਨੇ ਤੁਹਾਨੂੰ ਡਾਂਟਤਾ ਮੰਨ ਲਓ ਉਥੇ ਤੁਹਾਡੇ ਨਾਲ ਦੇ ਦਾ ਫੋਨ ਪਿਆ ਵਾ ਜਾਂ ਉਥੇ ਐਕਸਟੈਂਸ਼ਨ ਕੋਡ ਪਈ ਆ ਉਹ ਤੁਹਾਡੇ ਕੋਲ ਡੇਗੀ ਅਗਲੇ ਤੁਹਾਨੂੰ ਕਹਦੇ ਕਿ ਧਿਆਨ ਨਾਲ ਕੀ ਕਰਦੀ ਪਈ ਐ ਇਹਦੇ 'ਚ ਕੋਈ ਇਹ ਤਾਂ ਨਾਰਮਲ ਅੱਗੋਂ ਜਨਾਨੀ ਕਹਿ ਦਵੇ ਤੂੰ ਮੈਨੂੰ ਇਹਦਾ ਬੋਲਦੇ ਪਏ ਇਹ ਕਰਦੇ ਪਏ ਉਹ ਕਰਦੇ ਪਏ ਫਿਰ ਤਾਂ ਕਲੇਸ਼ ਵਧਣਾ ਹੀ ਹੈ ਹਾਂ ਆ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਥੋੜੀ ਥੋੜੀ ਲੜਾਈ ਹੋ ਜਾਂਦੀ ਹੁੰਦੀ ਹੈ ਕਿਉਂਕਿ ਅੱਗੋਂ ਬੋਲਣ ਦੀ ਫਿਤਰਤ ਤੇ ਬੰਦੇ ਦੀ ਬਦਨ ਜਬਾਨ ਕੁੱਤੇ ਦੀ ਲੱਗੀ ਹੁੰਦੀ ਲੋਕਾਂ ਨੂੰ ਠੀਕ ਹੈ ਸਦੀ ਗੱਲ ਹੈ ਇਸ ਇਨਸਾਨ ਇਹਨਾਂ ਇਨਸਾਨਾਂ ਨੂੰ ਕੁੱਤੇ ਦੀ ਜਬਾਨ ਲੱਗੀ ਹੁੰਦੀ ਹੁਣ ਮੈਂ ਦੇ ਦਿੰਦਾ ਠੀਕ ਹੈ ਰਿਪਲਾਈ ਮੈਂ ਵੀ ਦੇ ਦਿੰਦਾ ਰਿਪਲਾਈ ਝੂਠੇ ਅਲੀਗੇਸ਼ਨ ਲਾਉਗੇ ਤੇ ਇਦਾਂ ਹੀ ਹੋਊਗਾ ਯਾਰ ਵੇਖੋ ਮੈਂ ਫੇਰ ਕਹਾਂ ਮੇਰਾ ਬਿਲਕੁਲ ਦਿਲ ਨਹੀਂ ਸੀਗਾ ਆ ਇਦਾਂ ਦੇ ਰਿ ਇਨਾ ਇਸ ਇਨਸਾਨ ਨੇ ਨਾ ਉਹੀ ਉਂਗਲੀ ਕਰਨੀ ਕਰਨੀ ਭੈ ਕਿਉਂਕਿ ਇਹ ਤਰੀਕੇ ਨਾ ਕਿਹੇ ਵੀ ਤਰੀਕੇ ਕੀ ਇਹ ਅਗੋਰੀ ਰਿਪਲਾਈ ਦੇਵੇ ਹੁਣ ਮੈਂ ਰਿਪਲਾਈ ਦਿੱਤਾ ਅੱਗੋਂ ਦੀ ਫੇਰ ਰਿਪਲਾਈ ਆਇਣਾ ਜਸਟ ਫॉर ਵਿਊਜ਼ ਉਸ ਤੋਂ ਬਾਅਦ ਇਹ ਭਾਲਣਗੇ ਜੀ ਇਹ ਫੇਰ ਰਿਪਲਾਈ ਕਰੇ ਮੈਂ ਦੇਣਾ ਨਹੀਂ ਰਿਪਲਾਈ ਮੰਨ ਲਓ ਮੈਂ ਰਿਪਲਾਈ ਦੇ ਦਿੱਤਾ ਉਸ ਤੋਂ ਬਾਅਦ ਫੇਰ ਰਿਪਲਾਈ ਫੇਰ ਤੇ ਰਿਪਲਾਈ ਵਲੋਗ ਹੀ ਬਣ ਜਾਣਾ ਡੈਸ਼ 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 ਰਿਪਲਾਈ ਵਲੋਗਸ ਸਮਝ ਜਾਓ ਠੀਕ ਹੈ ਉਦਾਂ ਹੀ ਮੈਂਕ ਵਲੋਗ ਦਾ ਉਹਦਾ ਵੀ ਰੀਪਲਾਈ ਵਲੋਗਸ ਇਹ ਤਾਂ ਫਿਰ ਰਿਪਲਾਈ ਬਣ ਗਏ ਫਿਰ ਤੇ ਇਸ ਕਰਕੇ ਮੈਂ ਇੱਕੋ ਗੱਲ ਸਮਝਾਉਂਗਾ ਜਿੱਦਾਂ ਮਰਜੀ ਉਸ ਇਨਸਾਨ ਨਾਲ ਆਪਣਾ ਹੋਇਆ ਸੋਇਆ ਪਰ ਉਸ ਇਨਸਾਨ ਨੂੰ ਇੰਨੀ ਗੱਲ ਦਾ ਪਤਾ ਵਾ ਚੰਗੀ ਤਰ੍ਹਾਂ ਪਤਾ ਵਾ ਉਹ ਇਨਸਾਨ ਚੰਗੀ ਤਰ੍ਹਾਂ ਜਾਣਦਾ ਮੈਨੂੰ ਠੀਕ ਆ ਅੰਦਰ ਦੀ ਅੰਦਰ ਨਾਲ ਉਸ ਇਨਸਾਨ ਨੂੰ ਹੀ ਪਤਾ ਵਾ ਕਿ ਮੈਂ ਕਿੰਨਾ ਕਮਣਾ ਜਾਂ ਕਿੰਨਾ ਕ ਚੰਗਾ ਬਸ ਉਹ ਲੋਕਾਂ ਵਿੱਚ ਭੰਡਣ ਦੀ ਆਦਤ ਨਹੀਂ ਜਾਂਦੀ ਠੀਕ ਆ ਕਈਆਂ ਦੀ ਠੀਕ ਆ ਰਹੀ ਗੱਲ ਠੀਕ ਆ ਹੁਣ ਮੈਨੂੰ ਨਹੀਂ ਪਤਾ ਇਹਨੂੰ ਪੜਕਾਇਆ ਕਿਸੇ ਨੇ ਜਾਂ ਇਹਨੇ ਪੜਕਾਇਆ ਵੇਖੋ ਮੈਂ ਇੱਕ ਗੱਲ ਵੇਖ ਲਈ ਆ ਉਦਾਂ ਕੁੜੀਆਂ ਨਾ ਕਈ ਕੁੜੀਆਂ ਇਦਾਂ ਦੀਆਂ ਹੁੰਦੀਆਂ ਵਾਂ ਉਹਦਾ ਨਾਲ ਦਾ ਭਾਵੇਂ ਕੋਈ ਪੁੱਠੇ ਸਿੱਧੇ ਕੰਮ ਵੀ ਕਰਦਾ ਹੋਵੇ ਨਾ ਉਹ ਤਾਂ ਵੀ ਐਸੈਪਟ ਕਰਦੀਆਂ ਨੇ ਜਦੋਂ ਮਨ ਭਰ ਜਾਂਦਾ ਨਾ ਉਹੀ ਕੁੜੀ ਉਹੀ ਕੁੜੀ ਆਪਣੇ ਘਰ ਦੇਆਂ ਨੂੰ ਸਭ ਕੁਝ ਦੱਸ ਦਿੰਦੀ ਆ ਆਪਣੇ ਘਰ ਦੇਆਂ ਤੇ ਹੁਣ ਮੈਂ ਕਹਿੰਨਾ ਇਸ ਇਨਸਾਨ ਨੇ ਆਪਣੇ ਘਰ ਦੇਆਂ ਦੇ ਮਨ ਵਿੱਚ ਝੂਠ ਦੱਸ-ਦੱਸ ਕੇ ਰਿਸ਼ਤੇਦਾਰਾਂ ਨੂੰ ਝੂਠ ਦੱਸ-ਦੱਸ ਕੇ ਮੈਨੂੰ ਬਦਨਾਮ ਕਰ ਦਿੱਤਾ ਫੜ ਕੇ ਆਈ ਥਿੰਕ ਸੋ ਇਹਦੇ ਘਰ ਦੇਆਂ ਨੂੰ ਇੰਨੀ ਗੱਲ ਪਤਾ ਵੀ ਨਾ ਹੋਵੇ ਹਨਾ ਕਈ ਗੱਲਾਂ ਪਤਾ ਵੀ ਨਾ ਹੁਣ ਬਸ ਇਹ ਪਤਾ ਹੋਊਗਾ ਕਿ ਗੁੱਸੇ 'ਲਾਵਾ ਲੜਦਾ-ਲੜਦਾ ਹੀਗਾ ਥੋੜਾ ਬੋਤਾ ਇਹਦੇ ਨਾਲ ਬਟ ਜੋ ਇਸ ਇਨਸਾਨ ਨੇ ਆਪਣੇ ਘਰਦਿਆਂ ਨੂੰ ਝੂਠ ਬੋਲ ਬੋਲ ਕੇ ਅਹਿਸਾਸ ਦਵਾਤਾ ਕਿ ਉਹ ਬੰਦਾ ਸਿਰੇ ਦਾ ਬੇਕਾਰ ਸੀਗਾ ਆਮ ਬਲੈਨ ਆਏ ਸੀ ਫਿਰ ਮੇਰੇ ਕੋ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਸ ਗੱਲ ਤੇ ਵੀ ਰਿਪਲਾਈ ਕਰਿਓ ਜਦੋਂ ਸਾਡਾ ਰਿਲੇਸ਼ਨਸ਼ਿਪ ਸ਼ੁਰੂ ਹੋਣਾ ਸੀ ਨਾ ਪ੍ਰਪੋਜ਼ ਵੀ ਇਸ ਇਨਸਾਨ ਨੇ ਕੀਤਾ ਸੀਗਾ ਪਤਾ ਸੀ ਵਲੋਗ ਬਣਾਇਆ ਤਾਂ ਹੀ ਮੈਂ ਇਹਦਾ ਵੀ ਜਦੋਂ ਸਾਡਾ ਰਿਲੇਸ਼ਨਸ਼ਿਪ ਸ਼ੁਰੂ ਹੋਣਾ ਸੀ ਨਾ ਮੈਂ ਇਸ ਇਨਸਾਨ ਨੂੰ ਰਿਲੇਸ਼ਨਸ਼ਿਪ ਚ ਆਉਣ ਤੋਂ ਪਹਿਲਾਂ A to Z ਟੋਟਲੀ ਸਭ ਕੁਝ ਆਪਣੇ ਬਾਰੇ ਦੱਸਿਆ ਸੀਗਾ ਕਿ ਮੈਂ ਸ਼ੱਕ ਵਹਿਮ ਬਹੁਤ ਕਰਦਾ ਬਿਕੋਜ਼ ਮੈਂ ਜ਼ਿੰਦਗੀ ਚ ਬਹੁਤ ਧੋਖੇ ਖਾਦੇ ਭਾਵੇਂ ਮੈਂ ਸਹੇਲੀ ਦੇ ਹਿਸਾਬ ਨਾਲ ਧੋਖੇ ਖਾਦੇ ਭਾਵੇਂ ਮੈਂ ਯਾਰੀ ਤੁਸੀਂ ਧੋਖੇ ਖਾਦੇ ਭਾਵੇਂ ਮੈਂ ਫੈਮਿਲੀ ਮੈਟਰ ਚ ਧੋਖੇ ਖਾਦੇ ਠੀਕ ਹੈ ਐਸੇ ਇਨਸਾਨ ਨੂੰ ਮੈਂ ਕਿਹਾ ਮੈਂ ਕਹਾਂ ਮੈਂ ਓਵਰ ਪ੍ਰੋਸੈਸਿਵ ਬਹੁਤ ਜ਼ਿਆਦਾ ਹਾਂ ਠੀਕ ਹੈ ਇਹਨੂੰ ਮੈਂ ਕਿਹਾ ਮੈਂ ਸ਼ੱਕ ਮੈਂ ਸ਼ੱਕੀ ਵਹਿਮੀ ਬੰਦਾ ਹਾਂ ਮੈਂ ਰੋਕ ਟੋਕ ਰੈਸਟ੍ਰਿਕਸ਼ਨਸ ਲਾਉਣ ਵਾਲਾ ਬੰਦਾ ਹਾਂ ਤੇ ਮੈਂ ਸ਼ੱਕ ਵਗੈਰਾ ਬਹੁਤ ਕਰਦਾ ਹਾਂ ਪਰ ਇਹਨੂੰ ਮੈਂ ਇਨੀ ਗੱਲ ਦੀ ਗੰਟੀ ਦਿੱਤੀ ਮੈਂ ਕਿਹਾ ਮੈਂ ਵਿਆਹ ਤੱਕ ਨਿ ਸਖੀ ਭੈਣ ਨੂੰ ਛੱਡ ਕੇ ਕਜ਼ਨ ਭੈਣ ਨਾਲ ਵੀ ਗੱਲ ਨਹੀਂ ਕਰਦਾ ਠੀਕ ਹੈ ਇਸ ਤੋਂ ਬਾਅਦ ਆਪਾਂ ਨੂੰ ਕੀ ਆਂ ਬਚਾਈਦੇ ਆ ਕਿ ਗਿੱਟਕਾ ਚਾਹੀਦੀ ਆਂ ਬਦੀਆਂ ਠੀਕ ਹੈ ਤੇ ਇਹਨੂੰ ਇੰਨੀ ਗੱਲ ਮੈਂ ਕਹੀ ਸੀ ਕਿ ਮੈਂ ਇਦਾਂ ਦਾ ਬੰਦਾ ਹੀ ਐਸ ਇਨਸਾਨ ਨੇ ਉਸ ਵਕਤ ਮੈਨੂੰ ਪਤਾ ਹੀ ਕਿਹਾ ਕੋਈ ਪ੍ਰੋਬਲਮ ਨਹੀਂ ਪਿਆਰ ਕਰਦੇ ਹੋ ਲੋਇਲ ਕੋਈ ਚੱਕਰ ਨਹੀਂ ਸ਼ੱਕ ਮੈਂ ਦੀ ਪੈਣੀ ਆਵੇ ਠੀਕ ਹੈ ਇਸ ਇਨਸਾਨ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਆਈ ਡੋਨਟ ਕੇਅਰ ਅਬਾਊਟ ਯੋਰ ਪੰਜਾਬੀ ਜਾਇਓ ਯਾਰ ਇੰਗਲਿਸ਼ ਵਾਲਾ ਗਿਆ ਰੜ ਗਿਆ ਇਸ ਇਨਸਾਨ ਨੇ ਇੱਕੋ ਗੱਲ ਕਹੀਦੀ ਸੀ ਮੈਨੂੰ ਕਿ ਲੋਇਲਟੀ ਮੈਟਰ ਕਰਦੀ ਆ ਕੇਅਰ ਮੈਟਰ ਕਰਦੀ ਤਾਂ ਪਿਆਰ ਮੈਟਰ ਕਰਦਾ ਸ਼ੱਕ ਵਗੈਰੇ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਐਕਸੈਪਟ ਆ ਸ਼ੱਕ ਦਾ ਜਦ ਤੁਹਾਨੂੰ ਮੈਂ ਸਾਰਾ ਕੁਝ ਦੱਸਿਆ ਮੈਂ ਇਹਨੂੰ ਇਹ ਵੀ ਕਿਹਾ ਸੀਗਾ ਕਿ ਮੈਂ ਸ਼ੱਕ ਕਰਦਾ ਕਦਾ ਨਾ ਗੁੱਸੇ ਗਿਲੇ ਚ ਹੱਥ ਪੱਤ ਵੀ ਚੁੱਕ ਦਿੰਦਾਈ ਮੈਂ ਚੁੱਕਿਆ ਨਹੀਂ ਐ ਜਸਟ ਗੱਲ ਕਰਦਾ ਪਿਆ ਹੱਥ ਪੱਤ ਵੀ ਚੁੱਕ ਸਕਦਾ ਈ ਇਸ ਇਨਸਾਨ ਨੇ ਮੈਨੂੰ ਮੀਨਜ਼ ਐਜ਼ ਅ ਐਗਜ਼ੈਂਪਲ ਐਜ਼ ਇਦਾਂ ਕਿਹਾ ਨਹੀਂ ਪਰ ਐਜ਼ ਅ ਐਗਜ਼ੈਂਪਲ ਇਸ ਇਨਸਾਨ ਨੇ ਮੈਨੂੰ ਇਹ ਸ਼ੋਅ ਕਰਾਤਾ ਕਿ ਤੂੰ ਕੱਲ ਨੂੰ ਮੇਰੇ ਗੰਡਾਸੇ ਵੀ ਮਾਰਦੇ ਤਾਂ ਵੀ ਨਹੀਂ ਤੈਨੂੰ ਛੱਡਾਂਗਾ ਕਿਉਂਕਿ ਤੂੰ ਲੋਇਲ ਆਪਾਂ ਨੂੰ ਮਤਲਬ ਹੀ ਲॉयਲਟੀ ਨਾਲ ਤੇ ਪਿਆਰ ਕੇਅਰ ਨਾਲ ਵਾ ਠੀਕ ਹੈ ਜਦ ਤੁਹਾਨੂੰ ਮੈਂ ਸਾਰਾ ਕੁਝ ਦੱਸਿਆ ਸੀ ਆਪਣੇ ਬਾਰੇ ਕਿ ਕਿ ਮੇਰੇ ਨਾਲ ਪਹਿਲੇ ਵੀ ਇਦਾਂ ਹੋ ਚੁੱਕਾ ਵਾ ਮੈਂ ਡਿਪਰੈਸਡ ਰਹਿ ਚੁੱਕਾ ਮੇਰੀ ਬੁਰੀ ਹਾਲਤ ਹੋ ਚੁੱਕੀ ਮੈਂ ਇਦਾਂ ਰਹਿ ਚੁੱਕਾ ਹਾਂ ਤੇ ਰਹਿ ਚੁੱਕਾ ਵਾਂ ਤੇ ਫਿਰ ਤੁਹਾਨੂੰ ਇਹ ਵੀ ਦੱਸਿਆ ਸੀ ਮੈਂ ਇਦਾਂ ਦਾ ਹੈਗਾ ਵਾਂ ਮੈਂ ਨੇਚਰ ਵਾਈਜ਼ ਦਿੰਦਾ ਫਿਰ ਤੁਸੀਂ ਮੇਰੇ ਕੋਲ ਰਿਲੇਸ਼ਨਸ਼ਿਪ ਚ ਆਮ ਲੈਣ ਨੂੰ ਆਏ ਹੁਣ ਮੈਂ ਦੱਸੋ ਕੀ ਕਵਾਂ ਇਹਦੇ ਪਿੱਛੇ ਕਿਉਂ ਤੁਸੀਂ ਨਕਾਲੇ ਪਏ ਸੀਗੇ ਕਿ ਜਲਦੀ ਦੀ ਰਿਲੇਸ਼ਨਸ਼ਿਪ ਚਾਹੀਦੀ ਕੋਈ ਨਹੀਂ ਗੋਲੀ ਮਾਰ ਫੇਮ ਲੈਣਾ ਸੀਗਾ ਫੇਮ ਦੀ ਕਾਲੀ ਸੀਗੀ ਕਿ ਕੋਈ ਚੱਕਰ ਨਹੀਂ ਆ ਕੋਈ ਨਹੀਂ ਏ ਕਰ ਲੈਣੀ ਐਸੈਪਟ ਸਰ ਕੁਝ ਫੇਮ ਤੇ ਮਿਲੂਗਾ ਫੇਮ ਤੇ ਮਿਲੂਗਾ ਇਹ ਗੱਲ ਸੀਗੀ ਇਹ ਗੱਲ ਸੀ ਤੇ ਦੱਸਦੇ ਹੋ ਨਾ ਫਿਰ ਇਹ ਗੱਲ ਸੀਗੀ ਜਦ ਤਾ ਨੂੰ ਬੰਦੇ ਸਭ ਕੁਝ ਦੱਸ ਹੀ ਦਿੱਤਾ ਹੀ ਆਪਣੇ ਬਾਰੇ ਫਿਰ ਤੂੰ ਕਿਉਂ ਆਇਆ ਇਹ ਰਿਲੇਸ਼ਨ ਵਿੱਚ ਹਨਾ ਅੱਛਾ ਮੈਂ ਇੱਕ ਚੀਜ਼ ਹੋਰ ਨੋਟਿਸ ਕੀਤੀ ਹੈ ਯਾਰ ਲੋਕਾਂ ਦੀ ਨਾ ਜਿੱਦਾਂ ਕਿ ਮਤਲਬ ਆਪਣੇ ਟਾਈਮ ਪਾਸ ਪਿੱਛੇ ਨਾ ਕਈ ਲੋਕ ਕਰਦੇ ਆ ਕਈ ਇਨਸਾਨ ਇਦਾਂ ਕੁੜੀਆਂ ਕਰਦੀਆਂ ਨੇ ਮੁੰਡੇ ਵੀ ਕਰਦੇ ਆ ਆਪਣੇ ਟਾਈਮ ਪਾਸ ਪਿੱਛੇ ਆਪਣੇ ਸਵਾਰਥ ਪਿੱਛੇ ਅਗਲੇ ਦੇ ਨਾਲ ਨਾ ਯੂਜ਼ ਐਂਡ ਥਰੋ ਕਰਦੇ ਆ ਜਾਂ ਉਹਨਾਂ ਟਾਈਮ ਪਾਸ ਕਰਦੇ ਆ ਉਹਨੂੰ ਚੀਟ ਕਰਦੇ ਆ ਉਹ ਆਪਣਾ ਤਾਂ ਸਾਲਿਆਂ ਦਾ ਟਾਈਮ ਪਾਸ ਹੋ ਜਾਂਦਾ ਵਾ ਪਰ ਅਗਲੇ ਦਿਨਾਂ ਜਿਹੜੇ ਨਾਲ ਆਪਾਂ ਕੀਤਾ ਹੁੰਦਾ ਟਾਈਮ ਪਾਸ ਜਿਹਨੂੰ ਚੀਟ ਕੀਤਾ ਹੁੰਦਾ ਉਹਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਹੁਣ ਮੈਨੂੰ ਵੇਖ ਲਓ ਠੀਕ ਆ ਜੇ ਮੇਰੇ ਨਾਲ ਇਹ ਚੀਜ਼ ਹੋਈ ਸੀ ਨਾ ਮੈਂ ਇਨੀ ਗੱਲ ਕਹਿੰਦਾ ਸੀਗਾ ਕਿ ਐਤ ਕੀ ਮੇਰੇ ਨਾਲ ਨਾ ਇਹ ਚੀਜ਼ ਹੋਵੇ ਮੇਰੇ ਕੋਲ ਨਹੀਂ ਸਾਰਿਆ ਜਾਣਾ ਮੈਨੂੰ ਯਾਰ ਹੁਣ ਗੱਲਾਂ ਦੀ ਗੱਲ ਮੈਨੂੰ ਦੋ ਵਾਰ ਪੈਨਿਕ ਅਟੈਕ ਆ ਗਿਆ ਡ੍ਰਿਪ ਮੇਰੇ ਲੱਗੀ ਸੀ ਆਲੇ ਹੱਥ ਤੇ ਮੈਂ ਪਾਈ ਸੀ ਮੇਰੇ ਇੱਥੇ ਤੇ ਤੁਹਾਨੂੰ ਟੈਟੂ ਨਹੀਂ ਵਿਖਿਆ ਹੋਣਾ ਤੇ ਮੈਂ YouTube ਤੇ ਸ਼ਾਰ ਇਸ ਦਾ ਦੇ ਰੀਲ ਪਾਈਆ ਚੈੱਕ ਕਰ ਲਿਓ ਜਾ ਕੇ ਠੀਕ ਹੈ ਇਹਨੂੰ ਕਹਿੰਦੇ ਆ ਡਿਪਰੈਸ਼ਨ ਡਿਪਰੈਸ਼ਨ ਇਹਨੂੰ ਕਹਿੰਦੇ ਆ ਜਿਹੜਾ ਬੰਦਾ ਇਦਾਂ ਮਰਦਾ ਬਿਮਾਰ ਹੁੰਦਾ ਹੁਣ ਮੈਂ ਕੋਈ ਇਥੇ ਸਪਾਰਸ਼ੀ ਤੌਰ ਤੇ ਤੇ ਸੂਈਆਂ ਲਵਾ ਨਹੀਂ ਲਈਆਂ ਹੱਥ ਤੇ ਹਨਾ ਐਡੇ ਮੈਂ ਫੁੱਦੂ ਤੇ ਹੈਗਾ ਨਹੀਂ ਆ ਸਪਾਰਸ਼ੀ ਤੌਰ ਤੇ ਤੇ ਮੈਂ ਇਦਾਂ ਅਟੈਕ ਦਵਾਈ ਨਹੀਂ ਲੈਣਾ ਆਪਣੇ ਆਪ ਨੂੰ ਇਹ ਤੇ ਮੇਰੇ ਘਰ ਦੇ ਜਾਣਦੇ ਤੇ ਰੱਬ ਜਾਣਦਾ ਜੋ ਚੱਲਦਾ ਪਿਆ ਠੀਕ ਹੈ ਬਾਕੀ ਜਿਹਨੂੰ ਡਿਪਰੈਸ਼ਨ ਤੁਹਾਨੂੰ ਵਿਖਦਾ ਹੀ ਪਿਆ ਵਾ ਡਿਪਰੈਸ਼ਨ ਕੀ ਹੁੰਦਾ ਕਿੰਨੂੰ ਹੈਗਾ ਸੀ ਕਿੰਨੂੰ ਨਹੀਂ ਡਿਪਰੈਸ਼ਨ ਵਾਲਾ ਬੰਦਾ ਸ਼ੋਪਿੰਗਾਂ ਕਰ ਰਿਹਾ ਨਾ ਲੋਕਾਂ ਦੇ ਸਾਰੇ ਰਿਸ਼ਤੇ ਟੁੱਟ ਜਾਂਦੇ ਨੇ ਨਾ ਲੋਕੀ ਸਦਮੇ ਚ ਚਲ ਜਾਂਦੇ ਆ ਕਿ ਹਾਏ ਯਾਰ ਰਿਸ਼ਤਾ ਟੁੱਟ ਗਿਆ ਕੀ ਇੱਜ਼ਤ ਐ ਜੋਗੀ ਕੀ ਇੱਜ਼ਤ ਐ ਜੋਗੀ ਪਰ ਅੱਜ ਕੱਲ ਲੋਕਾਂ ਨੂੰ ਸ਼ਰਮ ਵੀ ਨਹੀਂ ਰਹੀ ਮਾੜੀ ਮੋਟੀ ਵੀ ਇਹ ਨਾ ਕੀਤਾ ਇਹ ਨਾ ਕੀਤਾ ਇਹਨਾਂ ਕੇ ਤਾਂ ਸਿਰ ਸਵਾ ਪਾਤੀ ਕੋਈ ਨਹੀਂ ਬਾਕੀ ਆਪਣੇ ਕੋ ਠੀਕ ਆ ਸਬੂਤ ਰੱਖੇਦੇ ਆ ਪ੍ਰੂਫ ਦੇ ਕਰਨ ਵਾਲਾ ਆਪਾਂ ਗੱਲ ਕਰਾਂਗੇ ਬਟ ਉਹ ਪ੍ਰੂਫ ਮੈਂ ਨਹੀਂ ਚਾਹਦਾ ਯਾਰ ਉਹ ਆਪਣੇ ਨਿੱਜੀ ਮਾਮਲੇ ਚ ਰਹਿਣ ਮੈਂ ਤਾਂ ਬਸ ਇੱਕੋ ਗੱਲ ਕਹਾਂਗਾ ਇਸ ਇਨਸਾਨ ਨੂੰ ਬੜੇ ਪਿਆਰ ਦੇ ਨਾਲ ਬੜੇ ਸਨਮਾਨ ਦੇ ਨਾਲ ਚਲੋ ਜਿੱਦਾਂ ਵੀ ਹੋਇਆ ਸੋ ਹੋਇਆ ਤੁਸੀਂ ਨਿਭਾਣ ਯੋਗ ਨਹੀਂ ਸੀਗੇ ਤੁਸੀਂ ਨਹੀਂ ਨਿਭਾ ਪਏ ਤੁਹਾਡੀ ਨਹੀਂ ਉਕਾਸ ਸੀ ਨਿਭਾਉਣ ਦੀ ਸਾਡੇ ਨਾਲ ਠੀਕ ਹੈ ਠੀਕ ਹੈ ਸਿੱਧੀ ਸਾਫ਼ ਗੱਲ ਤੁਸੀਂ ਦਿਮਾਗ ਨਾਲ ਚੱਲੇ ਸੀਗੇ ਅਸੀਂ ਦਿਲ ਨਾਲ ਚੱਲੇ ਸੀਗੇ ਠੀਕ ਹੈ ਤੁਸੀਂ ਪੈਸਾ ਵੇਖ ਕੇ ਚੱਲੇ ਸੀਗੇ ਆਈ ਥਿੰਕ ਸੋ ਮੇਰਾ ਛੱਡੋ ਤੁਸੀਂ ਪੈਸਾ ਦੇ ਕੇ ਚੱਲੇ ਸੀਗੇ ਹਨਾ ਮੇਰੇ ਹਿਸਾਬ ਨਾਲ ਹਨਾ ਅਸੀਂ ਦਿਲ ਤੋਂ ਚੱਲੇ ਸੀਗੇ ਅਸੀਂ ਵਿਆਹ ਦਾ ਸੋਚ ਕੇ ਚੱਲੇ ਸੀਗੇ ਤੁਸੀਂ ਪੈਸੇ ਲਈ ਪੌੜੀ ਚੜਨ ਆ ਸੇ ਚੱਲੇ ਸੀਗੇ ਅਸੀਂ ਕਹਿੰਨੇ ਆ ਠੀਕ ਹੈ ਬਾਕੀ ਚਲੋ ਕੋਈ ਨਹੀਂ ਵੈਸਟ ਆਫ ਲੱਕ ਫॉर ਯਰ ਫਿਊਚਰ ਆਪਣਾ ਪੜਾਈ ਤੇ ਧਿਆਨ ਦਵੋ ਆਪਣੀ ਜੋ ਜੋਬ ਕਰਨੀ ਜੋਬ ਕਰੋ ਬਲੋਗਿੰਗ ਕਰੋ ਆਪਣੇ ਮਾਪਿਆਂ ਨੂੰ ਸੁੱਖ ਦਵੋ ਆਪਣੇ ਘਰਦਿਆਂ ਨੂੰ ਐਸ਼ ਕਰਾਵੋ ਠੀਕ ਆ ਤੇ ਸਭ ਆ ਰਿਪਲਾਈ ਵਾਲੇ ਫੁੱਦੂ ਚ ਜਾਣੋ ਬੰਦ ਕਰਕੇ ਬਾਕੀ ਤੁਸੀਂ ਵੀ ਜਾਣਦੇ ਹੋ ਰੱਬ ਵੀ ਜਾਣਦਾ ਵਾ ਮੈਂ ਕਿੰਨਾ ਕੁ ਮਾੜਾ ਕਿੰਨਾ ਕੁ ਨਹੀਂ ਠੀਕ ਆ ਬਾਕੀ ਚਲੋ ਕੋਈ ਚੱਕਰ ਨਹੀਂ ਆ ਅੱਜ ਮੈਂ ਆਈਫੋਨ 14 ਹੈਗਾ ਵਾ ਤੁਹਾਨੂੰ 15 ਪਸੰਦ ਆ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਨੂੰ ਅਸੀਂ ਵੀ 16 17 ਬਣ ਜਾਾਂਗੇ ਕੋਈ ਨਾ ਠੀਕ ਆ ਬਾਕੀ ਚਲੋ ਮੇਨ ਮੈਂ ਗੱਲਾਂ ਆਈ ਸੀਗੀਆਂ ਠੀਕ ਹੈ ਹੁਣ ਮੈਂ ਫੇਰ ਲਾਸਟ ਇੱਕੋ ਗੱਲ ਕਹਿ ਦਵਾ ਮੈਂ ਮਾੜਾ ਤਾਂ ਸੀਗਾ ਮੈਂ ਸਿੱਧੀ ਗੱਲ ਹੈ ਯਾਰ ਅਗਲੇ ਬੰਦੇ ਨੇ ਤੇ ਮੈਨੂੰ ਟੋਟਲੀ ਮਾੜਾ ਕਹਿਤਾ ਨਾ ਇਹ ਉਹੀ ਇਨਸਾਨ ਆ ਜਿਹੜਾ ਮੇਰੇ ਮੇਰੇ ਪੈਰਾਂ ਚ ਡਿੱਗਣ ਨੂੰ ਫਿਰਦਾ ਸੀਗਾ ਬਟ ਮੈਂ ਮੀਨਸ ਕਿ ਜਿੱਦਾਂ ਹੁੰਦਾ ਨਹੀਂ ਆ ਜਿੱਦਾਂ ਫਿਲਮਾਂ ਚ ਵਿਖਾਉਂਦੇ ਆ ਪੈਰਾਂ ਡਿੱਗ ਜਾਂਦੇ ਆ ਸ਼ੁਕਰੀਆ ਸ਼ੁਕਰੀਆ ਕਰਦੇ ਤੇ ਬੰਦਾ ਕਹਿੰਦਾ ਮੋਢਾ ਫੜਕ ਬੰਦਾ ਮੋਢੇ ਫੜਦਾ ਤੇ ਉਹਨੂੰ ਚੱਕਦਾ ਵਾ ਕਿ ਨਹੀਂ ਨੇ ਯਾਰ ਤੇ ਮਾਰੀ ਜਗ੍ਹਾ ਪੈਰੋਂ ਤੇ ਨਹੀਂ ਆ ਯਹਾਂ ਪਰ ਹੈ ਇਹ ਚੀਜ਼ ਮੈਂ ਵੀ ਕੀਤੀ ਸੀਗੀ ਠੀਕ ਹੈ ਇਹ ਇਨਸ ਇਹੀ ਕਿ ਤੁਸੀਂ ਕਿੰਨੇ ਚੰਗੇ ਹੋ ਤੁਸੀਂ ਕਿੰਨੇ ਵਧੀਆ ਹੋ ਤੁਸੀਂ ਬਾਕੀ ਮੁੰਡਿਆਂ ਵਰਗੇ ਨਹੀਂ ਹੈਗੇ ਠੀਕ ਹੈ ਗੱਲਾਂ ਹੋਰ ਵੀ ਬਥੇਰੀਆਂ ਨੇ ਪਰ ਗੋਲੀ ਮਾਰੋ ਆਪਾਂ ਨਹੀਂ ਕਰਨੀਆਂ ਇੱਕ ਗੱਲ ਹੋਰ ਕਰਾਂਗਾ ਤੁਹਾਡੇ ਨਾਲ ਰੋਜ਼ ਠੀਕ ਹੈ ਮੈਂ ਉਹ ਇਨਸਾਨ ਆ ਇਹ ਮੋੜੇ ਫੜ ਕੇ ਤੈਨੂੰ ਮੈਂ ਗੱਲ ਨਾ ਲਾਇਆ ਮੈਂ ਕਿ ਟੈਨਸ਼ਨ ਨਾ ਲੈ ਮੈਂ 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 ਸਭ ਵਧੀਆ ਮੈਂ ਮੈਂ ਵਾਂ ਸਭ ਕੁਝ ਵਧੀਆ ਵਾ ਵਧੀਆ ਅੱਜ ਉਹੀ ਇਨਸਾਨ ਮੈਨੂੰ ਪੰਡੰਦਿਆ ਵਾ ਇਸ ਇਨਸਾਨ ਨੂੰ ਮੇਰੀ ਹਰ ਕਰਤੂਤ ਦਾ ਪਤਾ ਸੀਗਾ ਅੱਜ ਉਹੀ ਇਨਸਾਨ ਇਹ ਹਰ ਕਰਤੂਤ ਨੂੰ ਸੈਪਟ ਕਰਦਾ ਸੀ ਅੱਜ ਉਹੀ ਇਨਸਾਨ ਮੇਰੇ ਕਰਤੂਤਾਂ ਲੋਕਾਂ ਅੱਗੇ ਵੰਡਣ ਦਿਆ ਵਾ ਸੋਸ਼ਲ ਮੀਡੀਆ ਤੇ ਇਹ ਗੱਲ ਨਹੀਂ ਸਹੀ ਹੈਗੀ ਠੀਕ ਹੈ ਇਹ ਗੱਲ ਬਿਲਕੁਲ ਨਹੀਂ ਸਹੀ ਹੈਗੀ ਨਾਲੇ ਇੱਕ ਹੋਰ ਵਾ ਤੁਹਾਨੂੰ ਗੱਲ ਦੱਸ ਦਵਾਂ ਐਗਜ਼ਾਮਪਲ ਦੇ ਤੌਰ ਤੇ ਸ਼ੱਕ ਮੈਂ ਕਿਉਂ ਕਰਦਾ ਸੀਗਾ ਐਗਜ਼ਾਮਪਲ ਦੇਣ ਲੱਗਾ ਇੱਕ ਮੰਨ ਲਓ ਇੱਕ ਕੁੜੀ ਆ ਠੀਕ ਹੈ ਉਹਦੇ ਚਾਰ ਪਾਸਟ ਰਹੇ ਆ ਚਾਰ ਪਾਸਟ ਮੀਨਸ ਉਹਦੇ ਫਿਊਚਰ ਉਹਦੇ ਪਾਸਟ ਵਿੱਚ ਚਾਰ ਨਾਲ ਦੇ ਰਹੇ ਆ ਠੀਕ ਹੈ ਫਿਰ ਉਹਦਾ ਪੰਜਵਾਂ ਨਾਲ ਦਾ ਬਣ ਗਿਆ ਵਾ ਠੀਕ ਹੈ ਉਹ ਪੰਜਵਾਂ ਨਾਲ ਦਾ ਪਤਾ ਹੀ ਕਰੂਗਾ ਸ਼ੱਕ ਕਰੂਗਾ ਉੱਤੇ ਅਤ ਦਾ ਸ਼ੱਕ ਕਰੂਗਾ ਕਿ ਯਾਰ ਇਹਦੇ ਤਾਂ ਪੰਜ ਨਾਲ ਦੇ ਰਹੇ ਆ ਪਤਾ ਨਹੀਂ ਇਹ ਕਿਹੜੇ ਕੈਰੈਕਟਰ ਦੀ ਆ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਕਿੱਦਾਂ ਦੀ ਨਹੀਂ ਕਿੱਦਾਂ ਦੀ ਨਹੀਂ ਬੰਦਾ ਸ਼ੱਕ ਕਰਦਾ ਹੋਊਗਾ ਡੈਟਸ ਵਾਈ ਮੈਂ ਸ਼ੱਕ ਕਰਦਾ ਸੀਗਾ ਹੁਣ ਆਪਣਾ ਨਾਲ ਉਹ ਅੰਦਾਜ਼ਾ ਬਦਨਾਮ ਨਹੀਂ ਕਰਦਾ ਮੈਂ ਯਾਰ ਬਦਨਾਮ ਕਰਨਾ ਹੁੰਦਾ ਨਾ ਤਾਂ ਬੋ ਕੋ ਬਦਨਾਮ ਕਰਨੋਂ ਬੈਠੇ ਨੇ ਆਪਾਂ ਠੀਕ ਹੈ ਬਦਨਾਮ ਬਜ਼ਰੂਮ ਨਹੀਂ ਕਰਦਾ ਇੱਥੋਂ ਨਹੀਂ ਭਾਈ ਸੀਗੀ ਤੇ ਇੱਥੋਂ ਆ ਕੋਈ ਬਕਵਾਸ ਨਹੀਂ ਕੀਤੀ ਬਟ ਯਾਰ ਦੇਖੋ ਹੁਣ ਮੈਂ ਵੇਹ ਲੋ ਹੱਲੇ ਵੀ ਨਹੀਂ ਗੱਲ ਮੈਨੂੰ ਮੈਨੂੰ ਫੀਲ ਹੁੰਦੀ ਪਈ ਆ ਕਿ ਯਾਰ ਮੈਂ ਕਿਉਂ ਇਸ ਇਨਸਾਨ ਬਾਰੇ ਜਿਹਨੂੰ ਮੈਂ ਇੰਨਾ ਪਿਆਰ ਕੀਤਾ ਐ ਨਮਾ ਕਰਦਾ ਵੀ ਆ ਚਲੋ ਉਸ ਇਨਸਾਨ ਨੂੰ ਮੈਂ ਇੰਨਾ ਕੁਝ ਬੋਲਦਾ ਪਿਆ ਮੈਨੂੰ ਬੜੀ ਗੱਲ ਐ ਫੀਲ ਹੁੰਦੀ ਪਈ ਆ ਠੀਕ ਹੈ ਹਾਂ ਰੋਣਾ ਨਹੀਂ ਆਉਂਦਾ ਮੈਨੂੰ ਵੈਸੇ ਪਤਾ ਗੱਲ ਕੀ ਆ ਆ ਉਹ ਲੋਕੀ ਰੋਲੰਦੇ ਨਾ ਲੋਕੀ ਝੂਠਾ ਰੋਲੰਦੇ ਆ ਸਮਝਿਆ ਕਰੋ ਆंसू ਆਂਦੇ ਨਹੀਂ ਹੈਗੇ ਇਥੋਂ ਭੈਣ ਵਾਂ ਏਦਾਂ ਹੀ ਕਰਦੇ ਆ ਠੀਕ ਆ ਤੇ ਆਪਾਂ ਨੂੰ ਰੋਣਾ ਨਹੀਂ ਝੂਠਾ ਆਂਦਾ ਪਿਆ ਠੀਕ ਆ ਬਟ ਮੈਂ ਫਿਰ ਵੀ ਇੱਕ ਗੱਲ ਹੁਣ ਦੇਖੋ ਮੈਨੂੰ ਫਿਰ ਵੀ ਚਲੋ ਇਹਨੀ ਗੱਲ ਫੀਲ ਹੁੰਦੀ ਪਈ ਆ ਬਟ ਯਾਰ ਮੈਂ ਫਿਰ ਸੋਚਦਾ ਵਾਂ ਕਿ ਆ ਤੂੰ ਕਿਉਂ ਫੀਲ ਕਰਦਾ ਮੈਂ ਜਦ ਅਗਲੇ ਨੇ ਫੀਲਿੰਗ ਨਹੀਂ ਕੀਤੀ ਜਦ ਅਗਲੇ ਨਹੀਂ ਤੇਰਾ ਮਤਲਬ ਤੈਨੂੰ ਪੰਡਤਾ ਲੋਕਾਂ ਅੱਗੇ ਆ ਕੇ ਸੋਸ਼ਲ ਮੀਡੀਆ 'ਤੇ ਜਾ ਕੇ ਤੇਰੀ ਬੇਇੱਜ਼ਤੀ ਕਰ ਤੇਰੀ ਰੈਪਿਊਟੇਸ਼ਨ ਹੀ ਜਾਣ ਜਾਣ ਕੇ ਝੂਠ ਬੋਲ ਬੋਲ ਕੇ ਡਾਊਨ ਕਰ ਦਿੱਤੀ ਤੇ ਫਿਰ ਮੈਂ ਮੈਂ ਫਿਰ ਮੈਂ ਫਿਰ ਮੇਰੇ ਮਨ 'ਚ ਗੱਲ ਆਉਂਦੀ ਆ ਕਿ ਯਾਰ ਤੂੰ ਕੋਈ ਇਦਾਂ ਕਰਦਾ ਪਿਆ ਬਟ ਫਿਰ ਵੀ ਚਲੋ ਕੋਈ ਚੱਕਰ ਨਹੀਂ ਅਗਲਾ ਕੁੱਤਾ ਵਾ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਇਨਸਾਨ ਹੈਗੇ ਅਗਲਾ ਕੁੱਤਾ ਵਾ ਕੋਈ ਨਹੀਂ ਭੌਂਕਨ ਦੋ ਬਟ ਫਿਰ ਵੀ ਮੈਂ ਇਹ ਗੱਲ ਕਹਾਂਗਾ ਯਾਰ ਥੋੜਾ ਜਿਹਾ ਤਰਸ ਕਰਨਾ ਚਾਹੀਦਾ ਸੀਗਾ ਮੇਰੇ ਤੇ ਏਡੇ ਏਡੇ ਵੜੇ ਐਲੀਗੇਸ਼ਨ ਆਣ ਵਾਸਤੇ ਠੀਕ ਹੈ ਮੈਂ ਉਹੀ ਇਨਸਾਨ ਸੀ ਠੀਕ ਹੈ ਪਾਠ ਕਰਦੇ ਜੀ ਨਾ 7-7 ਵਾਰੀ 8-8 ਵਾਰੀ ਚਾਲੀਸਾ ਪੜ੍ਹਦੇ ਜੀ ਨਾ ਹਨੂਮਾਨ ਚਾਲੀਸਾ ਉਹ ਚਾਲੀਸਾ ਨੂੰ ਨਾ ਗੌਰ ਵੀ ਕਰਿਆ ਕਰੋ ਰਮਾਇਣ ਵੇਖੀ ਸੀ ਨਾ ਉਹ ਵੀ ਵੇਖਣੀ ਤੇ ਤੇ ਗੌਰ ਕਰਨਾ ਚਾਹੀਦਾ ਹੈ ਠੀਕ ਹੈ ਬਾਕੀ ਮੁੰਡਿਆਂ ਤੁਸੀਂ ਦੱਸੋ ਜਿੰਨਾ ਜਿੰਨਾ ਹੱਡ ਬੀਤੀ ਆ ਸਾਰੀਆਂ ਸਾਰੀਆਂ ਕੁੜੀਆਂ ਨੂੰ ਮੈਂ ਕੁਝ ਕਹਿੰਦਾ ਸਾਰੀਆਂ ਕੁੜੀਆਂ ਨੂੰ ਮੈਂ ਨਹੀਂ ਕਹਿੰਦਾ ਬਿਕੋਜ਼ ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਠੀਕ ਹੈ ਮੁੰਡਿਆਂ ਤੁਸੀਂ ਦੱਸੋ ਕੁੜੀਆਂ ਮੁਕਰ ਜਾਂਦੀਆਂ ਵਾ ਨਾ ਕਮੈਂਟ ਕਰਕੇ ਦੱਸਿਓ ਮੁੰਡਿਓ ਆ ਜਿੰਨੇ ਮਿੰਟ ਤੇ ਜਿੰਨੇ ਸੈਕਿੰਡ ਤੇ ਆਪਾਂ ਗੱਲ ਕੀਤੀ ਨਾ ਕਮੈਂਟ ਕਰਕੇ ਦੱਸਿਓ ਕੁੜੀਆਂ ਮੁਕਰ ਜਾਂਦੀਆਂ ਵਾ ਨਾ ਸਾਰੀਆਂ ਨੇ ਮੁਕਰਦੀਆਂ ਪਰ ਮੁਕਰ ਜਾਂਦੀਆਂ ਨਾ ਕਈ ਨਹੀਂ ਮੁਕਰਦੀਆਂ ਬਹੁਤ ਸਟੈਂਡ ਲੈਂਦੀਆਂ ਨੇ ਕਈ ਠੀਕ ਆ ਬਾਕੀ ਠੀਕ ਆ ਆ ਇੱਥੇ ਐਂਡ ਕਰਦੇ ਆ ਇਸ ਟੌਪਿਕ ਦਾ ਹੋਰ ਸੋਚਾਂ ਕੁਛ ਅਲੀਗੇਸ਼ਨ ਦੇ ਬਥੇਰੇ ਸੀ ਮੈਨਾਂ ਲੈ ਦੱਸਣੀ ਸਾਰੇ ਹੋਰ 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 2 ਮਿੰਟ ਰੁਕੋ ਇੱਕ ਗੱਲ ਹੋਰ ਸੀਗੀ ਉਹ ਯਾਰ ਇੰਨਾ ਸੋਹਣਾ ਟਰੈਕਸੂਟ ਲੈ ਕੇ ਦਿੱਤਾ ਹੈਗਾ ਕਿਸੇ ਇਨਸਾਨ ਨੂੰ ਉਹ ਤੇ ਲੈਣਾ ਸੀਗਾ ਉਹ ਮੈਂ પાਕੇ ਘੁੰਮਣਾ ਹੁਣ ਦੱਸ ਠੀਕ ਹੈ ਤੇ ਬਸ ਆਹੀ ਆ ਰਿਹਾ ਰਿਲੇਗੇਸ਼ਨ ਹੈਗਾ ਹੀ ਠੀਕ ਹੈ ਜਿਹੜੇ ਲੱਗੇਦੇ ਆ ਬਾਕੀ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਆਡियंस ਤੇ ਡਿਪੈਂਡ ਕਰਦਾ ਵਾ ਤੁਸੀਂ ਉਧਰਲੇ ਬੰਨੇ ਵਿਸ਼ਵਾਸ ਰੱਖਣਾ ਜਾਂ ਇਧਰਲੇ ਬੰਨੇ ਵਿਸ਼ਵਾਸ ਰੱਖਣਾ ਮੈਂ ਨਹੀਂ ਕਹਿੰਦਾ ਯਾਰ ਵਿਸ਼ਵਾਸ ਰੱਖੋ ਮੇਰੇ ਤੇ ਵੀ ਠੀਕ ਹੈ ਵਿਚਾਰੇਖ ਲੋ ਜੋ ਤੁਸੀਂ ਉਧਰ ਵੀ ਸਪੋਰਟ ਕਰੋ ਠੀਕ ਹੈ ਉਹਨਾਂ ਨੂੰ ਵੀ ਉਹਦੇ ਚੈਨਲ ਤੇ ਵੀ ਸਬਸਕ੍ਰਾਈਬ ਕਰੋ ਲਾਈਕ ਵਗੈਰਾ ਕਰੋ ਸਭ ਕੁਝ ਕਰੋ ਚਲੋ ਫਾਈਨੈਂਸ਼ੀਅਲ ਪ੍ਰੋਬਲਮ ਆਗਲੇ ਤੇ ਕਰਦੇ ਆਂ ਦੀ ਠੀਕ ਹੈ ਤੇ ਚਲੋ ਵਧੀਆ ਵਾ ਕਰਨ ਆਪਣੀ ਮਿਹਨਤ ਮੈਂ ਹੁਣ ਵੀ ਇੱਕ ਗੱਲ ਸਮਝਾਵਾਂਗਾ ਕਿ ਜਿੱਦਾਂ ਜੋ ਹੋ ਗਿਆ ਸੋ ਹੋ ਗਿਆ ਆਪਣੇ ਰਸਤੇ ਹੋ ਕੇ ਆਪਣੇ ਫਿਊਚਰ ਵਾਲ ਦੇਖੋ ਤੇ ਹੋਰ ਵੀ ਬਾਕੀ ਸਾਰੇ ਫੁੱਦੂ ਕੰਮ ਛੱਡ ਕੇ ਨਾ ਆਸ਼ਕੀਆਂ ਪਾਸ਼ਕੀਆਂ ਵਗੈਰਾ ਆਲੇ ਕਿਉਂ ਕਿਸੇ ਚਲੋ ਯਾਰ ਮਰਜ਼ੀ ਆ ਆਪਣੀ ਬੰਦੇ ਦੀ ਹਨਾ ਬਿਕੋਜ਼ ਵੇਖੋ ਯਾਰ ਚਲੋ ਛੱਡੋ ਠੀਕ ਹੈ ਆਪਣਾ ਫਿਊਚਰ ਵਾਲ ਦੇਖੋ ਤੇ ਬਾਕੀ ਤੁਸੀਂ ਸਮਝ ਜਾਓ ਠੀਕ ਹੈ ਆਪਣੇ ਫਿਊਚਰ ਵਾਲ ਦੇਖੋ ਆਪਣੇ ਵਲੋਗਿੰਗ ਵਗੈਰਾ ਬਣਾਓ ਆਪਣਾ ਕੈਰੀਅਰ ਸੈੱਟ ਕਰੋ ਇਧਰੋਂ ਮੈਂ ਆਪਣੀ ਸਾਈਡ ਤੇ ਭਰਾ ਆਪਣੇ ਰਸਤੇ ਮੈਂ ਆਪਣਾ ਟੱਬਰ ਸੰਭਾਂ ਮੈਂ ਆਪਣੀ ਫੈਮਲੀ ਵਲੌਗ ਬਣਾਵਾ ਬਾਹਰ ਅੰਦਰ 11 ਬੇਲੀਆਂ ਨਾਲ ਕੁੰਮਾ ਠੀਕ ਆ ਬਾਕੀ ਹਾਂ ਕਈ ਚੀਜ਼ਾਂ ਮੈਂ ਮੈਂ ਵੀ ਗਲਤੀ ਮੰਨਦਾ ਮੈਂ ਉਹਦੇ ਹਾਸਤੇ ਮੈਂ ਵੀ ਸੌਰੀ ਫੀਲ ਕਰਦਾ ਵਾਂ ਜੋ ਜੋ ਮੈਂ ਰੀਲਸ ਵਗੈਰਾ ਪੁਠੀਆਂ ਸਦਿਆਂ ਸਿੱਕਾ ਟੁੱਟਾ ਫੜ ਕੇ ਪਾਤੀਆਂ ਉਹ ਮੈਂ ਕਿਤੇ ਨਹੀਂ ਪਾਉਂਦਾ ਠੀਕ ਆ ਹਾਂ ਉਹਦਾ ਮੈਂ 11 ਬੇਲੀਆਂ ਨਾਲ ਚਿੱਲ ਚੁੱਲ ਕਰਦੇ ਮਾੜੇ ਮੋਟੇ ਉਹ ਮੈਂ ਪਾ ਸਕਦਾ ਉਹ ਮੇਰਾ ਉਹ ਮੇਰੀ ਪਰਸਨਲ ਲਾਈਫ ਆ ਫਿਰ ਪਰਸਨਲੀ ਸੌਰੀ ਸੋਸ਼ਲ ਮੀਡੀਆ ਲਾਈਫ ਹੋਗੀ ਠੀਕ ਆ ਉਹ ਮੈਂ ਪਾਵਾਂਗਾ ਠੀਕ ਆ ਉਹ ਤੇ ਚਲੋ ਆਪਣਾ ਚਿੱਲ ਵਾ ਹਨਾ ਕੋਈ ਚੱਕਰ ਨਹੀਂ ਆ ਬਾਕੀ ਇੱਥੇ ਮੈਂ ਕੋਰ ਗੱ ਸ਼ੱਕ ਕਰੋ ਤਾਂ ਪ੍ਰੋਬਲਮ ਸ਼ੱਕ ਨਾ ਕਰੋ ਤਾਂ ਪ੍ਰੋਬਲਮ ਜੇ ਸ਼ੱਕ ਕਰਦੇ ਆ ਉਹ ਕਹਿੰਦੇ ਸ਼ੱਕ ਕਰਦਾ ਸ਼ੱਕ ਕਰਦਾ ਤੇ ਜੇ ਸ਼ੱਕ ਨਾ ਕਰੋ ਫਿਰ ਕਹਿਣਗੇ ਤੁਹਾਨੂੰ ਮੈਨੂੰ ਤਾਂ ਸ਼ੱਕ ਤੇ ਨਹੀਂ ਹੋਇਆ ਤੁਹਾਨੂੰ ਮੇਰੀ ਕੇਅਰ ਇੰਨੀ ਹੈ ਕਿ ਤੁਸੀਂ ਮੈਨੂੰ ਰੋਕ ਟੋਕਦੇ ਟੋਕਦੇ ਨਹੀਂ ਕੁਝ ਵੀ ਕਰਨ ਤੋਂ ਇੱਕ ਬੰਨੇ ਖਲਾਉਂਦਾ ਹੀ ਨਹੀਂ ਯਾਰ ਕੋਈ ਅੱਜਕੱਲ ਬਾਕੀ ਯਾਰ ਵੇਖੋ ਇੰਨੀ ਗੱਲ ਮੈਨੂੰ ਕਿਸੇ ਨੇ ਕਹੀ ਸੀ ਕਿ ਮੈਨੂੰ ਉਹ ਇਨਸਾਨ ਦਾ ਮੈਂ ਨਾਂ ਨਹੀਂ ਲਊਂਗਾ ਉਸ ਇਨਸਾਨ ਨੇ ਮੈਨੂੰ ਕਿਹਾ ਸੀ ਉਸ ਨੇ ਮੈਂ ਦੋ ਤਿੰਨ ਜਣਾਂ ਨੇ ਵਹਿ ਕੇ ਆ ਸੀਗਾ ਨਾਂ ਨਹੀਂ ਲੈਣਾ ਉਹਨਾਂ ਦਾ ਮੈਂ ਜਿਹੜਾ ਬੰਦਾ ਕਹਿੰਦੇ ਪਿਆਰ ਕਰਦਾ ਹਨ ਜਿਹੜਾ ਬੰਦਾ ਪਿਆਰ ਕਰਦਾ ਉਹ ਕਦੀ ਛੱਡ ਕੇ ਨਹੀਂ ਜਾਂਦਾ ਠੀਕ ਆ ਇਹ ਗੱਲ ਹੁੰਦੀ ਆ ਬਾਕੀ ਤੁਹਾਨੂੰ ਸ਼ਰਮ ਚਲੋ ਗੋਲੀ ਮਾਰੋ ਕਰ ਦਿਓ ਮੜੀ سپورਟ ਇੱਤੇ ਵੀ ਯਾਰ ਠੀਕ ਹੈ ਝੂਠਿਆਂ ਨੂੰ سپورਟ ਕਰੀ ਜਾਂਦੇ ਤੁਸੀਂ ਸੱਚਿਆਂ ਨੂੰ ਤੁਸੀਂ ਸੱਚਿਆਂ ਨੂੰ ਮੈਨੂੰ ਮੈਸੇਜ ਕਰ ਕਰ ਲੋ ਕੀ ਬੋਲੀ ਜਾਂਦੇ ਕਿ ਤੂੰ ਇੰਜ ਕੀਤਾ ਉੰਜ ਕੀਤਾ سپورਟ ਕਰ ਦਿਓ ਠੀਕ ਆ ਚੰਗਾ ਫਿਰ ਮਿਲਦੇ ਆ ਨੈਕਸਟ ਵਲੌਗ ਚ ਟੈਟੂ ਵਾਲਾ ਵਲੌਗ ਪਾਵਾਂਗੇ ਹੁਣ ਚੰਗਾ